ਕੀ ਬਣਿਆ ਬਈ? ਆਪਣੀ ਸੀਰਤ ਨੇ ਪਸੰਦ ਕਰ ਲਿਆ ਮੁੰਡੇ ਨੂੰ। ਮੁੰਡਾ ਕਰਦਾ ਕੀ ਹੈ? ਆਪਣੀ ਕੰਸਟਰਕਸ਼ਨ ਕੰਪਨੀ ਹੈ ਨਾਰਵੇ ਚ। ਆਪਣੀ ਕੰਸਟਰਕਸ਼ਨ ਕੰਪਨੀ? ਹਾਂਜੀ। ਵਾਹ ਬਈ ਵਾਹ। ਸੀਰਤ ਆਪਣੀ ਬਹੁਤ ਖੁਸ਼ ਹੈ। ਉਹ ਆਪਣੇ ਐਮਐਲਏ ਸਾਹਿਬ ਹੈ ਨਾ, ਉਹਨਾਂ ਦੀ ਕੁੜੀ ਦੇ ਵਿਆਹ ਤੇ ਦੇਖਿਆ ਸੀ ਉਹਨਾਂ ਨੇ, ਬਸ ਉਦੋਂ ਤੋਂ ਹੀ ਜ਼ੋਰ ਪਾ ਰਹੇ ਨੇ, ਸਪੈਸ਼ਲੀ ਮਿਲਣ ਆ ਰਹੇ ਨੇ ਸਾਰੇ, ਕਹਿੰਦੇ ਅਸੀਂ ਤਾਂ ਕੁੜੀ ਨੂੰ ਲੈ ਕੇ ਹੀ ਜਾਵਾਂਗੇ। ਲੈ ਜਾਣ ਹੋ ਗਿਆ ਸਾਰਾ ਡਰਾਮਾ। ਉਹਨਾਂ ਨੂੰ ਕਹਿ ਦਿਓ ਹਾਲੇ ਟਾਈਮ ਲੱਗੂਗਾ, ਸੀਰਤ ਦੇ ਵਿਆਹ ਦਾ ਨੰਬਰ ਉਹਦੀ ਵੱਡੀ ਭੈਣ ਦੇ ਵਿਆਹ ਤੋਂ ਪਿੱਛੇ ਲੱਗੂਗਾ, ਗੱਲ ਖਤਮ। ਓ ਬੇਬੇ, ਫਿਰ ਤਾਂ ਸੀਰਤ ਦੇ ਵਿਆਹ ਦੀ ਗੱਲ ਹੀ ਮੁੱਕ ਗਈ, ਕਿਉਂਕਿ ਸੰਜੋਗ ਨੇ ਸਾਡੇ ਕਹਿਣ ਤੇ ਤਾਂ ਕਰਾਉਣਾ ਨਹੀਂ ਵਿਆਹ। ਚੰਚਲ ਜਰਾ ਸੋਚ, ਆਪਾਂ ਤਾਂ ਇਹ ਕਹਿਣ ਤੋਂ ਵੀ ਜਾਵਾਂਗੇ ਸੰਜੋਗ ਨੂੰ ਬਈ ਤੇਰੇ ਕਰਕੇ ਤੇਰੀ ਛੋਟੀ ਭੈਣ ਦਾ ਵਿਆਹ ਨਹੀਂ ਹੁੰਦਾ, ਸ਼ਰੀਕ ਖੂਨ ਪੀ ਜਾਣਗੇ ਪਿੱਠ ਪਿੱਛੇ ਟਿੱਚਰਾਂ ਕਰ ਕਰਕੇ। ਨਾਲੇ ਸੁਣ, ਸੰਜੋਗ ਦਾ ਵਿਆਹ ਸੀਰਤ ਦੇ ਵਿਆਹ ਤੋਂ ਜ਼ਿਆਦਾ ਜ਼ਰੂਰੀ ਹੈ, ਉਹਨੂੰ ਸਾਥੀ ਦੀ ਲੋੜ ਹੈ। ਮੈਂ ਤਾਂ ਤੁਹਾਡੀ ਗੱਲ ਸਮਝਦੀ ਹਾਂ ਬੇਬੇ, ਹੁਣ ਉਹਦੀ ਗੁੱਤ ਪਟਨੋਂ ਤਾਂ ਰਹੇ ਆਪਾਂ। ਬੇਬੇ ਸੀਰਤ ਤੇ ਮੁੰਡਾ ਆ ਰਹੇ ਨੇ, ਜੋ ਕਹਿਣਾ ਨਾ ਆਪੇ ਕਹਿ ਲਿਓ, ਹੁਣ ਮੇਰੇ ਤੋਂ ਦਿਲ ਨਹੀਂ ਦਿਖਾਇਆ ਜਾਣਾ ਉਹਨਾਂ ਦਾ। ਪੈਰੀ ਪੈਣਾ ਬੇਬੇ ਜੀ, ਸਤਿ ਸ਼੍ਰੀ ਅਕਾਲ। ਬੈਠੋ ਬੈਠੋ। ਹਾਂਜੀ, ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਤੂੰ ਨਾਰਵੇ ਤੋਂ ਆਇਆ ਪੁੱਤ? ਹਾਂਜੀ ਬੇਬੇ ਜੀ। ਕਦੋਂ ਗਿਆ ਸੀ? ਬੇਬੇ ਮੈਂ ਤਾਂ ਜੰਮੇ ਨਾਰਵੇ ਜਾਂ ਜੀ। ਇੰਨੇ ਸਲੀਕੇ ਨਾਲ ਪੈਰੀ ਹੱਥ ਲਾਇਆ, ਉੱਥੇ ਤੈਨੂੰ ਕੌਣ ਸਿਖਾਉਂਦਾ? ਬੇਬੇ ਜੀ ਘਰ ਵਿੱਚ ਵੇਖ ਵੇਖ ਕੇ ਸਿੱਖਿਆ ਜੀ। ਕਦੋਂ ਤੋਂ ਜਾਣਦੇ ਤੂੰ ਮੈਨੂੰ? ਬੇਬੇ ਜੀ ਮੈਂ ਤੇ ਸਿਰਫ ਦੋ ਚਾਰ ਵਾਰੀ ਮਿਲਿਆ ਬਸ। ਦੋ ਚਾਰ ਵਾਰੀ ਮਿਲਣ ਤੇ ਪਤਾ ਲੱਗ ਗਿਆ ਵੀ ਤੁਸੀਂ ਇੱਕ ਦੂਜੇ ਲਈ ਠੀਕ ਹੋ? ਹਾਂਜੀ ਬੇਬੇ ਜੀ। ਇਹੋ ਜਿਹਾ ਕੀ ਪਤਾ ਲੱਗਿਆ ਪੁੱਤ? ਮੈਨੂੰ ਤਾਂ 50 ਸਾਲ ਹੋ ਗਏ ਕੈਪਟਨ ਦੀ, ਹੁਣ ਤੱਕ ਸਮਝ ਨਹੀਂ ਆਈ। ਬਸ ਮਹਿਸੂਸ ਹੋਇਆ ਕਿ 50 ਸਾਲ ਬਾਅਦ ਵੀ ਮੈਂ ਸੀਰਤ ਨੂੰ ਮੇਰੇ ਨਾਲ ਤੇ ਮੇਰੇ ਸਾਹਮਣੇ ਵੇਖਣਾ ਚਾਹਾਂਗਾ। ਤੇ ਤੂੰ ਨਹੀਂ? ਹਾਂਜੀ ਬੇਬੇ। ਹਾਂਜੀ ਬੇਬੇ ਕੀ? ਉਹੀ 50 ਸਾਲ ਵਾਲੀ ਗੱਲ। ਹੁਣ ਦੱਸੋ ਕੀ ਕਰੀਏ ਕਪਤਾਨ ਸਾਹਿਬ? ਇਹ ਤਾਂ ਹੋਰ ਹੀ ਮਸਲਾ ਖੜਾ ਹੋ ਜੂ। ਜੇ ਸੀਰਤ ਦੇ ਵਿਆਹ ਤੋਂ ਪਹਿਲਾਂ ਸੰਜੋਗ ਦਾ ਵਿਆਹ ਹੋ ਗਿਆ ਤਾਂ ਉਹਨੂੰ ਮਾੜਾ ਨਹੀਂ ਲੱਗੂ? ਸੀਰਤ ਸੰਜੋਗ ਤੋਂ ਛੋਟੀ ਹੈ। ਓ ਹਾਂ ਹਾਂ, ਸੰਜੋਗ ਸੱਚ ਵੱਡੀ ਆ। ਨਾਲੇ ਮਾੜਾ ਤਾਂ ਸਾਨੂੰ ਲੱਗੂਗਾ, ਸੰਜੋਗ ਇੱਕ ਵਾਰੀ ਤਾਂ ਸੀਰਤ ਦੇ ਵਿਆਹ 'ਤੇ ਖੁਸ਼ ਹੋ ਜੂਗੀ, ਫਿਰ ਅੱਖਾਂ 'ਚ ਕੁ ਸੁੰਨ ਦੇ ਕੇ ਰੋਵੇਗੀ। ਸਾਨੂੰ ਮਾੜਾ ਕਾਹਤੋਂ ਲੱਗੂ? ਸੰਜੋਗ ਵਿਆਹ ਲਈ ਰਾਜੀ ਹੋ ਗਈ ਹੈ, ਇਹੋ ਤੂੰ ਚਾਹੁੰਦੀ ਸੀ? ਆ 2 ਮਿੰਟ ਪਹਿਲਾਂ ਕਹੀ ਇਹ ਗੱਲ ਨੂੰ ਭੁੱਲ ਜਾਂਦਾ ਤੂੰ। ਕਿਹੜੀ ਗੱਲ ਭੁੱਲ ਗਏ? ਅਸੀਂ ਸੀਰਤ ਦੇ ਵਿਆਹ ਦੀ ਗੱਲ ਕਰ ਰਹੇ ਹਾਂ। ਤੇ ਸੰਜੋਗ ਦਾ ਵਿਆਹ? ਇਹੀ ਤਾਂ ਸਿਆਪਾ, ਤੁਸੀਂ ਥੋੜਾ ਟਾਈਮ ਨਹੀਂ ਲੈ ਸਕਦੇ ਸੀ? ਸੰਜੋਗ ਦੇ ਵਿਆਹ ਬਾਰੇ ਤਾਂ ਕੁਝ ਸੋਚ ਲੈਂਦੇ। ਸੰਜੋਗ ਦੇ ਵਿਆਹ ਤੋਂ ਪਹਿਲਾਂ ਸੀਰਤ ਦਾ ਵਿਆਹ ਹੋ ਗਿਆ ਤਾਂ ਉਹਨੂੰ ਮਾੜਾ ਨਹੀਂ ਲੱਗੂਗਾ? ਤੂੰ ਪਹਿਲਾਂ ਹੀ ਵਿਚਾਰੀ ਨੂੰ ਬਹੁਤ ਸਤਾਇਆ, ਹੁਣ ਉਹਨੂੰ ਬਖਸ਼ ਲੈ, ਧਿਆਨ ਕਰੇ। ਤੈਨੂੰ ਨਾ ਸਾਰੀਆਂ ਗੱਲਾਂ ਭੁੱਲ ਜਾਂਦੀਆਂ, ਆ 25 ਸਾਲ ਪੁਰਾਣੀ ਗੱਲ ਨਹੀਂ ਭੁੱਲਦੀ। ਹੁਣ ਦੱਸੋ ਕੀ ਕਰੀਏ? ਹਾਂ ਗੱਪੀ, ਅਮਿਤੋਜ ਨਾ ਕਿਹੋ ਜਿਹਾ ਹੈ? ਕੀ ਦਾ ਉਹਦੇ ਤੇ ਡਿਪੈਂਡ ਕਰਦਾ? ਗੈਸ ਕਰ। ਗੱਪੀ, ਆਮ ਵਰਕਿੰਗ। ਵਰਕਣਾ ਛੱਡ ਤੇ ਮੇਰੀ ਗੱਲ ਸੁਣ, ਤੇਰੇ ਲਈ ਚੰਗੀ ਖਬਰ ਹੈ ਤੇ ਇੱਕ ਮਾੜੀ ਖਬਰ ਹੈ, ਹੁਣ ਦੱਸ ਪਹਿਲਾਂ ਕਿਹੜੀ ਸੁਣਨਾ ਚਾਹੇਂਗੀ? ਯਾਰ ਤੂੰ ਹਰ ਗੱਲ 'ਚ ਇੰਨਾ ਡਰਾਮਾ ਕਿਉਂ ਕਰਦੀ ਹੈ? ਚੱਲ ਸੁਣਾ ਦੇ ਪਹਿਲਾਂ, ਚੰਗੀ ਸੁਣਾ ਦੇ। ਅਮਿਤੋਜ ਪਤਾ ਕੌਣ ਹੈ? ਤੇਰੇ ਹੋਣ ਵਾਲੇ ਜੀਜਾ ਜੀ। ਰੀਅਲੀ? ਐਨ ਆਰ ਆਈ ਹੈ? ਹੋਰ ਕੀ,
ਤੈਨੂੰ ਤਾਂ ਪਤਾ ਮੈਂ ਡਿਸਾਈਡ ਕੀਤਾ ਹੋਇਆ ਸੀ ਜਿਵੇਂ ਤੂੰ ਕੀਤਾ ਹੋਇਆ ਵੀ ਤੂੰ ਵਿਆਹ ਹੀ ਨਹੀਂ ਕਰਾਉਣਾ। ਉਹਦੇ ਤੇ ਆਪਣੇ ਘਰ ਦੇ ਲੀਡਰਾਂ ਦੀ ਆਪਸ 'ਚ ਗੱਲ ਹੋ ਚੁੱਕੀ ਹੈ, ਇੱਕ ਦੋ ਦਿਨਾਂ 'ਚ ਮੰਗਣੀ ਹੋ ਜੂਗੀ, ਤਿੰਨ ਚਾਰ ਦਿਨਾਂ 'ਚ ਵਿਆਹ, ਤੇ ਇਹ ਖਬਰ ਤੁਸੀਂ ਸਭ ਤੋਂ ਪਹਿਲਾਂ ਸੁਣ ਰਹੇ ਹੋ ਕੱਪੀ ਦੇ ਨਿਊਜ਼ ਚੈਨਲ ਤੇ। ਘਰੇ ਕਿਸੇ ਨੇ ਮੇਰੇ ਵਿਆਹ ਨੂੰ ਲੈ ਕੇ ਵੈਣ ਨਹੀਂ ਪਾਏ? ਹਾਂ ਹਾਂ, ਬੇਬੇ ਨੇ ਕਿਹਾ ਵੀ ਤੇਰੀ ਅਕਲੋਂ ਟਿਕਾਣੇ ਲਿਆਉਣਗੇ ਤੇ ਵਿਆਹ ਤਾਂ ਤੇਰਾ ਹੀ ਪਹਿਲਾਂ ਹੋਊਗਾ। ਸ਼ਵਿੰਦਰ ਨੂੰ ਜਾਣਦੀ ਆ ਨਾ, ਉਹਦੇ ਨਾਲ ਤੇਰੇ ਵਿਆਹ ਦੀ ਗੱਲ ਤੋਰ ਰਹੇ ਨੇ। ਸ਼ਵਿੰਦਰ ਉਹ ਜਿਹੜਾ ਸਿੰਮੀ ਦਾ ਕੁਛ ਲੱਗਦਾ ਹੈ, ਸ਼ੈਰੀ? ਹਾਂ ਉਹੀ। ਯਾਰ ਕੱਲੀ ਚੰਗੀ ਖਬਰ ਨਹੀਂ ਸੁਣਾ ਸਕਦੀ ਸੀ। ਸੌਰੀ ਦੀਦੀ, ਮੇਰੇ ਕਰਕੇ ਤੈਨੂੰ ਵੀ ਪਵਾੜਾ ਪੈ ਗਿਆ। ਹਾਂ ਹਾਂ, ਜਿਵੇਂ ਕਿ ਤੂੰ ਜਾਣਦੀ ਨਹੀਂ ਸੀ ਕਿ ਹੋਣ ਵਾਲਾ। ਚੱਲ ਛੱਡ, ਤੂੰ ਅਮਿਤੋਜ ਬਾਰੇ ਦੱਸ, ਪਰ ਸਿਰਫ ਅੱਧੇ ਘੰਟੇ 'ਚ। ਹਾਏ, ਕਿੱਥੋਂ ਸ਼ੁਰੂ ਕਰਾਂ? ਅਮਿਤੋਜ, ਮੇਰੇ ਸੁਪਨਿਆਂ ਦਾ ਰਾਜਕੁਮਾਰ, ਮੈਂ ਤੈਨੂੰ ਫੋਟੋ ਭੇਜੀ ਆ, ਦੇਖ। ਹਾਏ, ਮੈਨੂੰ ਤਾਂ ਨਾ ਹੁਣ ਤੋਂ ਹੀ ਗੁੱਡ-ਗੁੱਡ ਜੀ ਫੀਲਿੰਗ ਆਉਣ ਲੱਗ ਗਈ ਹੈ। ਤੂੰ ਵੀ ਸੋਚ ਕੇ ਦੇਖਣਾ ਇਸ ਬਾਰੇ। ਅੱਛਾ ਠੀਕ ਹੈ ਯਾਰ, ਬਸ ਕਰ ਜਾ ਹੁਣ। ਇਹ ਦੱਸ ਕਦੋਂ ਆ ਰਹੀ ਹੈ? ਹੁਣੇ ਤੂੰ ਰਹਿੰਗੀ ਆ ਸਵੇਰੇ? ਸਵੇਰੇ ਨਹੀਂ ਆਇਆ ਜਾਣਾ ਯਾਰ, ਹਜੇ ਤਾਂ ਟਾਈਮ ਲੱਗੂਗਾ। ਹਾਏ ਦੇਖੀ, ਮੇਰੀ ਨਾ ਕੋਈ ਵੀ ਤਿਆਰੀ ਨਹੀਂ ਹੈ, ਮੇਰੇ ਕੋਲ ਇੱਕ ਵੀ ਕੱਪੜਾ ਨਹੀਂ ਹੈ ਪਾਉਣ ਨੂੰ। ਤੂੰ ਆ ਜਾ ਨਾ, ਸਾਰੀ ਸ਼ਾਪਿੰਗ ਤੂੰ ਹੀ ਕਰਾਉਣੀ ਹੈ। ਯਾਰ ਪਹਿਲਾਂ ਡੇਟ ਤਾਂ ਫਾਈਨਲ ਕਰ ਲਓ, ਮੈਂ ਵੀ ਆ ਜੂੰਗੀ। ਮਤਲਬ ਤੂੰ ਨਹੀਂ ਆਉਣਾ ਮੇਰੇ ਵਿਆਹ ਤੇ? ਆਉਣਾ ਯਾਰ, ਕਿਉਂ ਨਹੀਂ ਆਉਣਾ, ਡੇਟ ਤਾਂ ਪਤਾ ਲੱਗੇ। ਠੀਕ ਹੈ, ਤੈਨੂੰ ਕਾਰਡ ਭੇਜ ਦਾਂਗੇ, ਆ ਜੀ। ਹਾਂ ਦੱਸ। ਅੱਛਾ, ਦੋ ਦਿਨ ਪਹਿਲਾਂ ਆ ਜੂੰਗੀ, ਠੀਕ ਹੈ? ਬਸ ਦੋ ਦਿਨ ਪਹਿਲਾਂ ਆ ਜੂੰਗੀ, ਤੇ ਪਿੱਛੇ ਬੱਸ ਵੀ ਲਾਤਾ। ਸੰਜੋਗ, ਤੈਨੂੰ ਸੁਣ ਰਿਹਾ ਤੂੰ ਕੀ ਕਹਿ ਰਹੀ ਹੈ? ਤੂੰ ਰਹਿਣ ਦੇ ਯਾਰ। ਬੇਬੇ ਨਾਲ ਗੱਲ ਕਰਾ ਮੇਰੀ, ਗੱਪੀ ਖੜ ਜਾ। ਬੇਬੇ, ਸੰਜੋਗ। ਸਤਿ ਸ਼੍ਰੀ ਅਕਾਲ ਬੇਬੇ। ਖੁਸ਼ ਰਹਿ, ਤੈਨੂੰ ਸੀਰਤ ਨੇ ਖੁਸ਼ਖਬਰੀ ਤਾਂ ਦੱਸ ਦਿੱਤੀ ਹੋਊ? ਹਾਂਜੀ ਬੇਬੇ। ਪਰ ਛੇਤੀ ਆ ਜਾ, ਟਾਈਮ ਬਹੁਤ ਘੱਟ ਹੈ, ਤੇਰੇ ਬਿਨਾਂ ਤਾਂ ਡੱਕਾ ਨਹੀਂ ਹਿਲਦਾ। ਸੁਣ ਰਹੀ ਹੈ ਨਾ ਮੇਰੀ ਗੱਲ? ਹਾਂਜੀ ਬੇਬੇ, ਆ ਰਹੀ ਹਾਂ। ਪਰ ਤੁਸੀਂ ਮੇਰੀ ਇੱਕ ਗੱਲ ਸੁਣ ਲਓ, ਆ ਸ਼ਵਿੰਦਰ ਸ਼ਵਿੰਦਰ ਨੂੰ ਭੁੱਲ ਜਾਓ, ਮੇਰਾ ਬੁਆਏਫ੍ਰੈਂਡ ਹੈ ਤੇ ਜੇ ਮੈਂ ਵਿਆਹ ਕਰਾਇਆ ਤਾਂ ਉਹਦੇ ਨਾਲ ਹੀ ਕਰਾਉਣਾ। ਕੀ ਕਿਹਾ ਫੇਰ ਕਹੀਂ? ਬੇਬੇ ਮੇਰਾ ਬੁਆਏਫ੍ਰੈਂਡ ਹੈ ਤੇ ਮੈਂ ਉਹਨੂੰ ਨਾਲ ਹੀ ਲੈ ਕੇ ਆਉਂਗੀ। ਖਬਰਦਾਰ, ਜੇ ਕਿਸੇ ਐਰੇ ਗੈਰੇ ਨੂੰ ਲੈ ਕੇ ਆਈ ਹੈ। ਮੈਂ ਟੰਗਾ ਭੰਨ ਲੈਣੀ ਹੈ, ਵੱਡੀ ਆਈ, ਵਿਆਹ ਕਰਾਉਂ ਮੈਂ ਉਹਦੇ ਨਾਲ ਕਰਾਉਂਗੀ। ਕੌਣ ਹੈ, ਕਿੱਥੋਂ ਦਾ ਹੈ, ਸੌ ਗੱਲ ਹੋ ਜਾਂਦੀ ਹੈ ਬਾਅਦ ਚ। ਫਿਰ ਮੈਂ ਵੀ ਸਿੱਧਾ ਵਿਆਹ ਵਾਲੇ ਦਿਨ ਹੀ ਆਉਂਗੀ। ਸੱਚੀ ਤੈਨੂੰ ਵੀ ਲੱਭ ਗਿਆ ਕੋਈ? ਨਹੀਂ ਯਾਰ, ਜਾਨ ਛੁਡਾਉਣ ਨੂੰ ਲੈ ਕੇ ਆਉਂਗੀ ਕਿਸੇ ਨੂੰ ਘੇਰ ਕੇ। ਕਿਹਨੂੰ? ਅਮਰੀਕ ਨੂੰ ਜਾਣਦੀ ਹੈ ਨਾ। ਤੇਰਾ ਉਹਦੇ ਨਾਲ ਬ੍ਰੇਕਅਪ ਨਹੀਂ ਸੀ ਹੋ ਗਿਆ? ਯਾਰ ਹੋ ਤਾਂ ਗਿਆ ਸੀ, ਪਰ ਹੁਣ ਜੇ ਮੈਂ ਬਚਣਾ ਤਾਂ ਅਮਰੀਕ ਨੂੰ ਨਾਲ ਲਿਆਉਣਾ ਹੀ ਪੈਣਾ। ਆ ਗਿਆ, ਆ ਕੀ ਡਰਾਮਾ? ਓ ਸੋਰੀ 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 ਸੋਰੀ। ਜੱਫੀ ਦੋ ਵਾਰ ਸੀ ਨਾ। ਪਤਾ ਕੌਣ ਸੀ ਉਹ? ਸ਼ਾਨ ਮਲਟੀਟੈਕ ਵਾਲਿਆਂ ਦੀ ਫਾਈਨੈਂਸ ਟੀਮ ਦੀ ਹੈੱਡ ਸੀ।
ਫੋਨ ਨੰਬਰ ਲੈ ਕੇ ਗਈ ਆ, ਆਪਾਂ ਨੂੰ ਪਤਾ ਕਿੰਨਾ ਕੰਮ ਹੈ ਤੂੰ ਡਰਟੀ ਮਰੀਨੇਰ। ਹੈਲੋ, ਹਾਂਜੀ ਬੇਬੀ, ਘੰਟਾ ਕੁ ਹੋਰ ਲੱਗੂਗਾ। ਹਾਂਜੀ ਹਾਂਜੀ, ਰੋਟੀ ਖਾ ਕੇ ਆਵਾਂਗਾ। ਓਹੋ, ਆਫਿਸ ਦੀ ਦਾਲ ਰੋਟੀ ਹੋਰ ਕੀ? ਨਹੀਂ ਨਹੀਂ, ਉਹ ਅੱਛਾ ਅੱਛਾ, ਗੁੱਸੇ ਨਾ ਹੋ, ਤੁਹਾਡੇ ਨਾਲ ਵੀ ਖਾ ਲਾਂਗਾ। ਹਾਂਜੀ ਹਾਂਜੀ ਹਾਂਜੀ, ਲਵ ਯੂ ਟੂ। ਹਾਂਜੀ ਹਾਂਜੀ, ਲਵ ਯੂ ਟੂ, ਥ੍ਰੀ, ਫੋਰ, ਬਾਏ। ਲਵ ਯੂ ਟੂ, ਲਵ ਯੂ ਥ੍ਰੀ, ਲਵ ਯੂ ਫੋਰ, ਸਾਰਾ ਰਸਤਾ ਕਹਿ ਦੇਣਾ ਸੀ। ਯਾਰ ਪਤਾ ਨਹੀਂ ਐਡੇ ਗਿਰੇ ਹੋਏ ਬਸ਼ਰਮ ਲੋਕ ਆਪਦੀ ਵਾਈਫਾਂ ਨੂੰ ਝੂਠ ਬੋਲ ਕੇ ਘਰੇ ਜਾ ਕੇ ਫੇਸ ਟੂ ਫੇਸ ਗੱਲ ਕਿਵੇਂ ਕਰ ਲੈਂਦੇ? ਸੱਚ ਬੋਲ ਕੇ ਗੱਲ ਕਰਨਾ ਹੋਰ ਵੀ ਔਖਾ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਇਹ ਜਨਾਨੀਆਂ ਉਦੋਂ ਹੀ ਫੋਨ ਕਰਦੀਆਂ ਨੇ ਜਦੋਂ ਬੰਦੇ ਪੀਣ ਪੈਂਦੇ ਖੋਰੇ, ਇਹਨਾਂ ਨੂੰ ਮੁਸ਼ਕ ਆਉਂਦਾ। ਇਹਨੂੰ ਜ਼ਿਆਦਾ ਐਕਸਪੀਰੀਅੰਸ ਹੈ। ਅੱਜ ਚਲੋ ਹੁਣ ਫੋਨ ਫਾਨ 'ਚ ਛੱਡੋ ਯਾਰ। ਓਏ ਭੁੱਖ ਲੱਗੀ, ਉਹਨੂੰ ਬੁਲਾਓ। ਭਈਆ ਮੈਨਿਊ ਲਾ ਨਾ। ਲਾਇਆ ਸਰ। ਓਏ ਆ ਸੰਯੋਗ ਦਾ ਫੋਨ ਨਹੀਂ ਹੋਏ ਕਿ ਮੈਨੂੰ ਚੜ ਗਈ ਓਏ, ਨਾਲੇ ਤੇਰਾ ਇਹਦੇ ਨਾਲ ਬ੍ਰੇਕ ਡਾਊਨ ਜਿਹਾ ਹੋ ਗਿਆ ਸੀ। ਓਏ ਬ੍ਰੇਕ ਡਾਊਨ ਨਹੀਂ ਹੁੰਦਾ ਚਵੜਾ, ਬ੍ਰੇਕਅਪ ਹੁੰਦਾ। ਚੱਲ ਚੱਕ ਲੈ ਹੁਣ, ਸੁਣ ਜਾ ਕਦੋਂ ਹੋ ਗਿਆ। ਲੈ ਆਪਾਂ ਕਿਉਂ ਚੁੱਕਣਾ, ਆਪਾਂ ਨੂੰ ਕੀ ਲੋੜਾ ਖਬਰ ਹੈ ਕੀ ਡਰਾਮਾ ਹੋਣਾ ਤਾਂ ਹੁਣ 6 ਮਹੀਨੇ ਬਾਅਦ। ਇਹ ਵੀ ਸਹੀ ਹੈ, ਸਟੈਂਡ ਹੈ ਬਈ ਅਗਲੇ ਦਾ। ਭਈਆ ਮੈਨਿਊ ਮੈਨਿਊ ਲਿਆਓ, ਮੇਨ ਕੋਰਸ ਆਰਡਰ ਕਰਨਾ। ਲੈ ਫਿਰ ਆ ਗਿਆ ਮੈਡਮ ਦਾ। ਹੈਲੋ, ਹਾਏ ਅਮਰੀਕ, ਉਹ ਲਿਆ ਸੰਯੋਗ ਮੇਰੇ ਨਾਲ ਕਰਾ ਗੱਲ। ਹੈਲੋ, ਹਾਂਜੀ, ਕੁਲਜਿੰਦਰ ਤੇ ਕਰਮਜੀਤ ਨਾਲ ਬੈਠਾ, ਉਹੀ ਆਪਣੇ ਡੀਐਲਐਫ ਫੇਸ 3 ਵਾਲੀ ਥਾਂ। ਅੱਛਾ, ਆ ਪੁੱਛਣ ਲਈ ਫੋਨ ਕੀਤਾ? ਹਾਂਜੀ, ਉੱਥੇ ਬੈਠੇ ਆ। ਇਹ ਪੁੱਛਣ ਵਾਸਤੇ ਫੋਨ ਕੀਤਾ ਕਿ ਤੇਰੇ ਤੋਂ ਕਦੇ ਕੋਈ ਫੋਨ ਨਹੀਂ ਹੋਇਆ, ਦੁਸ਼ਮਣ ਸਮਝਣ ਲੱਗ ਗਿਆ ਮੈਨੂੰ। ਫੋਨ ਤਾਂ ਤੂੰ ਵੀ ਕਰ ਸਕਦੀ ਸੀ, ਤੂੰ ਕਿਹੜਾ ਕੀਤਾ? ਤੈਨੂੰ ਕਦੇ ਕੁੜੀਆਂ ਦੀ ਸਮਝ ਨਹੀਂ ਆਉਣੀ। ਅੱਛਾ, ਸਾਰੀਆਂ ਸਮਝਾਂ ਤੈਨੂੰ ਹੀ ਨੇ ਬਸ, ਹੈਂ। ਹੈਲੋ ਸੰਯੋਗ, ਆਵਾਜ਼ ਆ ਰਹੀ ਹੈ ਮੇਰੀ? ਹੈਲੋ 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 ਅਮਰੀਕ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਪਰ ਤਾਂ ਹੀ ਜੇ ਤੂੰ ਵੀ ਮਿਲਣਾ ਹੋਵੇ। ਕਦੋਂ? ਹੁਣੇ, ਹੋਰ ਕਦੋਂ। ਅਨਾ ਲੈ ਆਉਂਦਾ ਹੋਇਆ ਕੈਟਰੀਨਾ ਲਈ ਟ੍ਰੀਟ ਲੈ ਆਈ। ਓਕੇ ਬਾਏ। ਕੀ ਹੋਇਆ? ਕੁਛ ਨਹੀਂ, ਮਿਲਣ ਨੂੰ ਕਹਿੰਦੀ ਸੀ, ਫਿਰ ਮੈਂ ਸਾਫ ਮਨਾ ਕਰਤਾ। ਬਿੱਲ ਲੈ ਆਓ, ਮੇਨ ਕੋਰਸ ਕੈਂਸਲ। ਹੈਲੋ, ਹਾਏ। ਓਹ ਹਾਏ, ਥੈਂਕ ਯੂ ਸੋ ਮਚ। ਬੈਠ। ਸੰਯੋਗ, ਸਭ ਠੀਕ ਹੈ ਨਾ? ਸੀਰਤ ਦਾ ਵਿਆਹ ਪੱਕਾ ਹੋ ਗਿਆ ਯਾਰ। ਫਿਰ ਖੁਸ਼ੀ ਵਾਲੀ ਗੱਲ ਨਹੀਂ? ਤੇ ਬੇਬੇ ਨੇ ਮੇਰੇ ਵਾਸਤੇ ਵੀ ਮੁੰਡਾ ਲੱਭ ਲਿਆ। ਓਹ, ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ, ਬਹੁਤ ਸ਼ਾਤਿਰ ਨੇ, ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ। ਸੰਯੋਗ, ਮੈਂ ਤੈਨੂੰ ਮੇਰੀ ਹੈਲਪ ਕਰਨੀ ਪਊਗੀ ਅਮਰੀਕ, ਤੈਨੂੰ ਮੇਰੇ ਨਾਲ ਪਿੰਡ ਚੱਲਣਾ ਪੈਣਾ,
ਇਹ ਕਹਿ ਕੇ ਕਿ ਆਪਾਂ ਰਿਲੇਸ਼ਨਸ਼ਿਪ 'ਚ ਹਾਂ, ਮੈਂ ਉਹਨਾਂ ਦੇ ਪ੍ਰੈਸ਼ਰ ਤੋਂ ਬਚ ਜੂੰਗੀ। ਪਤਾ ਸੀ ਮੈਨੂੰ। ਕੀ ਪਤਾ ਸੀ? ਪਤਾ ਸੀ ਮੈਨੂੰ ਕਿ ਤੂੰ ਮੈਨੂੰ ਸੱਦਿਆ ਤਾਂ ਜ਼ਰੂਰ ਤੇਰਾ ਕੋਈ ਨਾ ਕੋਈ ਮਤਲਬ ਹੋਣਾ। ਜੇ ਪਤਾ ਸੀ ਫਿਰ ਆਇਆ ਕਿਉਂ? ਕੀ ਦੰਦ ਕਿਉਂ ਕੱਢੇ? ਤਾਂ ਆਪਣੇ ਹੀ ਕੱਢੇ ਨੇ, ਤੇਰੇ ਤਾਂ ਨਹੀਂ ਕੱਢੇ ਦੰਦ। ਕੈਟਰੀਨਾ ਕਿੱਥੇ ਆ? ਕੈਟ ਕੈਟਾ ਦੇਖ ਮੈਂ ਕੀ ਲੈ ਗਿਆ ਤੇਰੇ ਲਈ। ਮੇਰੇ ਨਾਲੋਂ ਜ਼ਿਆਦਾ ਤੈਨੂੰ ਕੈਟਰੀਨਾ ਦੀ ਫਿਕਰ ਹੈ। ਬਿੱਲੀਆਂ ਪਤਾ ਕਿੰਨੀਆਂ ਵਫ਼ਾਦਾਰ ਹੁੰਦੀਆਂ। ਵਫ਼ਾਦਾਰ ਬਿੱਲੀਆਂ ਨਹੀਂ, ਕੁੱਤੇ ਹੁੰਦੇ ਆ। ਕੁੱਤੇ ਬਿੱਲੀਆਂ ਦੀ ਵਫ਼ਾਦਾਰੀ ਦਾ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ। ਕੈਟ ਕਮ ਕਮ, ਤੈਨੂੰ ਚੱਲਣਾ ਪੈਣਾ ਮੇਰੇ ਨਾਲ ਅਮਰੀਕ। ਓਹੋ, ਇੰਨੀ ਦਹਿਸ਼ਤ! ਫਿਰ ਤੂੰ ਜੋ ਕਹਿੰਦਾ ਸੀ ਤੂੰ ਮੇਰੀ ਇੰਡੀਪੈਂਡੈਂਸ ਦੀ ਕਦਰ ਕਰਦਾ, ਮੇਰੇ ਹਰ ਫੈਸਲੇ ਦੀ ਰਿਸਪੈਕਟ ਕਰਦਾ, ਉਹ ਸਭ ਝੂਠ ਸੀ। ਤੈਨੂੰ ਕੀ ਲੱਗਦਾ? ਫਿਰ ਚੱਲ ਨਾ ਯਾਰ, ਹਫ਼ਤੇ ਦੀ ਗੱਲ ਹੈ ਬਸ, ਤੂੰ ਤਾਂ ਜਾਣਦਾ ਮੈਨੂੰ, ਤੈਨੂੰ ਪਤਾ ਹੈ ਮੈਂ ਲਾਈਫ ਤੋਂ ਕੀ ਚਾਹੁੰਦੀ ਹਾਂ। ਸੰਜੋਗ ਦੇਖ, ਮੈਂ ਚੰਗੀ ਤਰ੍ਹਾਂ ਜਾਣਦਾ ਤੂੰ ਲਾਈਫ ਤੋਂ ਕੀ ਚਾਹੁੰਦੀ ਹੈ, ਅਤੇ ਇਸ ਗੱਲ ਦੀ ਮੈਂ ਰਿਸਪੈਕਟ ਕਰਦਾ। ਮੈਂ ਤੇਰੀ ਰਿਸਪੈਕਟ ਕਰਦਾ, ਪਰ ਮੈਂ ਆਪਣੀ ਵੀ ਰਿਸਪੈਕਟ ਕਰਦਾ, ਅਤੇ ਮੈਂ ਇਸ ਚੱਕਰ 'ਚ ਪੈ ਕੇ ਨਾ ਆਪਣੀ ਰਿਸਪੈਕਟ ਦੀਆਂ ਧੱਜੀਆਂ ਨਹੀਂ ਉਡਵਾਉਣੀਆਂ, ਸਮਝੀ? ਸਤਿ ਸ਼੍ਰੀ ਅਕਾਲ। ਅਖਵਾ ਦੀ ਉਹਨੂੰ ਕਿਤੇ ਆਪ ਖਾ ਜਾਵੇ। ਅਮਰੀਕ ਮੈਂ ਜ਼ਹਿਰ ਖਾ ਲੈਣਾ। ਤੂੰ ਨਾ ਡਰਾਮਿਆਂ 'ਚ ਕੰਮ ਲੱਭ ਲੈ, ਮੈਂ ਤੁਹਾਨੂੰ ਦੱਸਾਂ ਬਹੁਤ ਸੋਹਣਾ ਜ਼ਹਿਰ ਖਾਏਂਗੀ। ਰੋਏਗਾ ਤੂੰ ਇਹ ਸੋਚ ਕੇ ਕਿ ਆਪਣੀ ਜਿੱਦ 'ਚ ਕਿਸੇ ਦੀ ਜ਼ਿੰਦਗੀ ਦਾਅ ਤੇ ਲਾਤੀ ਸੀ। ਗੁੱਡ ਨਾਈਟ। ਕੈਟਰੀਨਾ ਵੀ ਅਨਾਥ ਹੋ ਜੂਗੀ। ਤੂੰ ਜਾਣਦਾ ਨਹੀਂ ਬੇਬੇ ਨੂੰ, ਅਮਰੀਕ ਬਹੁਤ ਸ਼ਾਤਿਰ ਨੇ, ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ। ਕਦੋਂ ਜਾਣਾ? ਕੱਲ ਸਵੇਰੇ ਸਵੇਰੇ। ਥੈਂਕ ਯੂ ਅਮਰੀਕ, ਬਚਾ ਲਿਆ ਤੂੰ ਮੈਨੂੰ, ਫਸਾ ਲਿਆ ਤੂੰ ਮੈਨੂੰ। ਹਾਂ ਭੈਣੇ, ਜਾਗਦੇ ਹੋ? ਸੁੱਤੇ ਤੇ ਨਹੀਂ? ਨਹੀਂ ਨਹੀਂ, ਹਲੇ ਕਿੱਥੇ, ਦਾਰਾ ਸੁੱਤਾ ਪਿਆ ਤੇ ਡਿਊਟੀ ਤੇ ਗਏ ਨੇ। ਅੱਛਾ, ਕੱਲ ਨਾ ਇਧਰ ਤੇਰੇ ਵੱਲ ਆਉਣਾ, 10-11 ਵਜੇ ਲਾ ਕੇ ਪਹੁੰਚਾਂਗੇ। ਤੂੰ ਘਰੇ ਹੀ ਆ ਨਾ, ਜਾਣਾ ਤਾਂ ਨਹੀਂ ਕਿਧਰੇ? ਹਾਂ ਮੈਂ ਘਰੇ ਹੀ ਆ, ਆ ਜੀ। ਅੱਛਾ, ਉਸ ਤੋਂ ਬਾਅਦ ਅੱਗੇ ਪੰਜੋਖੜਾ ਸਾਹਿਬ ਜਾਣਾ, ਮੇਰੇ ਨਾਲ ਸੰਜੋਗ ਵੀ ਹੋਊਗੀ। ਲੜਾਈ ਮੁੱਕ ਗਈ ਤੁਹਾਡੀ? ਨਹੀਂ ਦਾਦੀ ਜੀ, ਮੁੱਕੀ ਨਹੀਂ ਹਾਲੇ। ਫੇਰ? ਉਹ ਕੁਛ ਨਹੀਂ, ਛੱਡ ਪਰੇ। ਅੱਛਾ ਮੇਰੀ ਗੱਲ ਸੁਣ, ਕੱਲ ਤੂੰ ਉਹਦੇ ਮੂਹਰੇ ਜ਼ਾਹਰ ਨਹੀਂ ਹੋਣ ਦੇਣਾ ਵੀ ਮੈਂ ਤੇਰੇ ਨਾਲ ਉਹਦੇ ਬਾਰੇ ਗੱਲਾਂ ਕਰਦਾ ਰਿਹਾ, ਠੀਕ ਆ? ਤੂੰ ਕੀ ਗੱਲਾਂ ਕਰਦਾ ਸੀ? ਗੱਲਾਂ ਤਾਂ ਤੇਰੇ ਤੋਂ ਮੈਂ ਕਰਵਾਉਂਦੀ ਸੀ। ਤੂੰ ਚੁੱਪ ਰਹਿ ਯਾਰ, ਚੱਲ ਮਿਲਦੇ ਆ ਕੱਲ ਫਿਰ। ਆ ਜੀ, ਘਰੇ ਹੀ ਆ ਮੈਂ। ਚੰਗਾ ਬਾਏ। ਚੰਗਾ ਬਾਏ। ਵਾਹ, ਪੈਕਿੰਗ ਕੰਮ ਤਾਂ ਬੁੜਾ ਜੀ ਕਰ ਲੈਣਗੇ। ਉਹ ਮੈਨੂੰ ਪਤਾ ਤੂੰ ਸਾਂਭ ਲੈਣਾ ਕੁੱਲੀ, ਮੈਂ ਸਾਰਾ ਬ੍ਰੇਕਡਾਊਨ ਕਰਕੇ ਤੈਨੂੰ ਮੇਲ ਭੇਜੀ ਹੋਈ ਚੈੱਕ ਕਰ ਲਈ, ਨਾਲੇ ਇੰਟਰਨੈਟ ਦਾ ਬਿੱਲ ਪੇ ਕਰਤਾ ਸੀ ਮੈਂ, ਠੀਕ ਆ? ਉਹ ਤੂੰ ਸਮਝਦਾ ਕਿਉਂ ਨਹੀਂ, ਖਿੱਚ ਰਹੀ ਹੈ ਤੇਰਾ ਉਹ। ਉਹ ਪਤਾ ਮੈਨੂੰ। ਫਿਰ ਖਿਚਾ ਕਿਉਂ ਰਹੇ? ਪਤਾ ਹੀ ਹੈ ਤੈਨੂੰ। ਉਹ ਯਾਰ ਉਹ ਕੁੜੀ, ਪਰ ਤੈਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਕੁੱਲੀ, ਮੈਂ ਆਖਰੀ ਟਰਾਈ ਕਰਨ ਚੱਲਿਆ ਯਾਰ, ਤਾਂ ਜੋ ਮੈਨੂੰ ਜ਼ਿੰਦਗੀ 'ਚ ਅਫਸੋਸ ਨਾ ਰਹੇ ਵੀ ਮੈਂ ਗੱਲ ਅਧੂਰੀ ਛੱਡਤੀ ਸੀ। ਸਮਝ ਗੱਲ ਨੂੰ ਯਾਰ। ਠੀਕ ਹੈ ਚੱਲ ਜਾ, ਪਰ ਦੇਵਦਾਸ ਜਾਣਾ ਬਣ ਕੇ ਬੁੜੀ ਮੈਂ ਤੁਹਾਨੂੰ ਦੱਸਦਾ। ਉਹ ਤੂੰ ਟਕਿਆ ਰਹਿ, ਤੂੰ ਆ ਦੱਸ ਮੈਂ ਲੱਗ ਕਿੱਦਾਂ ਦਾ ਰਿਹਾ, ਠੀਕ ਲੱਗ ਰਿਹਾ? ਨਾ ਜਮਾਂ ਠੀਕ ਨਹੀਂ ਲੱਗ ਰਿਹਾ, ਇਲਾਜ ਕਰਾ ਆਪਦਾ। ਅੱਛਾ ਅੱਛਾ, ਕਰਾ ਲੂੰਗਾ, ਇੱਧਰ ਆ।
ਸਫਾਈ ਸਫੂਈ ਕਰਾ ਲਈ ਕੰਮ ਵਾਲੀ ਤੂੰ, ਬਾਕੀ ਦੀਆਂ ਗੱਲਾਂ ਕਰਾਂਗੇ ਫੋਨ 'ਤੇ। ਕੀ ਕਹੀਏ ਹੁਣ ਇਹਨਾਂ ਆਸ਼ਕਾਂ ਨੂੰ, ਇਹਦੇ 'ਚ ਇਹਨਾਂ ਦਾ ਕਸੂਰ ਥੋੜ੍ਹੀ ਹੈ। ਹੈਲੋ, ਡਰਾਈਵ ਕਰੋ, ਚਲੋ। ਰਿਲੈਕਸ ਯਾਰ, ਤੇਰੀ ਡਰਾਈਵਿੰਗ ਤਾਂ ਕੁੱਲੀ ਤੋਂ ਵੀ ਮਾੜੀ ਅਜੇ ਤੱਕ। ਤੂੰ ਆ ਜਾ ਵੱਡਾ ਸ਼ੂਮਾਕਰ, ਸਾਰੀ ਰਾਤ ਜਾ ਕੇ ਆਪਦੇ ਕੰਮ ਨਿਬੇੜਦਾ ਰਹਿ ਤੇਰੇ ਸਿਆਪੇ ਦੇ ਚੱਕਰ 'ਚ। ਬਸ ਇੰਨੀ ਕਿਰਪਾ ਕਰੀ ਕਿਤੇ ਠੋਕੀ ਨਾ ਇਹਨੂੰ ਵਿਚਾਰੀ ਨੂੰ। ਜਦੋਂ ਠੋਕੀ ਨਾ ਵਿਚਾਰੀ, ਆਪੇ ਪਤਾ ਲੱਗ ਜੂ। ਗੱਡੀ ਘੈਂਟ ਹੈ ਵੈਸੇ, ਤਰੱਕੀ ਹੋ ਰਹੀ ਲੱਗਦਾ। ਆਹੋ ਜਦੋਂ ਕਿਸੇ ਤੋਂ ਖਹਿੜਾ ਛੁੱਟ ਜੇ ਤਰੱਕੀ ਤਰੱਕੀ ਹੁੰਦੀ ਆ ਫਿਰ। ਫਿਰ ਤਾਂ ਕਿਸੇ ਨੂੰ ਥੈਂਕ ਯੂ ਕਹਿਣਾ ਵੀ ਬਣਦਾ ਕਿ ਨਹੀਂ? ਕੰਨ 'ਤੇ ਛੱਡਣਾ ਨਹੀਂ ਬਣਦਾ। ਚਾਰਜਰ ਹੈਗਾ? ਨਹੀਂ ਹੈਗਾ। ਨਹੀਂ ਹੈਗਾ। ਉਹ ਮੇਲ ਮੂਲ ਜੀ ਕਰਤੇ ਸਾਰੇ? ਹਾਂ ਹਾਂ, ਮੇਲਾ ਤਾਂ ਸਾਰੀਆਂ ਕਰਤੇ ਸੀ। ਆਪਣੇ ਵਾਲੇ ਜਮਨੇ ਨੂੰ ਲਾ ਕੇ ਦੇਖੀ ਫੋਨ? ਵੀਡੀਓ ਕਾਲ ਆਏ ਨੂੰ। ਉਹ ਵੀਡੀਓ ਕਾਲ ਤਾਂ ਉਹਨੇ ਚੱਕਣੀ ਨਹੀਂ। ਉਹ ਚੱਕੂਗਾ। ਜਾ ਮੈਂ ਆਡੀਓ ਲਾਉਣਾ। ਲਾ ਫਿਰ। ਇਹ ਕਿਹਦੀ ਕਾਲ ਆ ਗਈ? ਆਫਿਸ ਤੋਂ ਕਾਲ ਆਈ ਹੈ, ਇੱਕ ਮਿੰਟ। ਹੈਲੋ, ਅਮਰੀਕ ਸਪੀਕਿੰਗ। ਅਮਰੀਕ ਸਪੀਕਿੰਗ? ਓਏ ਹਾਂ ਵੀ ਰੋਮੀਓ, ਬਣੀ ਕੋਈ ਗੱਲ? ਕਹੀਂ ਫਿਰਦਾ ਪੁੱਛ ਲਾਉਂਦਾ। ਮੈਂ ਅਭੀ ਕੁਛ ਦਿਨੋਂ ਕੇ ਲਈ ਆਊਟ ਆਫ ਸਟੇਸ਼ਨ ਹੂੰ ਸਰ। ਅੱਛਾ, ਮਤਲਬ ਨਹੀਂ ਬਣੀ ਗੱਲ? ਵੀਰੇ, ਸਾਨੂੰ ਤੇਰੀ ਬਹੁਤ ਜ਼ਿਆਦਾ ਫਿਕਰ ਹੈ। ਹਾਂ, ਥੈਂਕ ਯੂ ਸੋ ਮੱਚ ਇਸ ਫਿਕਰ ਕੇ ਲੀਏ ਸਰ, ਥੈਂਕ ਯੂ ਸੋ ਮੱਚ। ਹੈ ਗੱਲ ਸੁਣੋਗੇ? ਇੱਕ ਆਈਡੀਆ ਦੇਵਾਂ ਜੇ ਕਹੇ ਤਾਂ, ਸੰਜੋਗ ਦਾ ਦਿਲ ਫੇਰ ਜਿੱਤਣ ਦਾ। ਨਹੀਂ, ਉਸਕੀ ਕੋਈ ਜ਼ਰੂਰਤ ਨਹੀਂ ਹੈ ਸਰ, ਆਈ ਥਿੰਕ ਮੈਂ ਆਪੇ ਸਾਂਭ ਲੂੰਗਾ। ਠੀਕ ਹੈ, ਮਰਜ਼ੀ ਹੈ ਵੀਰੇ ਤੇਰੀ। ਅੱਛਾ, ਇੱਕ ਮਿੰਟ, ਬਤਾਓ ਕਿਆ ਆਈਡੀਆ ਹੈ ਆਪਕਾ ਸਰ? ਸੁਣ ਫਿਰ ਗੱਲ, ਮੈਂ ਤੈਨੂੰ ਵਟਸਐਪ 'ਤੇ ਇੱਕ ਲੋਕੇਸ਼ਨ ਸੈਂਡ ਕਰਦਾ, ਰਸਤੇ 'ਚ ਨਾ ਕੌੜਾ ਪੀਰ ਆਊਗਾ, 101 ਰੁਪਇਆ ਲੱਗੂਗਾ, ਵਸ਼ੀਕਰਨ ਦਾ ਮੰਤਰ ਪੜ੍ਹਾ। ਮੈਂ ਕਹਿੰਦਾ ਤੇਰੇ ਕੋਲ ਮਿਲਦੀ ਆਊਗੀ, ਮਿਲਦੀ। ਜੇ ਨਾ ਮਿਲਦੀ ਆਈ ਨਾ, ਕਰਮਜੀਤ ਦਾ ਨਾਂ ਬਦਲ ਦੀ। ਨਾਈਸ ਆਈਡੀਆ ਸਰ, ਵੈਰੀ ਨਾਈਸ ਆਈਡੀਆ। ਕੋਈ ਨਹੀਂ ਸਰ, ਮੇਰੇ ਪਾਸ ਵੀ ਇੱਕ ਆਈਡੀਆ ਹੈ, ਜਬ ਮਿਲੂੰਗਾ ਨਾ ਆਪਕੋ ਅੱਛੀ ਤਰ੍ਹਾਂ ਸੇ ਸਮਝਾ ਦੂੰਗਾ। ਹੈ ਜੀ, ਓਕੇ ਸਰ, ਓਕੇ ਬਾਏ। ਆਸ਼ਕ ਮੈਂ ਵੀ ਬੜਾ ਮੰਨਿਆ ਪਰਵੰਨਿਆ, ਪਰ ਇਹਦੇ ਵਰਗਾ ਨਹੀਂ। ਓਏ ਤੂੰ ਤਾਂ ਹੁਣ ਆਇਆ ਨਵਾਂ, ਮੈਂ ਝੱਲਿਆ ਇਹਨੂੰ। ਬਾਬੇ ਇਹਦੀ ਫਿਲੋਸਫੀ ਹੱਦ ਹੈ। ਆਹੋ, ਇਮੈਜਿਨ ਕਰ ਸਕਦਾ ਮੈਂ। ਓਏ ਤੂੰ ਕੀ ਇਮੈਜਿਨ ਕਰ ਸਕਦਾ, ਤੇਰੇ ਕਰਕੇ ਤਾਂ ਸਾਰੇ ਸੈਪੇ ਪਏ ਨੇ। ਜੇ 2.5 ਸਾਲ ਪਹਿਲਾਂ ਤੇਰੇ ਵਿਆਹ ਵਾਲੇ ਦਿਨ ਅਮਰੀਕ ਸੰਜੋਗ ਨੂੰ ਨਾ ਮਿਲਦਾ ਤਾਂ ਸਾਲਾ ਚੱਕਰੇ ਨਹੀਂ ਸੀ ਪੈਣਾ। ਰਾਇਲ ਹਾਲ, ਕਰਮਜੀਤ ਵੈਟਸ, ਕਰਮਜੀਤ। ਲੇਟ ਹੋ ਗਿਆ। ਮੈਡਮ 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 ਮੈਡਮ, ਰਾਇਲ ਹਾਲ ਇਹੋ? ਇਹੀ ਹੈ। ਤਸੱਲੀ ਤਾਂ ਕਰ ਲੈਣ ਦੇ ਮੈਡਮ, ਕਰਮਜੀਤ ਤੇ ਕਰਮਜੀਤ ਦਾ ਵਿਆਹ ਇੱਥੇ ਹੀ ਹੋ ਰਿਹਾ, ਸਾਹਮਣੇ ਲਿਖਿਆ ਤਾਂ ਪਿਆ। ਤੂੰ ਚੁੱਪ ਕਰ ਜਾ, ਤੈਨੂੰ ਪੁੱਛਿਆ ਉਹਨੂੰ ਪੁੱਛਿਆ, ਉਹਨੂੰ ਬੋਲ ਲੈਣ ਦੇ। ਮੈਡਮ, ਲਾਵਾਂ ਫੇਰੇ ਹੋਏ ਤਾਂ ਨਹੀਂ ਹਾਲੇ, ਲੇਟ ਤਾਂ ਨਹੀਂ ਅਸੀਂ? ਨਹੀਂ, ਬਸ ਆਉਣ ਹੀ ਵਾਲੇ ਨੇ। ਬਚ ਗਏ ਬਚ ਗਏ ਬਚ ਗਏ। ਮੈਡਮ ਸਾਨੂੰ ਦੱਸੋ ਫਿਰ ਕਿੱਥੇ ਤਿਆਰ ਹੋਈ ਹੈ ਅਸੀਂ? ਅਸੀਂ ਵੀ ਥੋੜ੍ਹੀ ਬਹੁਤ ਟੌਰ ਸ਼ੌਰ ਕੱਢ ਲਈਏ। ਦੇਖੋ, ਤੁਹਾਡਾ ਮੁਕਾਬਲਾ ਤਾਂ ਨਹੀਂ ਕਰ ਸਕਾਂਗੇ, ਬਟ ਫਿਰ ਵੀ ਗੇਮ 'ਚ ਤਾਂ ਰਹੀਏ ਜੀ। ਅਸੀਂ ਤਾਂ ਰਹੀਏ। ਤੁਸੀਂ ਕੋਈ ਵੀ ਰੂਮ ਦੇਖ ਲਓ ਜੋ ਖਾਲੀ ਹੋਵੇ। ਕੋਈ ਵੀ ਰੂਮ? ਹਾਂਜੀ। ਕਿੱਧਰ ਨੂੰ? ਇੱਧਰ ਨੂੰ। ਅੱਛਾ, ਇੱਧਰ ਨੂੰ। ਤੁਸੀਂ ਕਿੱਧਰ ਚੱਲੋ? ਮੈਂ ਉੱਧਰ ਨੂੰ। ਇੱਧਰੋਂ ਨਹੀਂ ਜਾ ਸਕਦੇ? ਨਹੀਂ, ਮਜ਼ਾਕ ਕਰਦਾ। ਤੁਸੀਂ ਇੱਧਰ ਨੂੰ ਜਾਓ, ਅਸੀਂ ਇੱਧਰ ਨੂੰ ਜਾਂਦੇ ਹਾਂ। ਆ ਜਾ, ਆ ਜਾਓ ਯਾਰ। ਕੁਲੀ, ਚੱਲ ਛੇਤੀ ਕਰੋ, ਤਿਆਰ ਹੋਈਏ। ਯਾਰ ਦੇਖ ਲੈ, ਦੀ ਗੰਢ ਵੱਜ ਗਈ ਨਾ ਫਿਰ। ਮੈਂ ਉਹਨੂੰ ਕਿਹਾ ਸੀ ਪੰਕਜ ਨੂੰ, ਬਈ
ਇਹਦਾ ਨਾੜਾ ਨਾ ਰੱਖੀ ਹੁੱਕ ਰੱਖੀ ਯਾਰ ਸਾਲਿਆ ਵਿਆਹ ਤੇਰਾ ਨਹੀਂ ਕਰਮਜੀਤ ਦਾ ਤੂੰ ਅਟਦੁੱਲਾ ਸਾਹਿਬ ਬਣੀ ਜਾਂਦਾ ਛੇਤੀ ਕਰ ਉਹ ਮੂੰਹ ਬਣਾਈ ਬੈਠਣ ਉੱਥੇ ਕਰਾਂ ਕੀ ਮੈਂ ਇਹਦਾ ਹੁਣ ਖੋਲ ਇਹਨੂੰ ਆ ਕੇ ਕੌਣ ਹੋ ਤੁਸੀਂ ਅਸੀਂ ਅਸੀਂ ਹਾਂ ਤੁਸੀਂ ਕੌਣ ਪਹਿਲਾਂ ਮੈਂ ਪੁੱਛਿਆ ਇੱਥੇ ਕੀ ਕਰ ਰਹੇ ਹੋ ਇੱਥੇ ਨਾੜਾ ਬਣ ਰਹੇ ਹਾਂ ਕਿਉਂ ਬਣ ਰਹੇ ਹੋ ਕਿਉਂਕਿ ਜੇ ਨਾੜਾ ਨਹੀਂ ਬੰਨਾਂਗੇ ਪਜਾਮਾ ਡਿੱਗ ਜੂ ਮੇਰਾ ਮਤਲਬ ਇੱਥੇ ਕਿਉਂ ਬਣ ਰਹੇ ਹੋ ਕਿਤੇ ਹੋਰ ਬੰਨ ਲੈਂਦੇ ਹਾਂ ਦੱਸੋ ਕਿੱਥੇ ਬੰਨੀਏ ਤਮੀਜ਼ ਨਹੀਂ ਹੈ ਹੈਗੀ ਹੈ ਪਾਈ ਹੋਈ ਹੈ ਅੱਜ ਕੱਲ੍ਹ ਪਾਉਣੀ ਸੀ ਅਚਾਨਕ ਤੁਸੀਂ ਆ ਗਏ ਅਸੀਂ ਵੀ ਸੋਚਿਆ ਥੋੜ੍ਹਾ ਤਿਆਰ ਸ਼ਿਆਰ ਹੋ ਲਈਏ ਖੈਰ ਤੁਹਾਡਾ ਮੁਕਾਬਲਾ ਤਾਂ ਨਹੀਂ ਸਾਥੋਂ ਹੋਣਾ ਪਰ ਫਿਰ ਵੀ ਗੇਮ 'ਚ ਤਾਂ ਰਹੀਏ ਹੈ ਲੁੱਕ ਪਹਿਲੀ ਗੱਲ ਤੁਸੀਂ ਕਿਸੇ ਦੇ ਰੂਮ 'ਚ ਇੱਦਾਂ ਆ ਨਹੀਂ ਸਕਦੇ ਦੂਜੀ ਗੱਲ ਯੂ ਗਾਈਜ਼ ਆਰ ਚੇਂਜਿੰਗ ਤੇ ਤੁਸੀਂ ਲੌਕ ਤੱਕ ਨਹੀਂ ਲਾਇਆ ਤੁਸੀਂ ਕਰਮਜੀਤ ਵੱਲੋਂ ਕਿ ਕਰਮਜਿੱਤ ਵੱਲੋਂ ਵੈਸੇ ਅਸੀਂ ਕਰਮਜੀਤ ਵੱਲੋਂ ਹਾਂ ਸਾਡਾ ਖਾਸ ਯਾਰ ਆ ਉਹ ਅਸੀਂ ਖਾਸ ਮਹਿਮਾਨ ਆ ਵਿਆਹ ਦੇ ਸਾਨੂੰ ਕਿਹਾ ਗਿਆ ਅਸੀਂ ਕਮਰਾ ਖੁੱਲ੍ਹਾ ਹੋਇਆ ਵੜ ਜਾਓ ਅਸੀਂ ਵੜ ਗਏ ਆਪਾਂ ਠੀਕ ਹੀ ਵੜੇ ਹਾਂ ਕਿਉਂਕਿ ਵਿਆਹ ਹੁੰਦਾ ਹੀ ਬਦਲ ਗਿਆ ਤੂੰ ਕਾਹਦੀ ਯਾਰੀ ਰਹਿ ਗਈ ਦੱਸ ਬੰਦਾ ਥੋੜ੍ਹੀ ਬਹੁਤ ਮਦਦ ਤਾਂ ਕਰੇ ਯਾਰੀ 'ਚ ਮੈਂ ਤੇਰੇ ਨਾਲ ਨਹੀਂ ਖੜਾ ਮੈਂ ਹਰ ਵਾਰ ਤੇਰੇ ਨਾਲ ਖੜਾ ਜਦੋਂ ਤੈਨੂੰ ਲੋੜ ਪਈ ਹੈ ਹੁਣ ਤੂੰ ਔਰ ਕੁਛ ਲੇਂਗੇ ਸਰ ਆਪ ਉਹ ਨਹੀਂ ਭਰਾਵਾ ਕੁਛ ਨਹੀਂ ਚਾਹੀਦਾ ਹਮ ਤੁਮਕੋ ਬੁਲਾ ਲੇਂਗੇ ਜਦੋਂ ਲੋੜ ਪੜੀ ਚਾਹ ਕਹਿਣੀ ਸੀ ਯਾਰ ਕੁਛ ਨਹੀਂ ਹੁੰਦਾ ਤੂੰ ਚਾਹ ਕੀ ਕਰਨੀ ਹੈ ਤੂੰ ਜੂਸ ਪੀਲਾ ਤੂੰ ਜੂਸ ਆ ਗਿਆ ਹੁਣ ਚਾਹ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ ਚਾਹ ਪੀਣੀ ਹੈ ਨੇ ਭਾਬੀ ਮੇਰੀ ਗੱਲ ਸੁਣੋ ਦੇਖੋ ਮੈਂ ਕਦੋਂ ਉਹਦਾ ਹਾੜ ਹੀ ਕੱਢ ਰਿਹਾ ਘੱਟ ਘੱਟ ਨਾਂ ਤਾਂ ਦੱਸ ਯਾਰ ਪਲੀਜ਼ ਅੱਛਾ ਨਹੀਂ ਦੱਸਣਾ ਨਹੀਂ ਦੱਸਣਾ ਠੀਕ ਹੈ ਤੁਹਾਨੂੰ ਦੋਹਾਂ ਨੂੰ ਤੁਹਾਡੀ ਸ਼ਾਦੀਸ਼ੁਦਾ ਜ਼ਿੰਦਗੀ ਮੁਬਾਰਕ ਸਤਿ ਸ੍ਰੀ ਅਕਾਲ ਸੰਜੋਗ ਸੰਜੋਗ ਨਾਂ ਆਇਆ ਤਾਂ ਕਿੰਨਾ ਪਿਆਰਾ ਨਾਂ ਹੈ ਭਾਬੀ ਕਿੰਨਾ ਪਿਆਰਾ ਨਾਂ ਹੈ ਅਮਰੀਕ ਸੰਜੋਗ ਸੰਜੋਗ ਅਮਰੀਕ ਨਾਂ ਵੀ ਬੜੇ ਜੱਚਦੇ ਨੇ ਯਾਰ ਗੱਲ ਕਰੋ ਯਾਰ ਵੈਸੇ ਉਹ ਬੈਂਗਲੋਰ ਤੋਂ ਹੀ ਪੜ੍ਹੀ ਹੈ ਉਹ ਬੈਂਗਲੋਰ ਪੜ੍ਹੀ ਹੈ ਅਸੀਂ ਵੀ ਬੈਂਗਲੋਰ ਪੜ੍ਹੇ ਹਾਂ ਭਾਬੀ ਤੁਸੀਂ ਗੱਲ ਕਰੋ ਇੱਕ ਵਾਰੀ ਫੋਨ ਭਾਬੀ ਕਿਤੇ ਉਹਦਾ ਹਿਸਾਬ ਕਿਤਾਬ ਤਾਂ ਨਹੀਂ ਕਿਸੇ ਨਾਲ ਨਹੀਂ 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 ਰੱਬਾ ਤੂੰ ਹੈਗਾ ਤੂੰ ਹੈਗਾ ਭਾਬੀ ਤੁਸੀਂ ਐਂ ਕਰੋ ਤੁਸੀਂ ਕੰਮ ਕਰੋ ਉਹਨੂੰ ਫੋਨ ਕਰੋ ਫੋਨ ਕਰਕੇ ਪੁੱਛੋ ਸੰਜੋਗ ਤੂੰ ਬ੍ਰੈਕਫਾਸਟ ਕੀਤਾ ਕਿ ਨਹੀਂ ਜੇ ਨਹੀਂ ਕਰਿਆ ਉਹਨੂੰ ਕੋ ਆ ਜਾ ਇਕੱਠੇ ਕਰਦੇ ਹਾਂ ਨਾਲੇ ਇੱਥੇ ਬ੍ਰੈਕਫਾਸਟ ਕਰਦੇ ਹਾਂ ਨਾਲੇ ਤੁਸੀਂ ਗੱਲ ਤੋਰ ਲਿਓ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ ਮੈਂ ਤੁਹਾਨੂੰ ਨਾ ਪਹਿਲਾਂ ਹੀ ਵਾਰਨ ਕਰਦਾ ਸੰਜੋਗ ਨਾ ਬੜੀ ਕੰਪਲੀਕੇਟਿਡ ਕੁੜੀ ਹੈ ਅੱਛਾ ਗੁੱਸਾ ਉਹਦੇ ਵਿੱਚ ਭਰਿਆ ਪਿਆ ਨੱਕ ਤੇ ਹਮੇਸ਼ਾ ਗੁੱਸਾ ਚੜਿਆ ਹੀ ਰਹਿੰਦਾ ਥੋੜ੍ਹੀ ਜਿਹੀ ਨਾ ਆਕੜ ਖੋਰ ਹੈ ਤੇ ਕਮਲੀ ਵੀ ਹੈ ਇੰਨੇ ਸਾਰੇ ਗੁਣ ਨੇ ਉਹਦੇ ਚ ਕੱਲੀ ਚ ਓ ਭਾਬੀ ਹੋਰ ਬੰਦੇ ਨੂੰ ਕੀ ਚਾਹੀਦਾ ਹੈ ਪਤਾ ਮੈਂ ਤਾਂ ਸੁਪਨੇ ਚ ਵੀ ਇਹੋ ਜਿਹੀ ਕੁੜੀ ਦੇ ਸੁਪਨੇ ਲੈਂਦਾ ਭਾਬੀ ਤੁਸੀਂ ਗੱਲ ਤੋਰੋ ਨਾ ਮੈਂ ਸੱਚ ਕਹਿ ਰਹੀ ਹਾਂ ਕੋਈ ਮਜ਼ਾਕ ਨਹੀਂ ਕਰਦੀ ਪਈ ਮੈਂ ਵੀ ਸੱਚ ਕਹਿ ਰਿਹਾ ਭਾਬੀ ਮਜ਼ਾਕ ਨਹੀਂ ਕਰਦਾ ਪੁੱਛ ਲਓ ਉਹਨੂੰ ਮੈਂ ਵੀ ਸੀਰੀਅਸ ਹਾਂ ਭਾਬੀ ਤੁਸੀਂ ਇੱਕ ਵਾਰੀ ਗੱਲ ਤੋਰੋ ਦੇਖੋ ਮੇਰੀ ਜ਼ਿੰਦਗੀ ਬਣਾਉਣ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਭਾਬੀ ਆਈ ਨੀਡ ਯੋਰ ਹੈਲਪ ਪਲੀਜ਼ ਭਾਬੀ ਤੁਸੀਂ ਗੁੜਗਾਉਂ ਜਾਣਾ ਹੈ ਨਾ ਹਾਂ ਸੰਜੋਗ ਤੇ ਸ਼ਵੇਤਾ ਨੇ ਵੀ ਗੁੜਗਾਉਂ ਹੀ ਜਾਣਾ ਮੈਂ ਸੰਜੋਗ ਨੂੰ ਕਹਿ ਦੇਣੀ ਆ ਤੁਸੀਂ ਲੈ ਜਿਓ ਅੱਛਾ ਬਾਕੀ ਅੱਗੇ ਤੁਹਾਡੀ ਕਿਸਮਤ ਹੈ ਹਾਏ ਮੇਰੀ ਕਿਸਮਤ ਮੇਰੀ ਕਿਸਮਤ ਭਾਬੀ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਹੜੀ ਖੁਸ਼ੀ ਦਿੱਤੀ ਹੈ ਹਾਏ ਭਾਬੀ ਤੁਹਾਡੇ ਪੈਰ ਕਿੱਥੇ ਨੇ ਮੈਨੂੰ ਪਤਾ ਉਹ ਨਾ ਹੋਏ ਨਹੀਂ ਨਹੀਂ ਬਸ ਬਸ ਭਾਬੀ ਸੱਚੀ ਕਹਿ ਰਿਹਾ ਜਿਹਦੇ ਕੋਲ ਇੰਨਾ ਸੁਨੱਖਾ ਵੀਰ ਤੇ ਇੰਨੀ ਸੋਹਣੀ ਭਾਬੀ ਹੋਵੇ ਉਹਨੂੰ ਹੋਰ ਕੀ ਚਾਹੀਦਾ ਸੰਜੋਗ ਤੋਂ ਇਲਾਵਾ ਠੀਕ ਹੈ ਮੈਂ ਚੱਲਦਾ ਤੁਸੀਂ ਕਰੋ ਬ੍ਰੈਕਫਾਸਟ ਮੈਂ ਚਾਹ ਨੂੰ ਕਹਿਣਾ ਤੇਰੀ ਨੂੰ ਹੈ ਭਾਬੀ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਬੜੀ ਜ਼ਰੂਰੀ
ਤੁਸੀਂ ਬਹੁਤ ਗਲਤ ਜਗ੍ਹਾ ਵਿਆਹ ਕੀਤਾ, ਯੂ ਡਿਜ਼ਰਵ ਬੈਟਰ। ਸੁਣ ਲਿਆ? ਓ ਬੱਗੂ, ਹੁਣ ਤੂੰ ਮੈਨੂੰ ਗਲਤ ਸਮਝਦੀ ਹੈ। ਗਲਤ ਸਹੀ ਛੱਡੋ, ਮੈਂ ਸੱਚੀ ਕਹਿ ਰਹੀ ਹਾਂ, ਸਮਝਾਓ ਉਹਨੂੰ ਕੁਝ। ਉਹਨੇ ਨਹੀਂ ਰੁਕਣਾ, ਉਹਨੇ ਗੇਰ ਪਾਤਾ ਹੁਣ ਆਪਣਾ। ਚੱਲ ਹਾਂ ਜੀ, ਬੈਠ ਬੈਠ। ਵੈਸੇ ਕਿੰਨੀ ਹੈਰਾਨੀ ਦੀ ਗੱਲ ਹੈ ਜੀ, ਤੁਸੀਂ ਵੀ ਬੈਂਗਲੌਰ ਸੀ 2014 'ਚ, ਅਸੀਂ ਵੀ ਬੈਂਗਲੌਰ ਸੀ 2014 'ਚ, ਹੈਂ? ਕਿੱਡਾ ਕੋਇੰਸੀਡੈਂਸ ਹੈ ਇਹ, ਦੱਸ ਹੈਂ? ਕਿਹੜੇ ਕਾਲਜ ਸੀ? ਕ੍ਰਿਸਟੂ ਜੈਂਤੀ ਕਾਲਜ। ਕ੍ਰਿਸਟੂ ਕਾਲਜ ਸੀ? ਅਸੀਂ ਵੀ ਕ੍ਰਿਸਟੂ ਕਾਲਜ ਸੀ। ਪਰ ਉਹ ਤਾਂ ਗਰਲਸ ਕਾਲਜ ਹੈ ਨਾ। ਨਹੀਂ ਨਹੀਂ, ਤੁਸੀਂ ਸਮਝੇ ਨਹੀਂ, ਮੈਂ ਕਹਿ ਰਿਹਾ ਕ੍ਰਿਸਟੂ ਕਾਲਜ ਦੇ ਮੂਹਰੇ ਅੰਨਪੂਰਨਾ ਢਾਬਾ ਸੀ, ਉੱਥੋਂ ਬੜਾ ਅੰਨ ਖਾਧਾ ਸੀ। ਕਿਉਂ ਕੁੱਲੀ? ਅਸੀਂ ਤਾਂ ਜੀ ਪਰੌਂਠੇ ਬਣਾਉਣੇ ਵੀ ਆਪ ਸਿਖਾਏ ਨੇ ਉਸ ਢਾਬੇ ਵਾਲੇ ਨੂੰ ਆਪਣੇ ਹੱਥਾਂ ਨਾਲ। ਖਾਧਾ ਤੇ ਹੋਣਾ ਤੁਸੀਂ ਪਰੌਂਠਾ, ਐਡੇ ਐਡੇ ਪਰੌਂਠੇ ਬਣਾਉਂਦਾ ਸੀ ਹਾਥੀ ਦੇ ਖਾਣੇ ਜੱਟੇ। ਵੈਸੇ ਕਿਸੇ ਨੇ ਸੱਚ ਕਿਹਾ, ਦੇਖੋ ਇਸ ਧਰਤੀ ਤੇ ਹਰੇਕ ਬੰਦਾ ਦੂਜੇ ਬੰਦੇ ਤੋਂ 6 ਕੜੀਆਂ ਦੂਰ ਹੈ। ਮਤਲਬ ਦੋ ਅਣਜਾਣ ਬੰਦੇ ਇੱਕ ਦੂਜੇ ਨਾਲ ਵੱਧ ਤੋਂ ਵੱਧ 6 ਬੰਦਿਆਂ ਰਾਹੀਂ ਜੁੜੇ ਹੁੰਦੇ ਆ। 6 ਡਿਗਰੀਜ਼ ਆਫ ਸੈਪਰੇਸ਼ਨ, ਮਤਲਬ ਜਿੱਦਾਂ ਤੁਸੀਂ ਤੇ ਮੈਂ, ਆਪਾਂ ਦੋਵੇਂ ਇੱਕ ਦੂਜੇ ਤੋਂ ਸਿਰਫ 2 ਹੀ ਕੜੀਆਂ ਦੂਰ ਸੀ। ਮਤਲਬ ਮੈਂ ਮੁੰਡੇ ਕਰਮਜੀਤ ਨੂੰ ਜਾਣਦਾ, ਤੁਸੀਂ ਕੁੜੀ ਕਰਮਜੀਤ ਨੂੰ ਜਾਣਦੇ ਸੀ, ਉਹ ਵੀ 2 ਕੜੀਆਂ ਤੋਂ 1 ਕੜੀ ਹੋ ਗਈ, ਉਹਨਾਂ ਦਾ ਵਿਆਹ ਹੋ ਗਿਆ। ਕੁੱਲੀ, ਉਹ ਕੁੱਲੀ ਇਸਦਾ ਕੇ ਬੈਠ, ਤੁਸੀਂ ਪਲੀਜ਼ ਅੱਗੇ ਦੇਖੋ। ਅੱਗੇ ਦੇਖ ਰਿਹਾ ਮੈਂ, ਤੁਸੀਂ ਘਬਰਾਓ ਨਾ, ਅੱਗੇ ਦੇਖ ਰਿਹਾ ਮੈਂ, ਤੁਹਾਨੂੰ ਲੱਗਿਆ ਮੈਂ ਪਿੱਛੇ ਦੇਖ ਰਿਹਾ। ਵੈਸੇ ਤੁਹਾਨੂੰ ਪਤਾ ਨਹੀਂ, ਪਰੌਂਠੇ ਮੇਰੀ ਜਾਨ ਹੈ। ਬਿਲਕੁਲ, ਪਰੌਂਠਿਆਂ ਬਿਨਾਂ ਮੈਂ ਜ਼ਿੰਦਗੀ ਦਾ ਤਸੱਵਰ ਨਹੀਂ ਕਰ ਸਕਦਾ ਜੀ। ਪਤਾ ਹੈ ਨਾ, ਕਿਉਂ ਨਹੀਂ ਪਤਾ? ਮੇਰੇ ਕੋਰਸ ਦੀ ਕਿਤਾਬ 'ਚ ਸੀਗਾ, ਮਲਟੀਪਲ ਚੋਇਸ ਟਾਈਪ ਕੁਐਸਚਨ ਵੀ ਇਹੀ ਆਇਆ ਸੀ। ਕੀ ਨਾਮ ਲਿਆ ਤੁਸੀਂ? ਕ੍ਰਿਸ਼ਟ ਕਾਲਜ। ਤੁਹਾਡਾ ਨਾਮ? ਅਮਰੀਕ। ਅਮਰੀਕ, ਸਵਾਲ ਇਹ ਸੀ ਕਿ ਅਮਰੀਕ ਨੂੰ ਪਰਾਂਠੇ ਪਸੰਦ ਨੇ ਕਿ ਨਾਨ ਪਸੰਦ ਨੇ ਕਿ ਪੀਜ਼ੇ ਪਸੰਦ ਨੇ ਕਿ ਛਿੱਤਰ। ਫਿਰ ਤੁਸੀਂ ਜਵਾਬ 'ਚ ਛਿੱਤਰ ਲਿਖਿਆ ਹੋਣਾ ਤੇ ਫੇਲ ਹੋ ਗਏ ਹੋਵੋਗੇ। ਮਖੌਲ ਕਰਦਾ। ਪਰ ਬੜੀ ਹੈਰਾਨੀ ਦੀ ਗੱਲ ਹੈ, ਬੜੀ ਹੈਰਾਨੀ ਦੀ ਗੱਲ ਹੈ, ਬੰਗਲੌਰ 'ਚ ਰਹਿੰਦਿਆਂ ਇੱਕ ਦੂਜੇ ਨਾਲ ਟਾਕਰਾ ਨਹੀਂ ਹੋਇਆ ਆਪਣਾ। ਨਿੱਕਾ ਜਿਹਾ ਬੰਗਲੌਰ ਹੈ, ਮਿਲੇ ਕਿਉਂ ਨਹੀਂ? ਕਿਉਂਕਿ ਜੇ ਮੈਂ ਜ਼ਿੰਦਗੀ 'ਚ ਇੱਕ ਵਾਰ ਵੀ ਤੁਹਾਨੂੰ ਵੇਖ ਲੈਂਦਾ ਨਾ, ਮੈਂ ਨਹੀਂ ਸੀ ਭੁੱਲਦਾ। ਉਹ ਪੜਾਕੂ ਬੋਸੀ ਜੀ ਇਹ। ਅੱਛਾ, ਕਾਲਜ ਤੋਂ ਹੋਸਟਲ ਤੇ ਹੋਸਟਲ ਤੋਂ ਕਾਲਜ, ਬਸ ਇਹੀ ਜ਼ਿੰਦਗੀ ਸੀ ਇਹਦੀ। ਤੇ ਹੁਣ ਘਰ ਤੋਂ ਆਫਿਸ ਤੇ ਆਫਿਸ ਤੋਂ ਘਰ। ਤੁਹਾਡਾ ਵੀ ਇਹੀ ਰੂਟੀਨ ਸੀ ਜੀ? ਫੜੋ, ਟਾਇਰਾਂ ਵਾਲਾ ਹੈ। ਥੈਂਕ ਯੂ ਅਮਰੀਕ। ਥੈਂਕ ਯੂ। ਸੁਣੋ 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 ਸੁਣੋ, ਮੈਂ ਸੁਣਿਆ ਸੰਜੋਗ ਜ਼ਰਾ ਕੰਪਲਿਕੇਟਿਡ ਕੁੜੀ ਹੈ, ਸੱਚੀ ਗੱਲ? ਸੱਚੀ ਹੈ। ਸੁਣੋ ਤੇ ਸਹੀ। ਹਾਂਜੀ, ਮੈਨੂੰ ਲੱਗਾ ਸੀ, ਮੈਂ ਕਿਹਾ ਚਲੋ ਕਨਫਰਮ ਕਰ ਲੈਂਦੇ, ਤਾਂ ਮੈਂ ਤੁਹਾਨੂੰ ਰੋਕਿਆ। ਉਹਦਾ ਵੈਸੇ ਪੁੱਛ ਰਿਹਾ, ਜੇ ਇਨ ਕੇਸ ਮੈਨੂੰ ਤੁਹਾਡੀ ਸਲਾਹ ਸਲੂਹ ਦੀ ਲੋੜ ਪਈ, ਤੁਸੀਂ ਮੈਨੂੰ ਸਲਾਹ ਦੇ ਦੋਗੇ? ਉਦਾਂ ਹੀ ਫਰੈਂਡਲੀ। ਠੀਕ ਹੈ, ਬਾਏ। ਥੈਂਕ ਯੂ, ਬਾਏ 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 ਸੰਜੋਗ। ਆ ਜਾ। ਚੰਗੀਆਂ ਕੁੜੀਆਂ ਨੇ। ਤੁਸੀਂ ਕੁੜੀ ਕਰਮਜੀਤ ਨੂੰ ਜਾਣਦੇ ਸੀ, ਮੈਂ ਮੁੰਡੇ ਕਰਮਜੀਤ ਨੂੰ ਜਾਣਦਾ ਸੀ। ਇੱਕ ਵਾਰ ਵੀ ਵੇਖਿਆ ਹੁੰਦਾ ਤੇ ਭੁੱਲਦਾ ਨਹੀਂ। ਪੱਕਾ ਇਹ ਮੁੰਡਾ ਨਾ ਤਿਆਰੀ ਕਰਕੇ ਆਇਆ ਸੀ। ਕੁਝ ਨੰਬਰ ਨੰਬਰ ਬਣੇ ਕਿ ਨਹੀਂ ਇਹਦੇ? ਪਲੀਜ਼, ਇੱਕ ਗੱਲ ਦੀ ਤਾਂ ਮੈਂ ਪੱਕੀ ਭਵਿੱਖਬਾਣੀ ਕਰ ਸਕਦੀ ਹਾਂ, ਖੇਨੂੰ ਤੋਂ ਆਖਰੀ ਵਾਰ ਨਹੀਂ ਵੇਖਿਆ।
ਹੈਲੋ ਹੈਲੋ ਹਾਂ ਸ਼ਵੇਤਾ ਕਿੱਥੇ ਹੋ ਆਰਡੀ ਮਾਲ ਹੋਰ ਕਿੱਥੇ ਮੈਂ ਵੀ ਆਰਡੀ ਮਾਲ ਹੀ ਹਾਂ ਆਰਡੀ ਮਾਲ 'ਚ ਕਿੱਥੇ ਹੋ ਸੈਕਿੰਡ ਫਲੋਰ 'ਤੇ ਅਤੇ ਮੈਂ ਵੀ ਸੈਕਿੰਡ ਫਲੋਰ 'ਤੇ ਖੜ੍ਹਾ ਮੈਂ ਤਾਂ ਦਿਸਦੇ ਨਹੀਂ ਪਏ ਹੋ ਕਿੱਧਰ ਹੋ ਪਿੱਛੇ ਦੇਖ ਪਿੱਛੇ ਕਿੱਥੇ ਪਿੱਛੇ ਉਹ ਅੱਛਾ ਆਇਆ ਮੈਂ ਆਇਆ ਆਇਆ ਰੁਕ 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 ਹਾਂ ਕੀ ਹੋਇਆ ਦੇਖ ਸੰਜੋਗ ਨੂੰ ਨਾ ਪਤਾ ਲੱਗ ਜਾਏ ਕਿ ਤੂੰ ਮੇਰੇ ਕੋਲ ਉਹਦੀ ਜਸੂਸੀ ਕਰਵਾ ਰਿਹਾ ਉਹ ਮੈਨੂੰ ਤਾਂ ਆਪ ਇਸ ਗੱਲ ਦੀ ਟੈਨਸ਼ਨ ਹੈ ਤੂੰ ਨਾ ਉਹਦੇ ਸਾਹਮਣੇ ਬੋਲ ਬੈਠੀ ਵੀ ਤੂੰ ਮੇਰੀ ਉਹਦੇ ਨਾਲ ਗਾਟੀ ਪਾਉਣ ਲੱਗੀ ਆ ਕੁੜੀਆਂ ਦੇ ਢਿੱਡ 'ਚ ਗੱਲ ਰਹਿੰਦੀ ਨਹੀਂ ਨਾ ਪਰ ਹਾਂ ਤੂੰ ਥੋੜ੍ਹੀ ਡਿਫਰੈਂਟ ਹੈ ਅੱਛਾ ਵੈਸੇ ਕਿੰਨੀ ਕੁ ਕੁੜੀਆਂ ਨੂੰ ਕਹੀ ਹੈ ਤੂੰ ਇਹ ਗੱਲ ਨਹੀਂ ਨਹੀਂ ਇਹ ਗੱਲ ਮੈਂ ਸਿਰਫ ਤੈਨੂੰ ਕਹੀ ਹੈ ਸਾਹ ਲੱਗੇ ਚੱਲ ਠੀਕ ਆ ਆ ਜਾ ਚੱਲ ਆ ਗਿਆ ਮੈਂ ਇੱਧਰ ਲੈ ਬਈ ਅਮਰੀਕਾ ਹੁਣ ਆਊਗੀ ਤੈਨੂੰ ਪਛਾਣੂਗੀ ਪਰ ਤੂੰ ਐਟੀਚਿਊਡ ਰੱਖਣਾ ਵੀ ਤੂੰ ਪਛਾਣਿਆ ਹੀ ਨਹੀਂ ਮੈਂ ਤਾਂ ਜਾਣਦਾ ਹੀ ਨਹੀਂ ਜੀ ਕੌਣ ਹੋ ਤੁਸੀਂ ਹੈ ਚੱਲ ਅਮਰੀਕ ਸ਼ਾਬਾਸ਼ ਹਾਏ ਅਮਰੀਕ ਹਾਏ ਆਪਾਂ ਮਿਲਿਆ ਕਿਤੇ ਕਿੱਥੇ ਮਿਲਿਆ ਕਿੱਥੇ ਮਿਲਿਆ ਮੈਨੂੰ ਯਾਦ ਕਿਉਂ ਨਹੀਂ ਆ ਰਿਹਾ ਸੰਜੋਗ ਨਾ ਹੈ ਤੁਹਾਡਾ ਹਾਂਜੀ ਸੰਜੋਗ ਨਾ ਹੈ ਤੁਹਾਡਾ ਇੰਨਾ ਪਿਆਰਾ ਨਾ ਕੋਈ ਕਿਵੇਂ ਭੁੱਲ ਸਕਦਾ ਭਲਾ ਇੰਨੀ ਪਿਆਰੀ ਸਮਾਈਲ ਤੁਹਾਡੀ ਹੈ ਦੱਸੋ ਕਾਮਯਾਬ ਹੈ ਕਾਮਯਾਬ ਹੈ ਕਾਮਯਾਬ ਹੈ ਤਰੀਕਾ ਅਮਰੀਕਾ ਸ਼ਾਬਾਸ਼ ਸੰਜੋਗ ਹਾਏ ਆਪਾਂ ਮਿਲੇ ਆ ਕਿਤੇ ਮਿਲੇ ਆ ਬਿਲਕੁਲ ਮਿਲੇ ਆਪਾਂ ਕੀ ਨਾਮ ਸੀ ਤੁਹਾਡਾ ਅਮਰੀਕ ਅਮਰੀਕ ਨਾਈਸ ਮੀਟਿੰਗ ਯੂ ਸੰਜੋਗ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਦਰਅਸਲ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਦੱਸੋ ਉਹ ਅੱਛਾ ਸੀ ਫੰਕਸ਼ਨ ਹੈ ਨਾ ਬੜਾ ਇੰਜੋਏ ਕੀਤਾ ਆਪਾਂ ਉਸ ਫੰਕਸ਼ਨ 'ਚ ਤੁਸੀਂ ਵੀ ਕੀਤਾ ਮੈਂ ਦੇਖਿਆ ਤੁਹਾਨੂੰ ਤੁਸੀਂ ਮੈਨੂੰ ਦੇਖਿਆ ਇੰਜੋਏ ਕਰਦੇ ਹਾਂ ਦੇਖਿਆ ਨਾ ਜਮਾਂ ਨਹੀਂ ਥੱਕੇ ਸਾਰੀ ਰਾਤ ਨੱਚੇ ਹੈ ਨਾ ਆਓ ਕੌਫੀ ਪੀਂਦੇ ਹਾਂ ਬਹਿ ਕੇ ਸੌਰੀ ਮੈਂ ਕੌਫੀ ਨਹੀਂ ਪੀਂਦੀ ਕੌਫੀ ਨਹੀਂ ਪੀਂਦੇ ਫਿਰ ਆਓ ਚਾਹ ਪੀਂਦੇ ਹਾਂ ਬਹਿ ਕੇ ਚਾਹ ਵੀ ਨਹੀਂ ਪੀਂਦੇ ਤੁਸੀਂ ਚਲੋ ਆ ਫਿਰ ਜੂਸ ਪੀ ਲੈਣਾ ਕਿਹੜਾ ਜੂਸ ਪੀਓਗੇ ਸੰਤਰਾ ਸੇਬ ਅਨਾਰ ਅੰਗੂਰ ਲੀਚੀ ਕਿਨੂੰ ਹੈ ਜੂਸ ਵੀ ਨਹੀਂ ਪੀਂਦੇ ਤੁਸੀਂ ਵੈਰੀ ਨਾਈਸ ਫਿਰ ਸ਼ੇਕ ਪੀ ਲੈਂਦੇ ਹਾਂ ਬਨਾਨਾ ਸ਼ੇਕ ਪਪੀਤਾ ਸ਼ੇਕ ਸੀਤਾਫਲ ਸ਼ੇਕ ਚੀਕੂ ਸ਼ੇਕ ਕੁੱਕ ਨੋ ਗੋਲ ਗੱਪਿਆਂ ਦਾ ਪਾਣੀ ਪੀਓਗੇ ਓਕੇ ਓਕੇ ਆਓ ਫਿਰ ਹੈਲੋ ਹਾਏ ਹਾਏ ਤੁਹਾਨੂੰ ਇੱਥੇ ਕੋਈ ਕੰਮ ਹੈ ਇੱਥੇ ਹਾਂਜੀ ਜ਼ਰੂਰੀ ਕੰਮ ਸੀ ਅਤੇ ਤੁਸੀਂ ਮੈਂ ਇੱਥੇ ਜੋਬ ਕਰਦੀ ਹਾਂ
ਅੱਛਾ ਤੁਸੀਂ ਇੱਥੇ ਜੌਬ ਕਰਦੇ ਹੋ? ਇਹ ਜਗ੍ਹਾ ਤਾਂ ਬੜੀ ਪਸੰਦ ਆ ਮੈਨੂੰ, ਬਹੁਤ ਪਸੰਦ ਆ। ਓਕੇ, ਸੀ ਯੂ। ਤੁਹਾਡਾ ਅੱਜ ਲੰਚ ਦਾ ਕੀ ਪਲਾਨ ਹੈ? ਇੱਥੇ ਕੋਈ ਜਗ੍ਹਾ ਹੋਵੇ ਜਿੱਥੇ ਬੈਠ ਕੇ ਲੰਚ ਕਰ ਸਕੀਏ, ਮਤਲਬ ਮੈਂ ਲੰਚ ਕਰ ਸਕਾਂ। ਨਹੀਂ ਪਤਾ, ਮੈਨੂੰ ਪਤਾ ਇੱਕ ਵਧੀਆ ਜਗ੍ਹਾ ਜਿੱਥੇ ਬੈਠ ਕੇ ਆਪਾਂ ਲੰਚ ਕਰ ਸਕਦੇ ਹਾਂ ਇਕੱਠੇ, ਮਤਲਬ ਮੈਂ ਲੰਚ ਕਰ ਸਕਾਂ। ਤੁਸੀਂ ਵੀ ਜੁਆਇਨ ਕਰ ਸਕਦੇ ਹੋ, ਮਤਲਬ ਸੋਹਣੇ ਲੱਗਾਂਗੇ ਆਪਾਂ ਜੇ ਇਕੱਠਿਆਂ ਲੰਚ ਕੀਤਾ। ਮਤਲਬ ਪਤਾ ਨਹੀਂ ਮੈਂ ਕੀ ਬੋਲ ਰਿਹਾ, ਪਰ ਤੁਸੀਂ ਲੰਚ 'ਤੇ ਚੱਲੋਗੇ ਮੇਰੇ ਨਾਲ? ਚੱਲੋਗੇ? ਹਾਂਜੀ 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 ਆ ਹਾਂਜੀ ਹਾਂਜੀ ਤੁਹਾਨੂੰ ਪਤਾ ਨਾ ਗੱਡੀ ਨਿਕਲ ਗਈ ਸੀ। ਉਹ ਤਾਂ ਪਹਿਲੇ ਆਪ 'ਚ ਨਹੀਂ ਨਿਕਲੀ ਸੀ? ਪਹਿਲੇ ਆਪ 'ਚ ਨਿਕਲੀ ਸੀ। ਮੈਨੂੰ ਆਪਣੇ ਬਾਰੇ ਕੁਝ ਦੱਸੋ। ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਸਭ ਕੁਝ। ਪਹਿਲਾਂ ਤੁਸੀਂ ਦੱਸੋ ਕੀ ਪੁੱਛਣਾ? ਸਭ ਕੁਝ। ਸਭ ਕੁਝ? ਹਾਂਜੀ। ਨਹੀਂ ਪਰ ਮੈਂ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਦਾ। ਕਿਉਂ? ਕਿਉਂਕਿ ਮੇਰੇ ਸਭ ਕੁਝ ਹੁਣ ਤੁਸੀਂ ਬਹੁਤ ਕੁਝ ਹੋ ਅਤੇ ਉਹ ਤੁਸੀਂ ਮੈਨੂੰ ਅਜੇ ਦੱਸਿਆ ਨਹੀਂ। ਵੈਲ ਓਕੇ, ਮੈਂ ਲਾਈਫ 'ਚ ਇੱਕ ਮੁਕਾਮ ਹਾਸਿਲ ਕਰਨਾ ਚਾਹੁੰਦੀ ਹਾਂ। ਓਕੇ, ਐਂਡ ਆਈ ਵਾਂਟ ਦ ਵਰਲਡ ਟੂ ਨੋ ਕਿ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਮਾਮਲੇ 'ਚ ਘੱਟ ਨਹੀਂ ਹੁੰਦੀਆਂ। ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ? ਕੁੜੀਆਂ ਮੁੰਡਿਆਂ ਤੋਂ ਕਿਉਂ ਘੱਟ ਨੇ? ਮੇਰੇ ਘਰ 'ਚ ਜਿੰਨੀਆਂ ਵੀ ਲੇਡੀਜ਼ ਨੇ ਉਹ ਮੁੰਡਿਆਂ ਤੋਂ ਘੱਟ ਨਹੀਂ, ਆਈ ਮੀਨ ਬੰਦਿਆਂ ਤੋਂ। ਕਹਿਣ ਦਾ ਮਤਲਬ ਹੈ ਕਿ ਮੈਨੂੰ ਪਾਲਿਆ ਸੰਭਾਲਿਆ ਮੇਰੇ ਘਰ ਦੀਆਂ ਲੇਡੀਜ਼ ਨੇ, ਮੇਰੀ ਮਾਂ ਨੇ, ਮੇਰੀ ਭੈਣ ਨੇ, ਮੇਰੀ ਦਾਦੀ ਨੇ, ਮੈਨੂੰ ਜ਼ਿੰਦਗੀ 'ਚ ਤਿਆਰ ਹੀ ਕੁੜੀਆਂ ਨੇ ਕੀਤਾ। ਹਾਂ, ਲੇਡੀਜ਼ ਨੇ ਜ਼ਿੰਦਗੀ ਲਈ ਤਿਆਰ। ਇੰਨੇ ਕੇਕ? ਉਹ ਇੰਨੇ ਕਿੰਨੇ ਕਿੰਨੇ ਕੇਕ? ਦੋ ਤਾਂ ਕੇਕ ਨੇ, ਬਾਏ ਵਨ ਗੈਟ ਵਨ ਫ੍ਰੀ ਵਾਲਾ ਆਫਰ ਹੋਊ ਕੋਈ? ਅੱਛਾ, ਹਾਂ ਵੀ ਰੱਖ ਇੱਧਰ, ਲੈ ਵੀ ਰੱਖੋ ਰੈੱਡ ਵੈਲਵਟ। ਆਹ ਵਾਲਾ ਜਿਹੜਾ ਕੇਕ ਹੈ ਇਹ ਤਾਂ ਅਮਰੀਕ ਨੇ ਅਰੇਂਜ ਕੀਤਾ ਹੈ। ਜਿਸ ਤਰ੍ਹਾਂ ਸਾਡੇ ਦੋਹਾਂ ਦੀ ਅੱਜ ਸੈਕਿੰਡ ਵੈਡਿੰਗ ਐਨੀਵਰਸਰੀ ਹੈ, ਉਵੇਂ ਹੀ ਸੰਜੋਗ ਤੇ ਅਮਰੀਕ ਸੰਜੋਗ ਦੀ ਐਨੀਵਰਸਰੀ ਦੀ ਵੀ ਦੋਸਤੀ ਨੂੰ 2 ਸਾਲ ਪੂਰੇ ਹੋ ਗਏ, ਉਸ ਕਰਕੇ ਕੇਕ ਮੰਗਾਇਆ ਐਂਡ ਇਹ ਕੇਕ ਸੰਜੋਗ ਕੱਟੂਗੀ। ਨਵੇੜੋ ਕੰਮ, ਖਾਣ ਪੀਣ ਵਾਲੀ ਗੱਲ ਤਾਂ ਕਰੋ ਕੋਈ। ਚਲੋ ਲਓ ਜੀ, ਕੱਟੋ ਕੱਟੋ। ਅਮਰੀਕ, ਤੂੰ ਸੰਜੋਗ ਨੂੰ ਅੱਜ ਪ੍ਰਪੋਜ਼ ਕਿਉਂ ਨਹੀਂ ਕੀਤਾ? ਭਾਬੀ ਮੈਨੂੰ ਲੱਗਦਾ ਸਾਰਿਆਂ 'ਚ ਉਹਨੂੰ ਇਹ ਸਭ ਪਸੰਦ ਨਹੀਂ ਆਇਆ, ਮੇਰੀ ਤਾਂ ਹਿੰਮਤ ਹੀ ਨਹੀਂ ਪਈ। ਕੋਈ ਨਹੀਂ, ਹੌਂਸਲਾ ਜਿਹਾ ਇਕੱਠਾ ਕਰਕੇ ਨਾ ਇਕੱਲੇ 'ਚ ਗੱਲ ਕਰਨੀ ਪਊਗੀ। Can I take your order, sir, please? Oh, yaar. 5 minute ruk ja, yaar. Sir, woh band walon ko naye event ke liye Delhi jana tha. Main unhan naal aape gal kar lunga. Main aape gal kar lunga. Okay, sir. Vire, bas thoda ja hor time hai. She's on the way. Aundi pahi hai. Tu hi bajai chalo apna. Aja, yaar.
ਮੇਰੇ ਵਾਸਤੇ ਵੀ ਕੁਛ ਆਰਡਰ ਕਰ ਦੀ, ਮੈਂ ਨਹੀਂ ਜਾ ਰਹੀ। ਯਾਰ ਅਮਰੀਕ ਦੀ ਕਾਲ ਆ ਰਹੀ ਹੈ, ਤੂੰ ਦੱਸ ਤਾਂ ਦੇ ਉਹਨੂੰ ਕਿ ਤੂੰ ਨਹੀਂ ਆ ਰਹੀ। ਮੈਨੂੰ ਪਤਾ ਯਾਰ ਉਹਨੂੰ ਹਾਂ ਕਰਨਾ ਹੀ ਗਲਤੀ ਸੀ, ਆਈ ਨਿਊ ਇਟ ਕਿ ਉਹ ਪ੍ਰਪੋਜ਼ ਕਰਨ ਨੂੰ ਫਿਰਦਾ, ਪਰ ਦੱਸਣਾ ਤਾਂ ਪੈਣਾ, ਨਹੀਂ ਤਾਂ ਕੁਛ ਜ਼ਿਆਦਾ ਹੀ ਹੋ ਜਾਊਗਾ। ਹਾਏ ਅਮਰੀਕ। ਸੰਜੋਗ ਕਿੱਥੇ ਰਹਿ ਗਈ ਹੈ, ਹੋਰ ਕਿੰਨਾ ਟਾਈਮ ਲੱਗਣਾ ਯਾਰ? ਸਮਥਿੰਗ ਹੈਜ਼ ਕਮ ਅਪ ਯਾਰ, ਮੈਂ ਨਹੀਂ ਆ ਪਾਉਂਗੀ। ਆ ਨਹੀਂ ਸਕਦੀ ਮਤਲਬ? ਯਾਰ ਬੈਂਗਲੌਰ ਜਾਣਾ ਪੈ ਰਿਹਾ ਮੀਟਿੰਗ ਲਈ। ਬੈਂਗਲੌਰ ਅੱਜ ਹੀ? ਹਾਂ ਮੀਟਿੰਗ ਐਡਵਾਂਸ ਹੋ ਗਈ ਹੈ ਨਾ। ਅੱਛਾ ਚੱਲ ਮੈਂ ਆਉਣਾ ਤੈਨੂੰ ਏਅਰਪੋਰਟ ਛੱਡਣ। ਨਹੀਂ ਨਹੀਂ ਮੈਨੂੰ ਛੱਡਣ ਜਾਣ ਦੀ ਕੋਈ ਲੋੜ ਨਹੀਂ ਹੈ, ਮੈਂ ਮੈਨੇਜ ਕਰ ਲੂੰਗੀ, ਬਾਕੀ ਕਲੀਗਸ ਵੀ ਹੋਣਗੇ ਨਾ ਮੇਰੇ ਨਾਲ। ਸੰਜੋਗ ਕਿਤੇ ਤੂੰ ਮੈਥੋਂ ਖੇੜਾ ਤਾਂ ਨਹੀਂ ਛਡਾਉਣਾ ਚਾਹੁੰਦੀ ਹੈ? ਮਜ਼ਾਕ ਕਰਦਾ, ਚੱਲ ਮੈਂ ਆਉਣਾ ਮਿਲਣ ਆਉਣਾ। ਲੁੱਕ ਅਮਰੀਕ, ਮੈਂ ਤੈਨੂੰ ਬਹੁਤ ਦੇਰ ਤੋਂ ਕੁਛ ਦੱਸਣਾ ਚਾਹੁੰਦੀ ਹਾਂ। ਹਾਂ ਦੱਸ। ਆਪਣੇ ਵਿੱਚ ਜੋ ਕੁਛ ਵੀ ਹੈ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ। ਕੀ? ਓ ਇੱਕ ਮਿੰਟ ਬੰਦ ਕਰੋ ਯਾਰ, ਬੰਦ ਕਰੋ ਇੱਕ ਮਿੰਟ ਪਲੀਜ਼। ਕੀ ਕਿਹਾ ਤੂੰ? ਯਾਰ ਆਪਾਂ ਕੰਪੈਟੀਬਲ ਨਹੀਂ ਆ ਇੱਕ ਦੂਜੇ ਨਾਲ। ਦੇਖ ਆਪਣਾ ਇਕੱਠਿਆਂ ਦਾ ਕੋਈ ਫਿਊਚਰ ਤਾਂ ਹੈ ਨਹੀਂ, ਹੈ ਨਾ? ਆਈ ਹੋਪ ਯੂ ਡੋਂਟ ਥਿੰਕ ਬੈਡ ਆਫ ਮੀ, ਆਈ ਐਮ ਰੀਅਲੀ ਸੌਰੀ। ਨਹੀਂ ਨਹੀਂ ਇਟਸ ਓਕੇ, ਕੋਈ ਗੱਲ ਨਹੀਂ, ਕੋਈ ਨਹੀਂ। ਓਕੇ ਬਾਏ। ਇਹ ਤਾਂ ਕੋਈ ਔਖਾ ਕੰਮ ਨਹੀਂ ਸੀ, ਮੈਂ ਤਾਂ ਐਵੇਂ ਹੀ ਬਸ। ਵੈਸੇ ਹੋਇਆ ਕੀ ਹੈ ਤੁਹਾਡੇ ਦੋਨਾਂ ਵਿੱਚ, ਕੀ ਕਰਤਾ ਉਹਨੇ? ਕੁਛ ਨਹੀਂ ਯਾਰ, ਕੁਛ ਜ਼ਿਆਦਾ ਹੀ ਸੀਰੀਅਸ ਹੋ ਗਿਆ ਸੀ। ਆਈ ਮੀਨ ਬੋਏਫ੍ਰੈਂਡ ਤੱਕ ਠੀਕ ਸੀ, ਬਟ ਵਿਆਹ? ਪਲੀਜ਼, ਮੈਨੂੰ ਤਾਂ ਮੇਰੇ ਘਰ ਦੇ ਪਿੱਟ ਪਿੱਟ ਮਰ ਗਏ ਯਾਰ ਵਿਆਹ ਲਈ। ਮੈਂ ਵਿਆਹ ਬਾਰੇ ਨਹੀਂ ਹਜੇ ਸੋਚਣਾ ਯਾਰ, ਮੈਂ ਕੁਛ ਬਣਨਾ ਸ਼ਵੇਤਾ। ਮਤਲਬ ਉਹਨੇ ਨਹੀਂ ਤੂੰ ਕੀਤਾ? ਵੇਟਰ ਆਈ ਯਾਰ, ਲੈ। ਓਕੇ ਸਰ, ਥੈਂਕ ਯੂ। ਆਈ ਯਾਰ, ਤੂੰ ਵੀ ਆਈ, ਤੁਸੀਂ ਤਾਂ ਖੁਸ਼ ਰਹੋ। ਆ ਲੈ ਯਾਰ, ਤੂੰ ਵੀ ਫੜ। ਕੀ ਹੋਇਆ ਭਾਜੀ? ਹੈਂ? ਕੰਪੈਟੀਬਲ ਨਹੀਂ ਯਾਰ ਸਾਡਾ ਬੈਂਡ। ਬੈਂਡ ਤਾਂ ਵੱਜ ਗਿਆ ਵੀਰੇ, ਤੁਸੀਂ ਵਜਾਈ ਚੱਲੋ ਆਪਣਾ। ਕੰਪੈਟੀਬਲ ਨਹੀਂ ਹੈ ਯਾਰ, ਵਜਾਈ ਚੱਲੋ। ਤੇਰਾ ਫੋਨ ਵੱਜਦਾ। ਮੇਰਾ ਨਹੀਂ ਫੋਨ, ਤੇਰਾ ਵੱਜ ਰਿਹਾ, ਉਹ ਵੀ ਬਹੁਤ ਦੇਰ ਤੋਂ। ਫਿਰ ਤੂੰ ਮੈਨੂੰ ਦੱਸ ਦਿੰਦੀ, ਜਗਾ ਦਿੰਦੀ। ਮੈਂ ਕਿਉਂ ਦੱਸਣਾ? ਹਾਂ ਭੈਣੇ। ਅਮਰੀਕੀ ਕਿੱਥੇ ਆ ਗਿਆ? ਅਸੀਂ ਬਸ ਪਹੁੰਚਣ ਵਾਲੇ ਹਾਂ। ਛੇਤੀ ਆ ਜਾ, ਮੈਂ ਪਰੌਠੇ ਤੇਰੇ ਆਉਣ 'ਤੇ ਬਣਾਉਂਗੀ। ਅੱਛਾ ਮੇਰੀ ਗੱਲ ਸੁਣ, ਉਹ ਕੁੜੀ ਤੇਰੇ ਨਾਲ ਹੀ ਆ? ਹਾਂ। ਠੀਕ ਆ, ਆ ਜਾ। ਹਾਂ ਭੈਣੇ, ਕਿੱਦਾਂ? ਬਸ ਵਧੀਆ, ਤੂੰ ਦੱਸ? ਸਫ਼ਰ ਕਿਵੇਂ ਰਿਹਾ? ਵਧੀਆ ਸੀ। ਸੰਜੋਗ ਅੱਗੇ ਆ ਜਾ। ਆ ਸੰਜੋਗ, ਸਤਿ ਸ਼੍ਰੀ ਅਕਾਲ। ਇਹ ਸ਼ਰਨ ਮੇਰੀ ਦਾਦੀ, ਮੇਰੀ ਦੀਦੀ। ਸੰਗਣਾ ਨੇ ਤੂੰ ਆਪਣਾ ਘਰ ਸਮਝ ਇਹਨੂੰ? ਦੀਦੀ ਇਹ ਬਹੁਤ ਸ਼ਾਈ ਹੈ। ਅੱਛਾ ਆ ਜਾ। ਵੇਖੋ ਹਾਲੇ ਵੀ ਕਿੰਨੀ ਸੰਗ ਹੈ ਇਹਦੇ ਮੂੰਹ ਤੇ।
ਪਾਣੀ। ਥੈਂਕ ਯੂ। ਮੇਰੀ ਫਰੈਂਡ ਡਾਈਕ, ਉਹਦਾ ਬੇਟਾ ਵੀ ਇੱਦਾਂ ਦਾ ਹੀ ਹੈ, ਕਿਊਟ ਜਿਹਾ। ਹਾਂ ਬਟ ਇਹ ਜ਼ਿਆਦਾ ਕਿਊਟ ਹੈ। ਥੈਂਕ ਯੂ। ਦਾਰਾ ਕਿੱਥੇ ਭੈਣੇ? ਉਹ ਸਕੂਲ ਗਿਆ। ਮੇਜਰ ਸਾਹਿਬ? ਉਹ ਡਿਊਟੀ 'ਤੇ ਨੇ, ਸ਼ਾਮ ਤੱਕ ਆ ਜਾਣਗੇ। ਬੈਠੋ ਤੁਸੀਂ। ਦੀਦੀ ਜ਼ਿਆਦਾ ਦੇਰ ਨਹੀਂ ਬੈਠਿਆ ਜਾਣਾ, ਅਸੀਂ ਨਾ ਪਹਿਲਾਂ ਹੀ ਲੇਟ ਹਾਂ। ਪਰ ਅਮਰੀਕ ਮੇਰੇ ਪਰੌਂਠੇ ਖਾਏ ਬਿਨਾਂ ਨਹੀਂ ਜਾਊਗਾ। ਮੇਰੇ ਲਈ ਨਾ ਬਣਾਇਓ, ਠੀਕ ਆ? ਸ਼ਰਨ। ਠੀਕ ਆ। ਮੈਂ ਹੈਲਪ ਕਰਾਂ ਦੀਦੀ ਕੋਈ? ਨਹੀਂ, ਤੂੰ ਬੈਠ। ਬੈਠ ਬੈਠ ਕੇ ਤਾਂ ਥੱਕੀ ਪਈ ਹਾਂ ਦੀਦੀ, ਨਾਲੇ ਇਹੋ ਜਿਹੇ ਪਤਲੇ ਪਤਲੇ ਪਰੌਂਠੇ ਤਾਂ ਉਹ 10 ਖਾ ਜੂਗਾ। ਅੱਛਾ, ਤੈਨੂੰ ਬੜਾ ਪਤਾ, ਗੂੜੀ ਯਾਰੀ ਲੱਗਦੀ ਹੈ। ਕੋਈ ਨਹੀਂ, ਬਸ ਜਾਣਦੀ ਹਾਂ ਮੈਂ ਅਮਰੀਕ ਨੂੰ। ਇੰਨਾ ਕੁ ਜਾਣਦੀ ਹਾਂ ਮੈਂ ਅਮਰੀਕ ਨੂੰ ਕਿ ਹੋ ਹੀ ਨਹੀਂ ਸਕਦਾ ਕਿ ਉਹਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਨਾ ਹੋਵੇ। ਦੱਸਿਆ ਸੀ ਕਿ ਉਹ ਤੈਨੂੰ ਬਹੁਤ ਪਿਆਰ ਕਰਦਾ। ਸਭ ਆਪਣੇ ਆਪ ਨੂੰ ਪਿਆਰ ਕਰਦੇ ਨੇ ਦੀਦੀ, ਸਭ ਵਹਿਮ ਨੇ। ਦੇਖਿਓ, ਕੱਲ੍ਹ ਨੂੰ ਉਹਨੂੰ ਕੋਈ ਹੋਰ ਕੁੜੀ ਮਿਲ ਗਈ, ਇਹਨੂੰ ਉਹਦੇ ਨਾਲ ਪਿਆਰ ਹੋ ਜੂ। ਦਿਲ ਤੋੜਿਆ ਮੇਰੇ ਭਰਾ ਦਾ ਤੂੰ। ਇਹ ਦਿਲ ਦੁਲ ਤੋੜਨਾ ਕੁਛ ਨਹੀਂ ਹੁੰਦਾ ਦੀਦੀ, ਸਭ ਕਵੀਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੇ। ਦਿਲ ਤਾਂ ਬਸ ਇੱਕ ਖੂਨ ਪੰਪ ਕਰਨ ਵਾਲੀ ਮਸ਼ੀਨ ਹੈ। ਯਾਰ ਆਪਾਂ ਪਹਿਲਾਂ ਹੀ ਲੇਟ ਆ, ਮੈਂ ਫਟਾਫਟ ਚੇਂਜ ਕਰਕੇ ਆਈ ਤੇ ਫਿਰ ਨਿਕਲੀਏ। ਚਲੋ ਚਲੋ। ਓਕੇ ਦੀਦੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੰਗਾ ਭੈਣੇ, ਚੱਲਦਾ ਮੈਂ, ਖਿਆਲ ਰੱਖੀ। ਮੇਜਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੀ ਮੇਰੀ। ਉਹ ਤਾਂ ਠੀਕ ਹੈ ਅਮਰੀਕ, ਮੈਨੂੰ ਨਾ ਕੁੜੀ ਤੇਰੇ ਲਈ ਹਾਨੀਕਾਰਕ ਲੱਗਦੀ ਹੈ। ਚੱਕਰ ਪਤਾ ਕੀ ਹੈ ਭੈਣੇ, ਇਹਦੇ ਵਰਗੀ ਹੋਰ ਕੋਈ ਹੈ ਨਹੀਂ। ਹੁਣ ਮੈਂ ਦੱਸ ਕੀ ਕਰਾਂ। ਨਾਲੇ ਮੈਂ ਆਪਣੇ ਵਾਸਤੇ ਚੱਲਿਆ ਸ਼ਰਨ, ਨਹੀਂ ਇਹਦੀ ਦਾਦੀ ਨੇ ਕਿਤੇ ਹੋਰ ਵਿਆਹ ਦੇਣੀ ਆ, ਫਿਰ ਨਾ ਮੈਨੂੰ ਕੋਈ ਤੇਰਾ ਭਰਾ ਛੜਾ ਰਹਿ ਜੂ। ਚੰਗਾ, ਤੇਰੀ ਮਰਜ਼ੀ। ਮੋਮ ਡੈਡ ਕੋਲ ਗੇੜੇ ਹੀ ਮਾਰੇ ਆਉਂਦਾ ਚੰਡੀਗੜ੍ਹ, ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ, ਬੁਲਾਉਣਗੇ ਚੱਲ ਜਾਂਗੇ। ਮੈਨੂੰ ਇਹ ਦੱਸ, ਤੇਰੇ ਤੇ ਡੈਡ ਦੀ ਲੜਾਈ ਦੇ ਵਿੱਚ ਮੰਮੀ ਦਾ ਕੀ ਕਸੂਰ ਹੈ? ਉਹ ਯਾਰ, ਮੰਮੀ ਨੂੰ ਮੈਂ ਫੋਨ ਕਰ ਲੈਣਾ ਹੁੰਦਾ ਸ਼ਰਨ। ਅਮਰੀਕ, ਫੋਨ ਨਾਲ ਨਹੀਂ ਸਰਦਾ। ਮੰਮੀ ਵੀ ਚਾਹੁੰਦੀ ਹੈ ਕਿ ਤੇਰੀ ਤੇ ਡੈਡ ਦੀ ਆ ਕੋਲਡ ਵਾਰ ਖਤਮ ਹੋਵੇ ਹੁਣ। ਅੱਛਾ, ਹੁਣ ਮੈਂ ਚੱਲਦਾ, ਨਹੀਂ ਇਹਨੇ ਮੂੰਹ ਬਣਾ ਲੈਣਾ। ਬੜੀ ਖੁਸਰ ਪੁਸਰ ਕਰ ਰਹੇ ਸੀ ਦੋਨੋਂ ਭੈਣ ਭਰਾ, ਕੀ ਕਿਹਾ ਤੂੰ ਆਪਣੀ ਭੈਣ ਨੂੰ ਉਲਟਾ ਸਿੱਧਾ ਮੇਰੇ ਬਾਰੇ? ਕੁਛ ਨਹੀਂ, ਮੈਂ ਤਾਂ ਉਹੀ ਕਿਹਾ ਜੋ ਸੱਚ ਹੈ। ਯਾਰ ਤੂੰ ਮੇਰੇ ਧਿਆਨ ਨਾਲ ਗੱਲ ਸੁਣ, ਘਰੇ ਪਹੁੰਚਦੇ ਹੀ ਆਪਾਂ ਬੇਬੇ ਨੂੰ ਇਹ ਸ਼ੋਅ ਕਰਨਾ ਕਿ ਮੈਂ ਤੇਰੇ ਹੁੰਦਿਆਂ ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੀ। ਪਲੀਜ਼ ਥੋੜ੍ਹਾ ਧਿਆਨ ਨਾਲ, ਬੇਬੇ ਸਾਹਮਣੇ ਪੋਲ ਨਾ ਖੁੱਲ ਜੇ। ਇੰਨਾ ਡਰਦੀ ਹਾਂ ਤੂੰ ਆਪਣੀ ਬੇਬੇ ਤੋਂ? ਐਡੀ ਕਿਹੜੀ ਝਾਂਸੀ ਦੀ ਰਾਣੀ ਉਹ। ਯਾਰ ਨਿੱਕੇ ਹੁੰਦਿਆਂ ਤੋਂ ਹੀ ਦਹਿਸ਼ਤ 'ਚ ਰਹੀ ਹਾਂ, ਅਤੇ ਉਹ ਡਰ ਨਾ ਅੱਜ ਵੀ ਹੈ। ਪਹਿਲਾਂ ਤਾਂ ਮੈਨੂੰ ਦਾਦਾ ਜੀ ਬਚਾ ਲੈਂਦੇ ਸੀ। ਉਹ ਬੜਾ ਅਫਸੋਸ ਆ ਯਾਰ ਤੇਰੇ ਦਾਦਾ ਜੀ ਬਾਰੇ ਸੁਣ ਕੇ। ਉਹ ਹੈਗੇ ਨੇ ਮੇਰੇ ਦਾਦਾ ਜੀ, ਬਸ ਯਾਦ ਭੁੱਲਣ ਲੱਗ ਗਏ ਨੇ।
ਪਰ ਇਹ ਕਿਹੜਾ ਖੁਸ਼ੀ ਵਾਲੀ ਗੱਲ ਆ। ਖੜੋ ਤੇਰੀ ਤਾਂ ਮੈਂ ਉਹ ਬਾਈ ਜੀ ਬਚਾ ਹੋ ਗਿਆ ਬਚਾ ਹੋ ਗਿਆ ਬਚਾ ਦਿਓ ਲੱਗ ਜਾ ਹੁਣ ਤੂੰ ਆਪਣਾ ਬਚਾ ਕਰਨ ਬਾਰੇ ਸੋਚ ਬਾਈ ਮੈਂ ਕਹੀ ਜਾਣਾ ਬਚਾ ਹੋ ਗਿਆ ਨਾਲੇ ਗਲਤੀ ਥੋੜੀ ਹੈ ਸਾਡੀ ਥੋੜੀ ਹੈ ਯਾਰ ਹੁਣ ਪਤਾ ਲੱਗੂ ਕਿਹਦੀ ਗਲਤੀ ਹੈ ਜਾਣਾ ਨਹੀਂ ਮੈਨੂੰ ਸਿਮੀ ਸੌਰੀ 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 ਸੰਜੋਗ ਤੂੰ ਚਲਾ ਰਹੀ ਸੀ ਗੱਡੀ ਆ ਕੌਣ ਹੈ ਇਹ ਇਹ ਮੇਰੇ ਬੁਆਏਫ੍ਰੈਂਡ ਨੇ ਅਮਰੀਕ ਬੁਆਏਫ੍ਰੈਂਡ ਸਰਪੰਚ ਜੀ ਨੂੰ ਪਤਾ ਹੈ ਓ ਤੇਰੀ ਮੈਂ ਚੱਲਦਾ ਮੈਂ ਵੀ ਨਾਲ ਹੀ ਚੱਲਦੀ ਆ ਇਹੋ ਜਿਹੇ ਐਂਟਰਟੇਨਮੈਂਟ ਦਾ ਮੌਕਾ ਤਾਂ ਮਜ਼ਾ ਮਿਲਦਾ ਛੇਤੀ ਚਲ ਚਲ ਛੇਤੀ ਚਲੋ ਲਿਓ ਸੰਜੋਗ ਸਰਪੰਚ ਕੌਣ ਮੇਰੀ ਬੇਬੇ ਉਹ ਤੂੰ ਪਹਿਲਾਂ ਕਦੇ ਦੱਸਿਆ ਹੀ ਨਹੀਂ ਤੂੰ ਕਦੇ ਪੁੱਛਿਆ ਹੀ ਨਹੀਂ ਚਲ ਹੁਣ ਛੇਤੀ ਕਰਨੀ ਤਾਂ ਆਪਣੇ ਤੋਂ ਪਹਿਲਾਂ ਆਪਣੀ ਖਬਰ ਘਰੇ ਪਹੁੰਚ ਜੂਗੀ ਬੰਦਾ ਘੱਟੋ ਘੱਟ ਦੱਸ ਦੇਵੇ ਸਾਡੀ ਬੀਬੀ ਸਰਪੰਚ ਹੈ ਪਰਮ ਅਜੇ ਨਹੀਂ ਕੁਛ ਦਿਨ ਬਾਅਦ ਬੁਲਾਵਾਂਗੇ ਸ਼ਿਵਿੰਦਰ ਨੂੰ ਸੰਜੋਗ ਵਾਸਤੇ ਹੋਰ ਕਿਹਦੇ ਵਾਸਤੇ ਆਹੋ ਮੈਂ ਦੱਸਦੀ ਹਾਂ ਕਦੋਂ ਆਹ ਸੰਜੋਗ ਜਿਹੜਾ ਹਿਮਾਇਤੀ ਲੈ ਕੇ ਆਈ ਹੈ ਪਹਿਲਾਂ ਇਹਦੇ ਨਾਲ ਤਾਂ ਨਿਭਣਾ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਜੀ ਸਭ ਠੀਕ ਹੈ ਨਾ ਬੇਬੇ ਜੀ ਛੋਟੀ ਦਾ ਵਿਆਹ ਹੋ ਰਿਹਾ ਵੱਡੀ ਕੁਆਰੀ ਹੈ ਬਾਕੀ ਸਭ ਚੰਗਾ ਭਲਾ ਸਤਿ ਸ਼੍ਰੀ ਅਕਾਲ ਬੇਬੇ ਜੀ ਪੈਰੀ ਪਹਿਨਾ ਜੀ ਬੇਬੇ ਜੀ ਇਹ ਅਮਰੀਕ ਜੀ ਨੇ ਸੰਜੋਗ ਜੀ ਨੇ ਬੜੀਆਂ ਗੱਲਾਂ ਦੱਸੀਆਂ ਬੇਬੇ ਜੀ ਤੁਹਾਡੇ ਬਾਰੇ ਮੈਨੂੰ ਨਹੀਂ ਲੱਗਦਾ ਇਹਨੂੰ ਮੇਰੇ ਬਾਰੇ ਕਿਸੇ ਨੇ ਚੰਗੀ ਤਰ੍ਹਾਂ ਦੱਸਿਆ ਹੋਊ ਤੈਨੂੰ ਕਿਹਾ ਨਹੀਂ ਸੀ ਮੁੰਡੇ ਖੁੰਨੇ ਨੂੰ ਨਹੀਂ ਲੈ ਕੇ ਆਉਣਾ ਇੱਥੇ ਹੁਣ ਸਭ ਸੁਣ ਗਿਆ ਤੈਨੂੰ ਬੇਬੇ ਜੀ ਇਹ ਕੋਈ ਆਮ ਮੁੰਡਾ ਨਹੀਂ ਹੈ ਜੋ ਕੁਝ ਬੋਲਣਾ ਨਾ ਸੋ ਸਮਝ ਕੇ ਬੋਲੀ ਤੇਰਾ ਕੁਛ ਨਹੀਂ ਜਾਣਾ ਉਹਦਾ ਗਾਟਾ ਲੈ ਜੂ ਜਾਣਦੀ ਤੂੰ ਮੈਨੂੰ ਭੁੱਲ ਗਈ ਉਹ ਨਾ ਬੇਬੇ ਜੀ ਸੰਜੋਗ ਜੀ ਤੇ ਮੈਂ ਜੀ ਸੰਜੋਗ ਜੀ ਮੈਂ ਬੇਬੇ ਜੀ ਨੂੰ ਬਹੁਤ ਪਸੰਦ ਕਰਦਾ ਸੰਜੋਗ ਜੀ ਕੀ ਕਰਦਾ ਸੀ ਮੈਂ ਸੰਜੋਗ ਜੀ ਨੂੰ ਬਹੁਤ ਪਸੰਦ ਕਰਦਾ ਬੇਬੇ ਜੀ ਸੰਜੋਗ ਜੀ ਆਹ ਕਹਿਣਾ ਚਾਹੁੰਦਾ ਸੀ ਬੇਬੇ ਜੀ ਮੈਂ ਇਹਦਾ ਪਤਾ ਕਰ ਲਿਆ ਤੂੰ ਤਾਂ ਸੋਚ ਲੈਂਦੀ ਇਹ ਤਾਂ ਸਾਡੇ ਲੋਕਾਂ ਵਿੱਚੋਂ ਵੀ ਨਹੀਂ ਪਰ ਬੇਬੇ ਜੀ ਇਹ ਵੀ ਇਨਸਾਨਾਂ ਵਿੱਚੋਂ ਹੀ ਨੇ ਹਾਂਜੀ ਹਾਂਜੀ ਬਿਲਕੁਲ ਆਹ ਦੇਖੋ ਇੱਧਰੋਂ ਵੀ ਦੇਖੋ ਨਹੀਂ ਯਕੀਨ ਇਹਦਾ ਨਜ਼ਾਰ ਲੱਗਦਾ ਹੈ ਹੱਦ ਹੋ ਗਈ ਯਾਰ ਹੁਣ ਤਾਂ ਹੱਦੋਂ ਵੱਧ ਹੋ ਗਈ ਆ ਕੀ ਹੋਇਆ ਕਪਤਾਨ ਸਾਹਿਬ ਕੋਈ ਚੱਕ ਕੇ ਲੈ ਗਿਆ ਮੇਰੀ ਘੜੀ ਤੁਸੀਂ ਆਪ ਹੀ ਰੱਖ ਕੇ ਭੁੱਲ ਗਏ ਹੋਗੇ ਕਿਤੇ ਜੇ ਤੂੰ ਚੱਕੀ ਆ ਤਾਂ ਦੱਸ ਦੇ ਸੰਜੋਗ ਪੁੱਤਰ ਸਤਿ ਸ਼੍ਰੀ ਅਕਾਲ ਬਾਪੂ ਜੀ ਓਏ ਤੂੰ ਤਾਂ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਆ ਗਈ ਨਾ ਲਾਈਨ ਤੇ ਬਾਪੂ ਜੀ ਵਿਆਹ ਉਹਦਾ ਨਹੀਂ ਵਿਆਹ ਮੇਰਾ ਹੈ ਮੈਂ ਸੀਰਤ ਤੇ ਸੰਜੋਗ ਇਹਦਾ ਕਦੋਂ ਹੋਇਆ ਕਿਹਦੇ ਨਾਲ ਹੋਇਆ ਬਾਪੂ ਜੀ ਸੰਜੋਗ ਦਾ ਵਿਆਹ ਹਜੇ ਨਹੀਂ ਹੋਇਆ ਕੋਈ ਨੀ ਹੋ ਜਾਏਗਾ ਚਿੰਤਾ ਕਰਨ ਦੀ ਲੋੜ ਹੀ ਨਹੀਂ ਇਹਨੇ ਆਪੇ ਕਰਵਾ ਲੈਣਾ ਕਿਉਂ ਕਾਈ ਮਰ ਜਾਣਾ ਲੈ ਜਾਣ ਜੰਜਲੇ ਨੂੰ ਅੰਦਰ ਬਾਪੂ ਜੀ ਚਲੋ ਆਪਾਂ ਘੜੀ ਲੱਭਦੇ ਹਾਂ
ਘੜੀ? ਹਾਂ 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 ਕੋਈ ਚੱਕ ਕੇ ਲੈ ਗਿਆ ਮੇਰੀ ਘੜੀ, ਮੇਰੀ HMT ਦੀ ਘੜੀ ਹੈ। ਹਾਂ ਜੇ ਨਾ ਲੱਭੀ ਨਾ ਤੇ ਦੇਖਿਓ। ਸਰਪੰਚ ਜੀ ਮੈਂ ਬੈਂਕਟ ਹਾਲ ਤੋਂ ਬੋਲਦਾ। ਮੈਨੇਜਰ ਕਹਿੰਦਾ ਤੁਹਾਨੂੰ ਪਹਿਲਾਂ ਬੁਕਿੰਗ ਕਰਾਣੀ ਚਾਹੀਦੀ ਸੀ। ਹੁਣ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਜੀ। ਤੂੰ ਖੜ ਇੱਥੇ, ਮੈਂ ਕਰਨੀ ਮੈਨੇਜਰ ਨੂੰ ਸੂਤ। ਅੱਖ ਰੱਖੀ ਇਹਦੇ ਤੇ, ਮੈਨੂੰ ਪਤਾ ਹੈ ਕਿਉਂ ਆਇਆ। 10 ਸਾਲ ਸਰਪੰਚੀ ਕੀਤੀ ਆ, ਤੇਰੇ ਵਰਗੇ 3600 ਚਾਰੇ ਨੇ। ਚੱਲ ਮੁੰਡਿਆ ਆ ਤੁਸੀਂ। ਕੀ ਗੱਲ, ਬੜੀ ਸ਼ਾਂਤੀ ਆ ਬਈ। ਓਹੋ ਸੰਜੋਗ ਪੁੱਤਰ, ਸਤਿ ਸ਼੍ਰੀ ਅਕਾਲ ਪਾਪਾ। ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਾਪਾ ਜੀ, ਅਮਰੀਕ ਜੀ ਨੇ। ਅੱਛਾ ਜੀ, ਮੈਂ ਸੀਰਤ ਨੂੰ, ਸੀਰਤ ਨੇ ਮੰਮੀ ਨੂੰ ਤੇ ਮੰਮੀ ਨੇ ਤੁਹਾਨੂੰ ਦੱਸਿਆ ਹੋਊਗਾ। ਪਾਪਾ ਅਮਰੀਕ ਜੀ ਬਹੁਤ ਵਧੀਆ ਨੇ, ਇਹਨਾਂ ਨੇ ਦਿੱਲੀ ਮੇਰੀ ਬਹੁਤ ਮਦਦ ਕੀਤੀ ਸੀ। ਸੰਜੋਗ ਤਾਂ ਬਿਜ਼ੀ ਸੀਗੀ ਉੱਥੇ। ਤੇ ਕਾਕਾ ਫਿਰ ਅਮਰੀਕ ਨਾਲ ਆਇਆ ਆਪਣਾ? ਹਾਂਜੀ। ਤੇ ਸੰਜੋਗ ਨਾਲ ਕਾਲਜ ਪੜ੍ਹਦੇ ਸੀ? ਹਾਂਜੀ। ਇੱਕੋ ਕਲਾਸ 'ਚ? ਨਹੀਂ, ਦੋ ਸੀਗੀਆਂ। ਨਹੀਂ ਮਤਲਬ ਸਾਡੀਆਂ ਕਲਾਸਾਂ ਅੱਡ ਸੀਗੀਆਂ, ਬਟ ਅਸੀਂ ਇੱਕੋ ਕਾਲਜ 'ਚ ਪੜ੍ਹਦੇ ਸੀ। ਅਤੇ ਮੈਂ ਇੱਥੋਂ ਪਿਛਲੀ ਕਲਾਸ 'ਚ ਪੜ੍ਹਦੀ ਸੀ, ਫਿਰ ਉੱਥੇ ਇੱਕੋ ਹੀ ਕਾਲਜ 'ਚ, ਫਿਰ ਮੈਂ ਵਿਆਹ 'ਤੇ ਆ ਗਿਆ। ਅੱਛਾ, ਕਾਲਜ ਇੱਕੋ ਹੀ ਸੀ? ਇੱਕੋ ਹੀ ਸੀ, ਹਾਂਜੀ। ਭੇਜੋ ਜੀ ਮੁੰਡੇ ਨੂੰ, ਬੀਬੀ ਜੀ ਬੁਲਾ ਰਹੇ ਨੇ। ਮੈਨੂੰ? ਹਾਂ, ਮੈਨੂੰ ਕੀ ਬੁਲਾ ਰਹੇ ਨੇ ਜੀ? ਕਾਕਾ ਤਾਂ ਅਸੀਂ ਵੀ ਨਹੀਂ ਪੁੱਛ ਸਕਦੇ, ਪਰ ਜੇ ਉਹਨਾਂ ਨੇ ਸੱਦਿਆ ਤਾਂ ਜਾਣਾ ਪੈਣਾ। ਓਏ ਆ ਜਾ ਬਈ, ਆ ਜਾ ਆ ਜਾ। ਅਮਰੀਕ ਰੁਕ, ਮੈਨੂੰ ਕਿਉਂ ਸੱਦਿਆ ਹੁਣ ਤੇਰੀ ਦਾਦੀ ਨੇ? ਮੇਰੇ ਨਾਲ ਚੱਲ। ਮੈਂ ਥੋੜੀ ਜਾ ਸਕਦੀ ਹਾਂ, ਮੈਨੂੰ ਕੀ ਪਤਾ ਕਿਉਂ ਸੱਦਿਆ। ਬਸ ਜਾ ਤੂੰ, ਧਿਆਨ ਰੱਖੀ। ਤੇਰੀ ਆ ਡਰਨ ਵਾਲੀ ਸਾਈਡ ਤਾਂ ਕਦੇ ਦੇਖੀ ਨਹੀਂ ਮੈਂ। ਸੰਜੋਗ ਤੂੰ ਤਾਂ ਐਡੀ ਵੱਡੀ ਸਾਮੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਯਾਰ। ਮੈਂ ਨਹੀਂ, ਮੇਰੀ ਫੈਮਿਲੀ ਹੈ। ਹੁਣ ਤੂੰ ਜਾ ਪਲੀਜ਼, ਐਂਡ ਪਲੀਜ਼ ਬੀ ਕੇਅਰਫੁਲ। ਓਕੇ, ਵਾਹਿਗੁਰੂ। ਤੈਨੂੰ ਕੀ ਲੱਗਦਾ ਸੰਜੋਗ ਕਿਹੜੀ ਗੇਮ ਖੇਡ ਰਹੀ ਹੈ ਸਾਡੇ ਨਾਲ? ਕੀ ਪਤਾ ਬੇਬੇ, ਤੂੰ ਦੱਸ। ਮੈਨੂੰ ਸੰਜੋਗ ਪਸੰਦ ਦਿਆ ਲੱਗਦਿਆ। ਮੈਂ ਸੰਜੋਗ ਨੂੰ ਸੱਚੀ ਪਸੰਦ ਕਰਦਾ ਜੀ। ਕਦੋਂ ਤੂੰ ਜਾਣਿਆ ਤੂੰ ਉਹਨੂੰ? 2 ਸਾਲ ਤੋਂ। ਛੋਟਾ ਨਾਂ ਕੀ ਹੈ ਉਹਦਾ? ਸੱਚ ਦੱਸ ਦੇ, ਜੇ ਝੂਠਾ ਤਾਂ ਚੁੱਪ ਕਰਕੇ ਨਿਕਲ ਜਾ, ਚੰਗਾ ਰਹੇਗਾ। ਉਹਦਾ ਕੋਈ ਕੱਚਾ ਨਾਂ ਨਹੀਂ ਹੈ ਜੀ, ਪਰ ਤੁਸੀਂ ਉਹਨੂੰ ਬਾਂਦਰੀ ਕਹਿ ਕੇ ਬੁਲਾਉਂਦੇ ਹੋ, ਪਰ ਉਹ ਬਾਂਦਰੀ ਨਹੀਂ ਹੈਗੀ। ਤੂੰ ਕੁੱਟ ਖਾ ਕੇ ਜਾਏਗਾ ਕਿ ਚੁੱਪ ਚਾਪ ਨਿਕਲ ਜਾਏਗਾ ਐਵੇਂ ਜਿਕਰਾਂ? ਜਾਂਦਾ ਤਾਂ ਮੈਂ ਕੁੱਟ ਖਾ ਕੇ ਵੀ ਨਹੀਂ ਜੀ, ਬਾਕੀ ਤੁਸੀਂ ਸੰਜੋਗ ਨੂੰ ਕਹਿ ਦਿਓ ਜੇ ਭੇਜ ਦੇ, ਮੈਂ ਫਿਰ ਚੱਲ ਜੂ। ਮੈਨੂੰ ਲੱਗਦਾ ਇਹ ਸਮਝਦਾ ਮੈਂ ਇਹਦੇ ਨਾਲ ਕਮੇਡੀ ਕਰ ਰਹੀ ਹਾਂ। ਜੱਸੀ, ਗੱਡੀ ਨੂੰ ਵੱਡੇ ਪੁਲਾਂ ਥੱਲੇ ਲੈ ਕੇ ਚੱਲ। ਪਰ ਬੇਬੇ, ਕਹਿ ਲੈ ਮੈਂ ਤੈਨੂੰ। ਠੀਕ ਹੈ ਬੇਬੇ। ਮੈਨੂੰ ਪਤਾ ਹੈ ਤੂੰ ਸੰਜੋਗ ਦਾ ਜਾਂ ਤਾਂ ਪਿਆਦਾ ਹੈ ਜਾਂ ਘੋੜਾ ਜਾਂ ਵਜ਼ੀਰ ਹੈ, ਪਰ ਰਾਜਾ ਨਹੀਂ। ਉਹ ਤੈਨੂੰ ਇਸ ਕਰਕੇ ਲੈ ਕੇ ਆਈ ਹੈ ਕਿ ਉਹਦੇ ਉੱਤੇ ਵਿਆਹ ਦਾ ਪ੍ਰੈਸ਼ਰ ਨਾ ਪਵੇ। ਨਿਕਲ ਬਾਹਰ। ਮੈਂ ਕਮੇਡੀ ਨਹੀਂ ਕਰ ਰਹੀ। ਸਰਪੰਚ ਸਾਹਿਬ, ਇਹ ਰਾਉਂਡ ਗਿਣੇ ਹੁੰਦੇ ਨੇ, ਥਾਣੇ ਜਾ ਕੇ ਹਿਸਾਬ ਵੀ ਦੇਣਾ ਪੈਂਦਾ। ਤੁਸੀਂ ਇੰਨਾ ਨਾ ਕਰੋ ਜਿਹੜਾ ਕੁਛ ਕਰਨਾ। ਬੇਬੇ ਮੈਨੂੰ ਜਾਣ ਦਿਓ, ਮੈਂ 307 ਦੇ ਕੇਸ 'ਚ ਨਹੀਂ ਪੈਣਾ। ਉਹ ਭਰਾਵਾ ਚਲਾ ਜਾ, ਕਿਉਂ ਮੇਰੇ ਵਾਸਤੇ ਰੱਪੜ ਖੜਾ ਕਰਦਾ? ਚੁੱਪ ਕਰ ਜਾ, ਤੂੰ ਗਵਾਹੀ ਦੇਣੀ ਹੈ ਨਾ। ਕਈ ਪਿਸਤੌਲ ਖੋਲਿਆ ਸੀ, ਖਿੱਚਿਆ ਦਾਨੀ 'ਚ ਗੋਲੀ ਚੱਲ ਗਈ। ਬੜਾ ਬੇਵਕੂਫ ਹੈ ਸਰਪੰਚ ਸਾਹਿਬ।
ਸੰਜੋਗ ਨਾਲ ਧੱਕਾ ਕਰ ਰਹੇ ਤੁਸੀਂ, ਉਹਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦਾ ਪੂਰਾ ਹੱਕ ਹੈ। ਬੱਚਿਆਂ ਨੂੰ ਗਲਤੀ ਕਰਨ ਤੋਂ ਰੋਕਣਾ ਵੱਡਿਆਂ ਦਾ ਫਰਜ਼ ਹੈ, ਸਮਝ ਗਿਆ? ਗੱਲ ਸੁਣ, ਸੰਜੋਗ ਨੂੰ ਨਾ ਦੱਸੀ ਇਹ ਗੱਲ, ਸਮਝ ਗਿਆ? ਕਿਹੜੇ ਚੱਕਰਾਂ 'ਚ ਪੈ ਗਿਆ ਅਮਰੀਕ ਸਿਆਂ ਯਾਰ। ਚੰਚਲ, ਉਸ ਮੁੰਡੇ ਨੂੰ ਨਾ ਭੁੱਲਰ ਦੇ ਹੋਟਲ ਭੇਜ ਦੀ ਪੁੱਤ। ਆਹੋ ਆਹੋ, ਕੁਛ ਹੋਰ ਕਰਨਾ ਪਊ ਇਸ ਮੁੰਡੇ ਦਾ। ਇਹਨਾਂ ਦਾ ਡਰਾ ਦਾ ਬੇਬੇ ਮੈਨੇਜਰ, ਅਜੇ ਕੋਈ ਕਸਰ ਹੈ? ਮੈਂ ਮੈਨੇਜਰ ਦੀ ਨਹੀਂ, ਸੰਜੋਗ ਵਾਲੇ ਮੁੰਡੇ ਦੀ ਗੱਲ ਕਰਦੀ ਹਾਂ। ਓ ਹਾਂ, ਪਰ ਇਹ ਗੱਲ ਮੰਨੀ ਬੂ ਬੇਬੇ ਇਸ ਬੰਦੇ ਦੀ, ਡਰਿਆ ਪਰ ਭੱਜਿਆ ਨੀ। ਮੈਨੂੰ ਤਾਂ ਡਰਿਆ ਵੀ ਨੀ ਲੱਗਿਆ, ਹੁਣੇ ਜਾ ਕੇ ਮੇਰੀ ਚੁਗਰੀ ਕਰੂ ਤੇ ਸੰਜੋਗ ਮੇਰਾ ਖੂਨ ਪੀ ਜੂ। ਤੈਨੂੰ ਨਾ ਉਹ ਗੰਨ ਵਾਲਾ ਆਈਡੀਆ ਨਹੀਂ ਦੇਣਾ ਚਾਹੀਦਾ ਸੀ ਮੈਨੂੰ। ਲੋ ਲਾ ਦਿਓ ਮੇਰਾ ਨਾਂ ਬੇਬੇ, ਤੁਸੀਂ ਆਪ ਤਾਂ ਸਕੀਮ ਲਾਈ ਸੀ, ਖੜੇ ਪੈਰ ਕਮਾਲ ਕਰਦੇ ਹੋ ਜੀ। ਸਰਪੰਚ ਜੀ, ਹੁਣ ਸਾਰਾ ਕੁਝ ਸੈੱਟ ਹੈ? ਬਿਲਕੁਲ ਓਕੇ ਜੀ, ਤੁਸੀਂ ਚਿੰਤਾ ਨਾ ਕਰੋ ਜੀ। ਹੁਣ ਇਹ ਤਾਂ ਨੀ ਸੁਣਨਾ ਪਊ ਵੀ ਆਹ ਨੀ ਹੋ ਸਕਦਾ, ਉਹ ਨੀ ਹੋ ਸਕਦਾ। ਹਾਂਜੀ ਸਰਪੰਚ ਜੀ, ਉਹ ਮੇਰਾ ਮਤਲਬ ਨਹੀਂ ਸਰਪੰਚ ਜੀ। ਚੱਲ ਦੱਸੀ ਆ ਜਾ। ਚਲੋ ਜੀ, ਬਸ ਬਸ ਬਸ, ਇੱਥੇ ਰੋਕ। ਉਹ ਰੋਕ ਲਾ ਭਰਾਵਾ, ਰੋਕ ਲਾ ਰੋਕ ਲਾ ਰੋਕ ਲਾ। ਉਹ ਕਦ ਸੇ ਕਹੀ ਜਾ ਰਹਾ ਹੂੰ, ਰੋਕ ਲਾ ਰੋਕ ਲਾ, ਜ਼ਰੂਰ ਅੰਦਰ ਲੈ ਕੇ ਆਉਣਾ ਯਾਰ। ਕਿੰਨੇ ਪਏ ਹੋਏ? 25 ਰੁਪਏ ਸਰ। ਕਿੰਨੇ? 25 ਰੁਪਏ। ਉਹ ਇੰਨੀ ਦੂਰ ਤੱਕ ਤਾਂ ਮੈਂ ਪੈਦਲ ਆਇਆ ਯਾਰ, ਆਹ ਫੜ 20 ਰੁਪਏ। ਲੋ ਫੜ। ਅਰੇ ਨਹੀਂ ਸਰ, 25 ਲਾ ਯਾਰ, 20 ਰੁਪਏ ਯਾਰ। ਨਹੀਂ ਸਰ, ਫੜ ਫੜ ਫੜ, ਚੱਲ ਸ਼ਾਬਾਸ਼, ਫੇਰ ਦੇਖਾਂਗੇ ਅਗਲੀ ਵਾਰ, ਚੱਲ ਸ਼ਾਬਾਸ਼, ਨਿਕਲ। ਅਮਰੀਕ, ਹਾਂ ਕੀ ਹੋਇਆ? ਹੈ? ਕੁਛ ਨਹੀਂ ਹੋਇਆ, ਕੁਛ ਨਹੀਂ, ਕੁਛ ਵੀ ਨਹੀਂ, ਕੁਛ ਨਹੀਂ। ਉਹ ਦਰਅਸਲ ਤੇਰੀ ਬੇਬੇ ਨੇ ਮੈਨੂੰ ਪੜ੍ਹਨ ਦੀ ਕੋਸ਼ਿਸ਼ ਕਰਤੀ ਸੀ, ਹੁਣ ਥੋੜ੍ਹੀ ਪਤਾ ਮੈਂ ਕਿੱਡੀ ਔਖੀ ਕਿਤਾਬ ਹਾਂ, ਮੈਨੂੰ ਤਾਂ ਸਿਰਫ ਤੂੰ ਪੜ੍ਹ ਸਕਦੀ ਹੈ। ਬੇਬੇ ਨੇ ਤੈਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਡਰਾਉਣ ਦੀ ਕੋਸ਼ਿਸ਼? ਨੋ। ਹੋਊਗੀ ਜ਼ਰੂਰ, ਤੂੰ ਪਲੀਜ਼ ਧਿਆਨ ਰੱਖੀ ਅਤੇ ਪਲੀਜ਼ ਭੱਜ ਨਾ ਜਾਈ। ਆਪਾਂ ਭੱਜਣ ਵਾਲੇ ਥੋੜ੍ਹੀਆਂ ਸੰਜੋਗ ਯਾਰ, ਕਿਹੜੀਆਂ ਗੱਲਾਂ ਕਰਦੀਆਂ। ਅੱਛਾ ਵੈਸੇ ਤੇਰੀ ਬੇਬੇ ਨੂੰ ਆ ਗਨਮੈਨ ਕਿਉਂ ਮਿਲਿਆ? ਦੁਸ਼ਮਣੀ ਬਹੁਤ ਆ ਬੇਬੇ ਦੀ, ਤਾਂ ਕਰਕੇ। ਓਕੇ ਬਾਏ। ਓ ਇੱਕ ਮਿੰਟ, ਹੁਣ ਕਿੱਥੇ ਚੱਲੀ ਆ? ਗਿੱਧਾ ਪਾਉਣ ਜਾਣਾ। ਚੱਲ ਚੱਲ ਚੱਲ, ਉਹ ਮੇਰੀ ਗੱਲ ਸੁਣ ਇੱਕ ਮਿੰਟ। ਤੇਰੀ ਬੇਬੇ ਨੂੰ ਸ਼ੱਕ ਹੈ ਆਪਣੇ 'ਤੇ? ਜੇ ਬੋਏਫ੍ਰੈਂਡ ਕਹਿੰਦੀ ਆ ਤਾਂ ਬੋਏਫ੍ਰੈਂਡ ਬਣ ਕੇ ਰਹਿ, ਮੇਰਾ ਮਤਲਬ ਗਰਲਫ੍ਰੈਂਡ ਬਣ ਕੇ ਰਹਿ। ਹਾਂ, ਬਾਕੀ ਤੇਰੀ ਮਰਜ਼ੀ ਹੈ, ਮੈਂ ਤਾਂ ਸੱਚੀ ਗੱਲ ਬੋਲ ਰਿਹਾ। ਇੰਨੀ ਕੁ ਸੀ ਜਦੋਂ ਜੰਮੀ ਸੀ, ਹੁਣ ਦੇਖੋ ਮੇਰੇ ਦਿਲ ਦੇ ਟੁਕੜੇ ਨੂੰ। ਮੈਨੂੰ ਤਾਂ ਇਹਦੀ ਇੱਕ ਵਾਰੀ ਪਹਿਚਾਨ ਹੀ ਨਹੀਂ ਆਈ। ਮੰਮੀ, ਐਵੇਂ ਨਾ ਇਹਨੂੰ ਰਵਾ ਦਿਓ, ਅੱਗੇ 2 ਘੰਟੇ ਲਾ ਕੇ ਇਹਦੀ ਲਿਪਾ ਪੋਤੀ ਕੀਤੀ। ਉਹ ਤੂੰ ਤਾਂ ਬਸ ਚੁੱਪ ਹੀ ਕਰ ਜਾ, ਤੇਰੇ ਕਰਕੇ ਲੋਕ ਗੱਲਾਂ ਬਣਾ ਰਹੇ ਨੇ ਸਾਡੀਆਂ। ਕੁਛ ਤਾਂ ਲੋਕ ਕਹੇਗੇ ਮੰਮੀ, ਪਰ ਤੁਸੀਂ ਨਾ ਫਿਕਰ ਨਾ ਕਰੋ, ਮੇਕਅਪ ਥੱਲੇ ਨਾ ਆਪਣੀ ਸੀਰਤ ਹੀ ਹੈ। ਇਹਨੂੰ ਨੇੜੇ ਨਾ ਲੱਗਣ ਦਿਓ ਮੇਰੇ। ਮਜ਼ਾ ਆਇਆ ਯਾਰ ਅੱਜ। ਮੈਨੂੰ ਵੀ ਬਹੁਤ ਆਇਆ, ਪੁਰਾਣੇ ਦਿਨ ਚੇਤੇ ਆ ਗਏ। ਆਹ ਗੱਲ ਕਰਕੇ ਨਾ ਸਾਰਾ ਮੂਡ ਹੀ ਖਰਾਬ ਕਰਦਾ। Thank you.
ਇੱਧਰ ਬੈਠ 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 ਆਰਾਮ ਨਾਲ। ਠੀਕ ਹੈ ਅਮਰੀਕ ਪੁੱਤ? ਹਾਂਜੀ ਮੈਂ ਠੀਕ ਹਾਂ ਜੀ। ਠੀਕ ਹੈ ਨਾ ਪੁੱਤ? ਸੰਜੋਗ ਤੂੰ ਠੀਕ ਹੈ? ਚੱਲ ਉੱਠ ਜਾ ਅੰਦਰ ਲੈ ਕੇ ਚੱਲ। ਮੁੰਡਿਆ ਕਿਤੇ ਲੱਗੀ ਤੇ ਨਹੀਂ ਬਹੁਤੀ? ਨਹੀਂ ਨਹੀਂ ਮੈਂ ਠੀਕ ਹਾਂ ਜੀ, ਮੋਢੇ ਤੇ ਬਸ ਝਟਕਾ ਜਿਹਾ ਆ ਗਿਆ। ਠੀਕ ਹੈ? ਮੈਂ ਠੀਕ ਹਾਂ, ਮੈਂ ਠੀਕ ਹਾਂ ਜੀ। ਜੱਸੀ। ਹਾਂਜੀ ਬੇਬੇ। ਆ ਡਿੰਪੀ ਡਾਕਟਰ ਢਿੱਲ ਜੀ ਨੂੰ ਬੁਲਾ ਕੇ ਲਿਆ, ਇੱਥੇ ਕਿਤੇ ਹੋਣਾ ਮੇਰੀ ਬੈਠ ਚ ਪਈ ਦੀ। ਮੈਂ ਠੀਕ ਹਾਂ ਸਰਪੰਚ ਜੀ, ਡਾਕਟਰ ਦੀ ਲੋੜ। ਤੂੰ ਡਾਕਟਰ ਹੈ? ਚੱਲ ਪੁੱਤ ਚੱਲ ਲੈ ਕੇ ਚੱਲੇ ਸੂ। ਹਾਂ ਅੰਦਰ ਚਲੀਏ, ਬਚਾ ਕੇ ਮੜਾ ਜਾ। ਓ ਵਾਹਿਗੁਰੂ। ਬੇਬੇ ਹਾਂ ਅਮਰੀਕ ਠੀਕ ਹੈ ਨਾ? ਬਚਾ ਹੋ ਗਿਆ, ਵਾਹਿਗੁਰੂ ਦਾ ਸ਼ੁਕਰ ਹੈ। ਨਾ ਹੋਇਆ ਕੀ ਸੀ? ਕੁਛ ਨਹੀਂ, ਬਸ ਲਹਿੰਗੇ 'ਚ ਪੈਰ ਫਸ ਗਿਆ ਸੀ। ਅੱਛਾ, ਅਮਰੀਕ ਨੇ ਕੁਛ ਕਿਹਾ ਮੇਰੇ ਬਾਰੇ? ਅਮਰੀਕ ਨੇ ਕੁਛ ਕਹਿਣਾ ਸੀ ਮੈਨੂੰ? ਚੰਡੀਗੜ੍ਹ ਰਹਿੰਦੇ ਨੇ ਨਾ ਉਹਦੇ ਮਾਂ ਪਿਓ? ਹਾਂਜੀ ਚੰਡੀਗੜ੍ਹ ਹੀ ਸੀਗੇ ਪਰ ਹੁਣ ਕੈਨੇਡਾ ਨੇ, ਸਾਰੀ ਫੈਮਿਲੀ ਕੈਨੇਡਾ ਹੀ। ਤੇਰੀ ਵੀ ਸਕੀਮ ਹੈ ਬਾਹਰ ਜਾਣ ਦੀ? ਚੱਲ ਚੰਗੀ ਗੱਲ ਹੈ, ਸੀਰਤ ਵਾਂਗ ਤੂੰ ਵੀ ਬਾਹਰ ਚਲੀ ਜਾ। ਨਹੀਂ ਨਹੀਂ ਬੇਬੇ, ਅਮਰੀਕ ਨਹੀਂ ਜਾਣਾ ਚਾਹੁੰਦਾ ਕੈਨੇਡਾ, ਉਹ ਇੱਥੇ ਹੀ ਰਹਿਣਾ ਚਾਹੁੰਦਾ ਇੰਡੀਆ ਹੀ। ਲੈ ਇਹ ਤਾਂ ਹੋਰ ਵੀ ਚੰਗਾ ਹੋਇਆ, ਜੇ ਸਾਰੇ ਚੰਗੇ ਬੰਦੇ ਬਾਹਰ ਚਲੇ ਗਏ ਤਾਂ ਫਿਰ ਇੱਥੇ ਕੌਣ ਰਹੂਗਾ? ਹੈ ਕਿ ਨਹੀਂ? ਮੈਂ ਇੱਕ ਮਿੰਟ ਆਈ ਬੇਬੇ। ਅਮਰੀਕ? ਹਾਂਜੀ। ਕੀ ਕਹਿੰਦਾ ਡਾਕਟਰ? ਕੁਛ ਨਹੀਂ ਸਰਪੰਚ ਸਾਹਿਬ, ਘਬਰਾਉਣ ਦੀ ਕੋਈ ਲੋੜ ਨਹੀਂ, ਕਹਿੰਦਾ ਠੀਕ ਹੋ ਜਾਓ ਇੱਕ ਦਿਨ। ਉਹ ਤੂੰ ਇੱਥੇ ਖੜਾ ਗੱਲਾਂ ਮਾਰੀ ਜਾਂਦਾ, ਦੋ ਕੁ ਜਣੇ ਪਿੱਛੇ ਜਾਓ ਸ਼ਰਾਬੀਆਂ ਵਾਲੇ ਟੇਬਲ ਤੇ। ਹਾਂਜੀ ਜਾਣਾ। ਆ ਬਹਿਰਿਆਂ ਦਾ ਕੋਟ ਹੈ? ਬਹਿਰਿਆਂ ਦਾ ਹੀ ਹੈ ਜੀ। ਉਹ ਭਰਾਵਾ ਪਿੱਛੇ ਚੱਲ ਜਾ, ਕੈਟਰਿੰਗ ਵਾਲਾ ਗਾਲਾਂ ਕੱਢੀ ਜਾਂਦਾ। ਤੈਨੂੰ ਬਹਿਰਾ ਲੱਗਦਾ? ਵਜੇ ਤੋਂ ਤੂੰ ਗੋਲੀ ਵਾਲੀ ਗੱਲ ਦੱਸੀ ਨਹੀਂ ਨਾ ਸੰਜੋਗ ਨੂੰ? ਨਾ ਸਰਪੰਚ ਸਾਹਿਬ, ਉਹਦੇ ਮੈਂ ਦੱਸਣੀ ਹੀ ਨਹੀਂ ਸੀ। ਡਰਾਉਂਦਾ ਸੀ ਮੈਨੂੰ? ਤੁਸੀਂ ਵੀ ਡਰਦੇ ਹੋ? ਜਾ ਕੋਟ ਬਦਲ ਕੇ ਆ, ਨਾਲੇ ਪੈਗ ਸ਼ੈਗ ਲਾ ਲੈ। ਹੈਂਜੀ? ਪੈਗ ਸ਼ੈਗ ਲਾ ਲੈ। ਸਰਪੰਚ ਜੀ ਮੈਂ ਪੀਂਦਾ ਨਹੀਂ ਜੀ। ਬੇਟਰ ਬੱਚੇ ਲਈ ਦੁੱਧ ਮਿਲੂਗਾ? ਹਾਂਜੀ ਹਾਂ ਬਿਲਕੁਲ ਮਿਲੂਗਾ, ਲਿਆਓ ਕੋਸਾ ਲਾ ਕਰਕੇ ਲਿਆਉਣਾ। ਗੱਲ ਸੁਣ। ਹਾਂਜੀ। ਮੇਰੇ ਵਾਸਤੇ ਵੱਡੀ ਸਾਰੀ ਆਈਸਕ੍ਰੀਮ ਲੈ ਕੇ ਆ, ਦੱਸੀ ਨਾ ਕਿਸੇ ਨੂੰ, ਖਾਸ ਕਰਕੇ ਸੰਜੋਗ ਨੂੰ। ਨਹੀਂ ਦੱਸਦਾ ਜੀ, ਕਿਸੇ ਨੂੰ ਨਹੀਂ ਦੱਸਦਾ। ਚੰਗਾ ਲਿਆਉਣਾ। ਵਰਿਆਮ ਯੋਗਾ ਕਰਨ ਤੋਂ ਬਾਅਦ ਅਮਰੀਕ ਨੂੰ ਮੇਰੇ ਕੋਲ ਲੈ ਕੇ ਆਈ। ਪਰ ਬੇਬੇ ਅਮਰੀਕ ਤਾਂ ਭੁੱਲਰ ਦੇ ਹੋਟਲ ਭੇਜਦਾ ਸੀ। ਹੋਟਲ ਭੇਜਦਾ ਸੀ? ਮੈਂ ਕਹਾ ਤੂੰ ਬੇਬੇ, ਤੁਸੀਂ ਤੇ ਕਿਹਾ ਸੀ ਫੋਨ ਕਰਕੇ। ਮੈਂ ਕਿਹਾ ਸੀ? ਅੱਛਾ, ਅਮਰੀਕ ਮੁੰਡਾ ਕਿਵੇਂ ਲੱਗਿਆ ਤੁਹਾਨੂੰ? ਪਰ ਬੇਬੇ ਉਹ ਤਾਂ ਆਪਣੇ ਲੋਕਾਂ ਚੋਂ ਵੀ ਨਹੀਂ ਹੈਗਾ ਨਾ। ਆ ਸਿੱਖਿਆ ਤੂੰ ਆਪਣੇ ਗੁਰੂਆਂ ਕੋਲੋਂ, ਇਹ ਕੀ ਗੱਲ ਕਰਦੀ ਆਪਣੇ ਪਰਾਏ ਦੀ? ਤੈਨੂੰ ਵਰਿਆਮ? ਬੇਬੇ ਮੁੰਡਾ ਤੇ ਮਾੜਾ ਨਹੀਂ। ਫਿਰ ਠੀਕ ਹੈ, ਅੱਜ ਸ਼ਾਮ ਨੂੰ ਉਹਨੂੰ ਰੋਟੀ ਤੇ ਬੁਲਾਓ, ਠੀਕ ਹੈ? ਠੀਕ ਹੈ ਜੀ। ਇਹ ਕਿਹੜੀ ਰਾਜਨੀਤੀ ਕਰਨ ਲੱਗ ਗਈ ਬੇਬੇ? ਪਤਾ ਨਹੀਂ। ਥੈਂਕ ਯੂ। ਓ ਹੈਲੋ। ਓ ਸੰਜੋਗ ਕਿੱਦਾਂ? ਸੰਜੋਗ ਦਿਆ ਲੱਗਦਿਆ, ਕੀ ਖਵਾਤਾ ਬੇਬੇ ਨੂੰ ਰਾਤ ਰਾਤ ਚ? ਮੈਂ ਕੀ ਖਵਾਤਾ ਯਾਰ, ਮੈਂ ਕਿਹਾ ਸੀ ਉਹਨਾਂ ਨੂੰ ਨਾ ਖਾਓ ਆਈਸਕ੍ਰੀਮ, ਨਾ ਖਾਓ ਆਈਸਕ੍ਰੀਮ, ਪਰ ਅਗਲੀ ਕਹਿੰਦੀ ਮੈਂ ਤਾਂ ਖਾਊਂਗੀ। ਅਮਰੀਕ ਬੇਬੇ ਕਹਿ ਰਹੇ ਨੇ ਕਿ ਤੂੰ ਡਿਨਰ ਅੱਜ ਸਾਡੇ ਵੱਲ ਕਰੇ। ਨਹੀਂ ਫਿਰ ਇਹ ਚੰਗੀ ਗੱਲ ਹੈ ਕਿ ਮਾੜੀ ਤੇਰੇ ਵਾਸਤੇ? ਯਾਰ ਪਤਾ ਨਹੀਂ ਕੀ ਚਾਲ ਚੱਲ ਰਹੇ ਨੇ, ਬਸ ਤੂੰ ਡਿਨਰ 'ਤੇ ਨਾ ਆਈ ਅੱਜ।
ਓਕੇ ਨਹੀਂ ਆਉਂਦਾ ਮੈਨੂੰ ਤਾਂ ਆਪ ਬਥੇਰੇ ਕੰਮ ਨੇ ਯਾਰ ਥੈਂਕ ਯੂ ਸੋ ਮੱਚ ਯਾਰ ਕੀ ਲੋੜ ਸੀ ਤੈਨੂੰ ਇੰਨਾ ਜੈਂਟਲਮੈਨ ਬਣਨ ਦੀ ਡਿੱਗਦੀ ਸੀ ਮੈਂ ਤਾਂ ਡਿੱਗ ਲੈਣ ਦਿੰਦਾ ਨਾ ਠੀਕ ਹੈ ਅਗਲੀ ਵਾਰੀ ਡਿੱਗੇਂਗੀ ਨਹੀਂ ਵੜਦਾ ਯਾਰ ਤੂੰ ਸੀਰੀਅਸ ਕਿਉਂ ਨਹੀਂ ਹੋ ਰਿਹਾ ਇੰਨਾ ਵੀ ਨਜ਼ਰਾਂ 'ਚ ਨਹੀਂ ਆਉਣਾ ਬੇਬੇ ਦੇ ਥੋੜ੍ਹੇ ਹੁਣ ਤੇਰੇ ਨੰਬਰ ਘਟਾਉਣ ਬਾਰੇ ਸੋਚੀਏ ਹੈਂ ਅੱਛਾ ਸੋਚ ਲਓ ਫਿਰ ਕਿੱਦਾਂ ਘਟਾਉਣੇ ਨੰਬਰ ਮੇਰੇ ਦੇਖ ਇੱਕ ਤਾਂ ਡਿਨਰ 'ਤੇ ਨਾ ਆਈ ਨਹੀਂ ਆਉਂਦਾ ਥੋੜ੍ਹਾ ਮੇਰੇ ਨਾਲ ਮਿਸਬਿਹੇਵ ਕਰਨਾ ਸ਼ੁਰੂ ਕਰ ਸੌਂਗਾ ਆਏ ਕਰਦੇ ਹਾਂ ਡਿਨਰ ਦੀ ਜਗ੍ਹਾ 'ਤੇ ਕਿਤੇ ਹੋਰ ਜਾ ਜੱਸੀ ਨੂੰ ਨਾਲ ਲੈ ਜੀ ਬਾਕੀ ਗੱਲ ਜੱਸੀ ਆਪੇ ਬੇਬੇ ਤੱਕ ਪਹੁੰਚਾ ਦੂਗਾ ਯਾਰ ਵੀਰ ਪਿੰਡ ਤਾਂ ਦੱਸ ਦੇ ਕਿਹੜਾ ਤੇਰਾ ਤਾਂ ਮੇਰਾ ਪਿੰਡ ਢਾਉਣਾ ਦੱਸ ਮੇਰਾ ਪਿੰਡ ਪੁੱਛਦਾ ਅੰਨਾ ਹੋ ਗਿਆ ਯਾਰ ਤੂੰ ਪਿੰਡ ਢਾਤਾ ਸਾਡਾ ਜੀ ਮੈਂ ਪੀਂਦਾ ਨਹੀਂ ਜੀ ਮੈਂ ਪੀਂਦਾ ਨਹੀਂ ਜੀ ਮੈਂ ਪੀਂਦਾ ਨਹੀਂ ਇਹਨੂੰ ਹੁਣੇ ਗੁੜਗਾਉਂ ਛੱਡ ਕੇ ਆਉਣਾ ਇਹਦੀ ਗੱਡੀ 'ਚ ਹੈ ਕੋਈ ਡਰਾਈਵਰ ਆ ਪੰਜਾਂ ਮਿੰਟਾਂ 'ਚ ਆਇਆ ਲੈ ਕਰਦਾ ਮੈਂ ਪਤਾ ਬੁਲਾ ਫਿਰ ਕੁੱਲੀ ਓ ਕੁੱਲੀ ਯਾਰ ਕਲਾਰੇ ਪੈ ਗਏ ਭਰਾਵਾ ਕਲਾਰੇ ਤਾਂ ਪੈਣੀ ਨੇ ਹੁਣ ਪੰਗੇ ਲਉਂਗੇ ਤਾਂ ਕਲਾਰੇ ਹੀ ਪੈਣਗੇ ਭਾਈ ਹੰਗਾਮਾ ਹੈ ਕਿਉਂ ਬਰਪਾ ਥੋੜ੍ਹੀ ਸੀ ਜੋ ਪੀਲੀ ਹੈ ਕੁੱਲੀ ਯਾਰ ਸੁਣ ਰੋਗ ਯਾਦ ਆਉਣ ਲੱਗ ਪਈ ਆ ਸੱਚੀ ਬੜੀ ਯਾਦ ਆਉਂਦੀ ਉਹਦੀ ਮੈਨੂੰ ਤੂੰ ਕਹਿੰਦਾ ਨਾ ਮੈਂ ਸੰਜੋਗ 'ਚ ਕੀ ਵੇਖਿਆ ਪੁੱਛਿਆ ਕਰ ਮੈਂ ਸੰਜੋਗ 'ਚ ਕੀ ਨਹੀਂ ਵੇਖਿਆ ਕੁੱਲੀ ਤੂੰ ਹੀ ਮੇਰੀ ਸ਼ਾਮ ਹੈ ਤੂੰ ਹੀ ਹੈ ਮੇਰਾ ਸਵੇਰਾ ਤੂੰ ਜੋ ਅੱਖ ਖੋਲੇ ਤਾਂ ਦਿਨ ਜੇ ਅੱਖ ਬੰਦ ਕਰੇ ਹਨੇਰਾ ਹੀਰੇ ਜਾਨੇ ਮੇਰੀ ਕੁੱਲੀ ਆ ਗੀਤ ਮੈਂ ਲਿਖਿਆ ਸੰਜੋਗ ਲਈ ਸੱਚੀ ਬਾਈ ਸੱਚੀ ਕਹਿੰਦਾ ਸੌਂ ਰੱਬ ਦੀ ਯਾਰ ਮੈਂ ਸੋਚਦਾ ਨਾ ਕੁੱਲੀ ਜੇ ਕਰਮਜੀਤ ਦੇ ਵਿਆਹ 'ਤੇ ਗਲਤ ਕਮਰੇ 'ਚ ਨਾ ਜਾਂਦੇ ਯਾਰ ਮੇਰੀ ਇਹ ਤਾਂ ਜ਼ਿੰਦਗੀ ਦੂਰੀ ਰਹਿ ਜਾਂਦੀ ਆ ਸੰਜੋਗ ਬਿਨਾਂ ਮੈਨੂੰ ਤਾਂ ਸੰਜੋਗ ਮਿਲੀ ਨਹੀਂ ਸੀ ਹੈਂ ਕੁੱਲੀ ਇਹ ਜਿਹੜੀ ਸੰਜੋਗ ਹੈ ਨਾ ਇਹੋ ਜਿਹੀ ਸੋਚਦੀਆਂ ਕੁੜੀਆਂ ਬੜੀਆਂ ਘੱਟ ਹੁੰਦੀਆਂ ਬਾਈ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਯਾਰ ਮੇਰੇ ਵਰਗਾ ਤਾਂ ਸੰਜੋਗ ਨੂੰ ਭਾਵੇਂ ਕੋਈ ਮਿਲੇ ਨਾ ਮਿਲੇ ਪਰ ਮੈਨੂੰ ਸੰਜੋਗ ਵਰਗੀਆਂ ਹਜ਼ਾਰ ਕੁੜੀਆਂ ਮਿਲ ਜਾਣਗੀਆਂ ਉਹ ਕੁੱਲੀ ਉਹ ਮੈਂ ਪੁੱਠਾ ਬੋਲ ਗਿਆ ਯਾਰ ਹੈਂ ਚੱਲ ਤੂੰ ਆਪ ਸਿੱਧਾ ਕਰ ਲਈ ਭਰਾ ਓ ਤੂੰ ਨੂਰ ਹੈ ਖੁਦਾ ਦਾ
ਸੰਜੋਗ ਪੁੱਤ। ਹਾਂਜੀ ਬੇਬੇ। ਕਿਸੇ ਨੂੰ ਨਾਲ ਲੈ ਕੇ ਜਾ, ਖਾਧੀ ਪੀਤੀ ਹੋਈ ਸੀ ਰਾਤ, ਲੜ ਲੁੜ ਵੀ ਪਿਆ ਸੀ, ਜਾ ਉਹਦਾ ਹਾਲ ਚਾਲ ਪੁੱਛ ਗਿਆ ਜਾ ਹੁਣ। ਅਮਰੀਕ ਨੇ ਪੀਤੀ ਹੋਈ ਸੀ? ਆਹੋ, ਮੈਂ ਹੀ ਤਾਂ ਲੈ ਕੇ ਆਈ ਸੀ ਉਹਨੂੰ। ਬੇਬੇ ਤੁਸੀਂ ਤਾਂ ਵੀ ਨਾਰਾਜ਼ ਨਹੀਂ? ਪੁੱਤ ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਤੈਨੂੰ ਤਾਂ ਪਸੰਦ ਹੈ ਨਾ। ਹਾਂਜੀ। ਬਸ ਫਿਰ ਗੱਲ ਮੁੱਕੀ। ਆ ਲੈ, ਉਹਦਾ ਫੋਨ ਮੇਰੇ ਕੋਲ ਰਹਿ ਗਿਆ ਸੀ, ਦੇ ਦੀ ਲੈ ਫੜ ਜਾ। ਯਾਰ ਆ ਕੀ ਬਦਤਮੀਜ਼ੀ ਆ ਭਲਾ, ਹੈ ਇਹੀ ਤਰੀਕਾ ਜਗਾਉਣ ਦਾ ਕਿਸੇ ਨੂੰ? ਤੇਰੇ ਵਰਗੇ ਵਾਸਤੇ ਨਾ ਇਹ ਤਰੀਕਾ ਬੈਸਟ ਹੈ। ਮੇਰੇ ਵਰਗੇ ਵਾਸਤੇ? ਹੁਣ ਮੈਂ ਹੋਰ ਕੀ ਕਰ ਦਵਾਂ ਤੇਰੇ ਲਈ ਦੱਸ। ਮੇਰੇ ਲਈ? ਤੂੰ ਜੋ ਕੁਛ ਵੀ ਕਰ ਰਿਹਾ ਨਾ ਆਪਣੇ ਲਈ ਕਰ ਰਿਹਾ ਅਮਰੀਕ। ਗਲਤੀ ਕੀਤੀ ਤੈਨੂੰ ਇੱਥੇ ਲਿਆ ਕੇ, ਮੈਨੂੰ ਕੀ ਪਤਾ ਸੀ ਤੂੰ ਆਪਣੀਆਂ ਗੇਮਸ ਖੇਡਣ ਲੱਗ ਜਾਏਗਾ। ਗੇਮਾਂ? ਮੈਂ ਗੇਮਾਂ ਖੇਡ ਰਿਹਾ? ਮੈਂ ਕਿਹੜੀ ਗੇਮ ਖੇਡੀ ਹੈ ਦੱਸੀ? ਗੇਮਸ ਹੀ ਤਾਂ ਖੇਡ ਰਿਹਾ, ਪੱਟੀਆਂ ਪੜਾ ਰਿਹਾ ਬੇਬੇ ਨੂੰ, ਰਾਤ ਕੀ ਕਹਿ ਕੇ ਆਇਆ ਤੂੰ? ਤੇਰਾ ਦਿਮਾਗ ਠੀਕ ਹੈ? ਸਵੇਰੇ ਸਵੇਰੇ ਲੱਗ ਗਈ ਹੈ, ਮੈਂ ਕਿਹੜੀ ਤੇਰੀ ਬੇਬੇ ਨੂੰ ਮਿਲਿਆ? ਮੈਂ ਉੱਥੇ ਹਾਥੇ 'ਤੇ ਸੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਂ ਇੱਥੇ ਕਿੱਦਾਂ ਆਇਆ। ਲੁੱਕ ਅਮਰੀਕ, ਤੂੰ ਜੋ ਕੁਛ ਵੀ ਪਲਾਨ ਕਰ ਰਿਹਾ ਨਾ, ਮੈਂ ਕੁਛ ਵੀ ਸਕਸੈਸਫੁਲ ਨਹੀਂ ਹੋਣ ਦੇਣਾ। ਸੋ ਜੇ ਤੂੰ ਆਹੀ ਕੁਛ ਕਰਨਾ ਤਾਂ ਇਟਸ ਬੈਟਰ ਦੈਟ ਯੂ ਲੀਵ। ਸੋ ਆਪਣੀ ਟੈਂਟ ਫੋੜੀ ਚੱਕ ਅਤੇ ਇੱਥੋਂ ਦਫਾ ਹੋ ਜਾ। ਠੀਕ ਆ, ਮਜ਼ਾਕ ਬਣਾ ਕੇ ਰੱਖਿਆ। ਆ ਕੀ ਹੈ ਅਮਰੀਕ? ਸਾਰੀ ਦੁਨੀਆ ਕਠਪੁਤਲੀ ਥੋੜੀ ਹੈ ਤੇਰੇ ਹੱਥਾਂ ਦੀ, ਜਿੱਦਾਂ ਤੂੰ ਚਾਹਵੇਂ ਨਾ ਚਾਹਵੇਂ। ਆ ਤੂੰ, ਆ ਤੂੰ ਕਰ ਕੀ ਰਿਹਾ? ਸੋਰੀ ਯਾਰ, ਮੂੰਹੋਂ ਨਿਕਲ ਗਿਆ ਸੀ। ਬੇਬੇ ਨੂੰ ਤੇਰੇ ਦਾਰੂ ਪੀਣ ਤੇ ਭੜਕ ਜਾਣਾ ਚਾਹੀਦਾ ਸੀ, ਉਹ ਉਲਟਾ ਮੈਨੂੰ ਤੇਰਾ ਹਾਲ ਪੁੱਛਣ ਭੇਜ ਰਹੇ ਨੇ। ਸੋਰੀ ਯਾਰ, ਤੈਨੂੰ ਪਤਾ ਮੇਰਾ ਉਹ ਮਤਲਬ ਨਹੀਂ ਸੀ, ਤੂੰ ਤਾਂ ਜਾਣਦਾ ਮੈਨੂੰ। ਮੈਨੂੰ ਪਤਾ ਤੇਰਾ ਕੀ ਮਤਲਬ ਸੀ, ਤੇਰਾ ਮਤਲਬ ਇਹੋ ਸੀ ਨਾ ਮੈਂ ਆਪਦੀ ਟੈਂਟ ਫੋੜੀ ਚੁੱਕਾਂ ਤੇ ਦਫਾ ਹੋ ਜਾਏ ਇੱਥੋਂ। ਹੁਣ ਮੈਂ ਆਪਦੀ ਟੈਂਟ ਫੋੜੀ ਚੁੱਕ ਕੇ ਦਫਾ ਹੋ ਰਿਹਾ। ਪਲੀਜ਼ ਅਮਰੀਕ, ਡਰਾਮੇ ਜਿਹਾ ਨਾ ਕਰ, ਸੁਣੋ ਪਰਾਂ ਹਟ। ਫੜਾਂ ਤਾਂ ਬੜੀਆਂ ਮਾਰਦਾ ਸੀ ਕਿ ਅਮਰੀਕ ਇੱਕ ਵਾਰੀ ਜਿਹੜਾ ਕੰਮ ਫੜ ਲੈਂਦਾ ਉਹ ਪੂਰਾ ਕਰਕੇ ਹਟਦਾ ਏ। ਆ ਕੀ ਪੂਰਾ ਕਰਕੇ ਚੱਲਿਆ ਤੂੰ? ਤੈਨੂੰ ਪਤਾ ਪਾਪਾ ਮੈਨੂੰ ਤੇ ਸੀਰਤ ਨੂੰ ਕੀ ਕਹਿੰਦੇ ਹੁੰਦੇ ਸੀ, ਕਿ ਮੇਰੀਆਂ ਦੋਨੋਂ ਧੀਆਂ ਮੇਰੇ ਮੁੰਡੇ ਨੇ, ਪਰ ਉਹ ਬੁੱਤਾਂ ਵਾਲੀ ਆਜ਼ਾਦੀ ਕਦੇ ਨਹੀਂ ਦਿੱਤੀ। ਮੇਰਾ ਹਰ ਫੈਸਲਾ ਲੈਣ ਵਾਲਾ ਹਮੇਸ਼ਾ ਕੋਈ ਹੋਰ ਰਿਹਾ, ਮੈਂ ਕਦੇ ਨਹੀਂ। ਯਾਰ ਜੇ ਤੂੰ ਮੈਨੂੰ ਨਹੀਂ ਸਮਝੇਗਾ ਤਾਂ ਕੌਣ ਸਮਝੂਗਾ? ਫਿਰ ਵੀ ਜੇ ਤੂੰ ਜਾਣਾ ਚਾਹੁੰਦਾ ਤਾਂ ਮੈਂ ਤੈਨੂੰ ਰੋਕੂੰਗੀ ਨਹੀਂ। ਯਾਰ ਤੂੰ ਸੀ ਤਾਂ ਇੱਕ ਹੌਸਲਾ ਸੀ, ਪਤਾ ਨਹੀਂ ਮੈਂ ਬੇਬੇ ਨੂੰ ਕਿਵੇਂ ਫੇਸ ਕਰੂੰਗੀ। ਸੰਜੋਗ, ਤੂੰ ਸਮਝਦੀ ਕੀ ਆਪਣੇ ਆਪ ਨੂੰ? ਹੈਂ, ਉੱਥੇ ਕੀ ਬਕਵਾਸ ਕਰਕੇ ਆਈ ਹੈ ਮੇਰੇ ਸਾਹਮਣੇ? ਇਹ ਕਿਹੜਾ ਤਰੀਕਾ ਮੇਰੇ ਨਾਲ ਗੱਲ ਕਰਨ ਦਾ? ਹੈਂ, ਬੜੇ ਪਰ ਨਿਕਲਾ ਨੇ ਤੇਰੇ ਇੱਥੇ ਆ ਕੇ ਮੈਂ ਦੇਖ ਰਿਹਾ। ਅਮਰੀਕ? ਕੀ ਅਮਰੀਕ? ਅਮਰੀਕ ਕੀ? ਮੇਰੇ ਨਾਲ ਨਾ ਬਦਤਮੀਜ਼ੀ ਨਾਲ ਗੱਲ ਕਰਨੀ ਬੰਦ ਕਰਦੇ, ਮੈਂ ਤੁਹਾਨੂੰ ਦੱਸਾਂ। ਅੱਜ ਕਰ ਲਈ, ਮੁੜ ਕੇ ਨਾ ਕਰੀ। ਚੰਗੀ ਤਰ੍ਹਾਂ ਜਾਣਦਾ ਮੈਂ ਤੇਰੀਆਂ ਸਕੀਮਾਂ, ਖੁੱਲ੍ਹਾ ਤੇਰੀ ਪੋਲ ਹੈ ਨਾ ਮੋਰੇ। ਪਲੀਜ਼ ਅਮਰੀਕ, ਇੰਨਾ ਸਾਹਮਣੇ ਨਹੀਂ। ਇੰਨਾ ਸਾਹਮਣੇ ਨਹੀਂ ਕੀ? ਤੂੰ ਜੋ ਕਰੇ ਕਰੇ, ਹੈਂ, ਤੁਹਾਨੂੰ ਕੁੜੀਆਂ ਨੂੰ ਉਹਨਾਂ ਦੀ ਥਾਂ 'ਤੇ ਨਾ ਰੱਖੋ ਨਾ, ਤੁਸੀਂ ਸਿਰ 'ਤੇ ਚੜ੍ਹ ਕੇ ਗਿੱਧਾ ਪਾਉਣ ਲੱਗ ਜਾਂਦੀ ਹੋ। ਅੱਛਾ,
ਕੀ ਥਾਂ ਹੁੰਦੀ ਹੈ ਸਾਡੀ ਕੁੜੀਆਂ ਦੀ? ਇਹ ਮੇਰੀ ਤੇ ਸੰਜੋਗ ਦੀ ਆਪਸ ਦੀ ਗੱਲ ਆ, ਤੂੰ ਵਿੱਚ ਨਾ ਬੋਲ। ਦੇਖ ਬਥੇਰੀ ਹੈ ਮੇਰਾ ਸਿਰ ਖਾਣ ਨੂੰ। ਕੀ ਕੀ ਘੁਰੀ ਜਾਂਦੀ ਹੈ ਮੇਰੇ ਵੱਲ? ਹਾਂ ਪੀਊਂਗਾ, ਹੋਰ ਪੀਊਂਗਾ ਦਾਰੂ, ਤੇ ਪੀ ਕੇ ਖੌਰੂ ਵੀ ਪਾਊਂਗਾ, ਤੇ ਫਿਰ ਵੀ ਜੇ ਗੱਲ ਨਾ ਬਣੀ ਨਾ, ਹੋਰ ਬਥੇਰੇ ਤਰੀਕੇ ਨੇ ਮੇਰੇ ਕੋਲ। ਦਿਖਾਵਾਂ ਟ੍ਰੇਲਰ? ਇੱਥੇ ਨਾ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਸ਼ਾਤਰ ਹਾਂ ਮੈਂ, ਸਮਝੀ? ਥੋੜ੍ਹੇ ਹੁਣ ਤੇਰੇ ਨੰਬਰ ਘਟਾਉਣ ਬਾਰੇ ਸੋਚੀਏ, ਥੋੜ੍ਹਾ ਮੇਰੇ ਨਾਲ ਮਿਸਬਿਹੇਵ ਕਰਨਾ ਸ਼ੁਰੂ ਕਰ। ਉਦੋਂ ਜਾ ਯਾਰ, ਅਸੀਂ ਮੈਂ ਤੋਂ ਕੁਛ ਸੁਣ ਨਾ ਲਵੀ। ਨਾ ਹੋਰ ਕੀ ਰਹਿ ਗਿਆ ਹੁਣ ਬੋਲਣ ਨੂੰ? ਹੈ ਚੱਲ ਸੰਜੋਗ। ਵੈਸੇ ਅਮਰੀਕ ਨੂੰ ਹੋਇਆ ਕੀ ਹੈ? ਯਾਰ ਤੁਹਾਨੂੰ ਦੋਨਾਂ ਨੂੰ ਮੇਰੀ ਸੌਂ ਹੈ ਸਿੰਮੀ, ਸੀਰਤ, ਬੇਬੇ ਨੂੰ ਨਾ ਦੱਸਿਓ। ਨਾਲੇ ਸੰਜੋਗ, ਇਹ ਕਿਹੜੀ ਪੋਲ ਖੁੱਲ੍ਹਣ ਦੀ ਗੱਲ ਕਰ ਰਿਹਾ ਸੀ? ਬਾਅਦ 'ਚ ਦੱਸੂੰਗੀ। ਇਹ ਤਾਂ ਬੰਦਾ ਹੀ ਬੜਾ ਘਟੀਆ। ਬੇਬੇ ਨੂੰ ਤੈਨੂੰ ਉਦੋਂ ਹੀ ਗੋਲੀ ਮਾਰ ਦੇਣੀ ਚਾਹੀਦੀ ਸੀ ਜਦੋਂ ਮੌਕਾ ਸੀ। ਬੇਬੇ ਨੂੰ ਕੀ? ਤੈਨੂੰ ਨਹੀਂ ਪਤਾ, ਬੇਬੇ ਨੂੰ ਵੱਡੇ ਪੁਲ ਥੱਲੇ ਲੈ ਗਈ ਸੀ, ਬਹੁਤ ਡਰਾਇਆ ਇਹਨੂੰ, ਕਹਿੰਦੀ ਚੱਲ ਜਾ ਵਾਪਸ ਨਹੀਂ ਤਾਂ ਗੋਲੀ ਮਾਰ ਦੂੰਗੀ, ਪਰ ਗਿਆ ਨਹੀਂ, ਕਹਿੰਦਾ ਸੰਜੋਗ ਦੇ ਨਾਲ ਆਇਆ ਇਹਦੇ ਕਹੇ 'ਤੇ ਹੀ ਜਾਊਂਗਾ। ਮੈਨੂੰ ਤਾਂ ਲੱਗਿਆ ਸੀ ਬੰਦੇ 'ਚ ਬੜਾ ਦਮ ਹੈ, ਪਰ ਨਹੀਂ, ਇਹ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ। ਉਹ ਯਾਰ, ਇੱਕ ਵਾਰ ਲਈ ਤਾਂ ਮੈਂ ਵੀ ਧੋਖਾ ਖਾ ਗਈ ਸੀ। ਦਿੱਲੀ ਤਾਂ ਬਹੁਤ ਜੈਂਟਲਮੈਨ ਬਣ ਕੇ ਦਿਖਾਇਆ ਸੀ ਇਹਨੇ ਮੈਨੂੰ। ਨਾ ਤੈਨੂੰ ਕਦੋਂ ਕੁ ਪਤਾ ਲੱਗਿਆ ਇਹਦੇ ਅਸਲੀ ਰੂਪ ਦਾ? ਕੋਈ ਖਾਸ ਗੱਲ ਨਹੀਂ ਆ ਯਾਰ, ਇਹ ਤਾਂ ਬਸ ਐਵੇਂ ਹੀ। ਐਵੇਂ ਹੀ ਕੀ? ਤੂੰ ਅਜੇ ਵੀ ਡਿਫੈਂਡ ਕਰ ਰਹੀ ਹੈ ਉਹਨੂੰ ਸੰਜੋਗ? ਬਸ ਕਰੋ ਯਾਰ, ਚਲੋ ਚੱਲੀਏ। ਓਏ ਹਾਂ ਵੀ ਬੌਸ, ਬਿਰਹਾ ਦੇ ਸੁਲਤਾਨ, ਕੋਈ ਚੱਜ ਦੀ ਖਬਰ ਸੁਣਾਈ? ਘੰਟਾ ਕੁ ਹੋਰ ਲੱਗੂਗਾ, ਮੈਂ ਤੈਨੂੰ ਭੇਜਦਾ ਰੈਂਡਰ ਕਰਕੇ ਬਾਕੀ ਚੀਜ਼ਾਂ। ਓਏ ਕੋਈ ਨਹੀਂ, ਤੇਰੀ ਪ੍ਰੋਡਕਟਿਵਿਟੀ ਆਫਿਸ ਨਾਲੋਂ ਵੱਧ ਹੋਈ ਪਈ ਹੈ, ਮੈਂ ਤਾਂ ਕਹਿੰਦਾ ਤੂੰ ਉੱਥੇ ਰਹਿ। ਕੁੱਲੀ ਮੈਂ ਬਹੁਤ ਟੈਨਸ਼ਨ 'ਚ ਹਾਂ ਯਾਰ, ਆ ਕੰਮ ਜੇ ਕਰਕੇ ਮਾਹੌਲ ਸੰਭਲ ਹੀ ਜਾਂਦਾ ਬਸ। ਹੈਗਾ ਨਹੀਂ ਮੈਂ ਉਹਦੇ ਫਿਊਚਰ ਪਲਾਨ 'ਚ, ਪਰ ਤੇਰੇ ਪਲਾਨਾਂ 'ਚ ਤਾਂ ਹੈਗੀ ਹੈ ਨਾ ਉਹ। ਉਹ ਇਕੱਲੇ ਮੇਰੇ ਪਲਾਨ 'ਚ ਹੋਣ ਨਾਲ ਕੀ ਹੁੰਦਾ ਯਾਰ? ਕੁਛ ਨਹੀਂ ਹੁੰਦਾ, ਕੋਈ ਹੋਪ ਨਹੀਂ ਹੈ ਯਾਰ, ਬਹੁਤ ਹੋ ਗਿਆ। ਹੁਣ ਮੈਨੂੰ ਸੰਜੋਗ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ, ਤੂੰ ਸਹੀ ਕਹਿੰਦਾ ਸੀ। ਉਹਨੇ ਆਪ ਦੱਸਿਆ ਤੈਨੂੰ ਆਪਦੇ ਪਲਾਨਾਂ ਬਾਰੇ? ਉਹਨੇ ਕਸਰ ਵੀ ਕੋਈ ਨਹੀਂ ਛੱਡੀ, ਪਤਾ ਉਹਨੇ ਮੇਰੇ ਮੂੰਹ 'ਤੇ ਕਿਹਾ ਵੀ ਮੈਂ ਕਿਸੇ ਗਲਤ ਫਹਿਮੀ 'ਚ ਨਾ ਰਹਾਂ। ਇੱਕ ਕੰਮ ਕਰੀ, ਪਤਾ ਲੱਗ ਜੂ ਤੂੰ ਉਹਦੇ ਪਲਾਨਾਂ 'ਚ ਹੈਗੇ ਕਿ ਨਹੀਂ, 100% ਕਾਰਗਰ ਹੈ। ਅੱਛਾ, ਹੋਰ ਕਿਹੜੇ ਪੀਰ ਤੋਂ ਤਬੀਤ ਕਰਾਵਾਂ ਮੈਂ ਦੱਸ? ਉਹ ਮੈਂ ਸੀਰੀਅਸਲੀ ਕਹਿ ਰਿਹਾ, ਸਾਈਕੋਲੋਜੀ ਦਾ ਇਸਤੇਮਾਲ ਕਰ, ਦਿਲ ਨਾਲ ਨਹੀਂ, ਹੁਣ ਦਿਮਾਗ ਨਾਲ ਚੱਲ। ਇਹ ਕੌਣ ਨੇ? ਕੀ ਹੋਇਆ ਯਾਰ? ਅਮਰੀਕ ਦੀ ਭੈਣ ਆਈ ਬੈਠੀ ਆ, ਇਹਨੇ ਸਾਰਾ ਕੰਮ ਖਰਾਬ ਕਰ ਦੇਣਾ ਹੈ। ਕਿਹੜਾ ਕੰਮ? ਇੱਕ ਕੰਮ ਕਰ ਭੈਣ ਬਣ ਕੇ। ਹੋਰ ਕਿੰਨੀ ਕੁ ਭੈਣ ਬਣਾ? ਤੂੰ ਗੱਡੀ ਲੈ ਕੇ ਜਾ, ਮੈਂ ਨਹੀਂ ਆ ਰਹੀ। ਓ ਹੈਲੋ, ਓ ਮੈਂ ਇੱਥੇ ਕਿਤੇ ਲੁਕ ਜਾਂਦੀ। ਓ ਹੈਲੋ, ਲਓ ਜੀ, ਸੰਜੋਗ ਤੇ ਸੀਰਤ ਆ ਗਈਆਂ। ਸੀਰਤ ਪੁੱਤ। ਹਾਂਜੀ ਬੇਬੇ। ਸੰਜੋਗ ਕਿੱਥੇ ਹੈ? ਉਹ ਤਾਂ ਅਮਰੀਕ ਨਾਲ ਗਈ ਹੈ। ਇਹ ਸ਼ਰਨ ਜੀ ਨੇ, ਇਹ ਮੇਜਰ ਸੰਦੀਪ ਹੈ। ਆ ਜਾ ਬਹਿ ਜਾ ਪੁੱਤ, ਇਹ ਜੀ ਸਾਡੀ ਸੀਰਤ ਹੈ। ਅੱਛਾ ਜੀ। ਸ਼ਰਨ, ਅਮਰੀਕ ਤੇ ਸੰਜੋਗ ਦੇ ਰਿਸ਼ਤੇ ਬਾਰੇ ਗੱਲ ਕਰਨ ਆਏ ਆ। ਪਲੀਜ਼ ਮਾਤਾ ਜੀ, ਤੁਸੀਂ ਤਾਂ ਸਾਨੂੰ ਇਹ ਕਹਿ ਕੇ ਬੁਲਾਇਆ ਕਿ ਅਮਰੀਕ ਡਿੱਗ ਗਿਆ ਤੇ ਉਹਦੇ 6 ਵਜੇ ਹੈ। ਡਿੱਗ ਗਿਆ ਤਾਂ ਸੀ, ਤੁਸੀਂ ਭਾਵੇਂ ਕਿਸੇ ਤੋਂ ਵੀ ਪੁੱਛ ਲਓ, ਪਰ ਮੈਂ ਕਿਹਾ ਹੁਣ ਤੁਸੀਂ ਆ ਹੀ ਗਏ ਹੋ, ਆਪਾਂ ਇਹ ਗੱਲ ਵੀ ਕਰ ਲਈ। ਸਾਡੇ ਕੋਲ ਨਾ ਟਾਈਮ ਬਹੁਤ ਥੋੜ੍ਹਾ ਹੈ। ਹੈ? ਕੈਪਟਨ ਨੇ ਅਸਤੀਫਾ ਦੇ ਦਿੱਤਾ?
ਬਹੁਤ ਪੁਰਾਣੀ ਅਖਬਾਰ ਹੈ। ਮਾਤਾ ਜੀ ਬੈਟਰ ਰਹੂਗਾ ਤੁਸੀਂ ਇਹ ਗੱਲ ਜਾਂ ਤਾਂ ਅਮਰੀਕ ਨਾ ਕਰੋ ਜਾਂ ਫਿਰ ਮੇਰੇ ਮੋਮ ਡੈਡ ਨਾਲ। ਉਹ ਤਾਂ ਕੈਨੇਡਾ ਗਏ ਹੋਏ ਨੇ। ਕੈਨੇਡਾ? ਉਹ ਕਦੋਂ ਗਏ ਕੈਨੇਡਾ? ਗਏ ਹੋਏ ਨੇ ਉਹ ਐਕਚੁਅਲੀ ਨਾ ਮੇਰੀ ਤਾਇਆ ਜੀ ਕੈਨੇਡਾ ਰਹਿੰਦੇ ਨੇ ਜੀ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਅਜੀਬ ਜਿਹਾ ਲੱਗਦਾ ਅਮਰੀਕ ਨਾਲ ਗੱਲ ਕਰਦੇ। ਇਹ ਗੱਲ ਨਾ ਵੱਡਿਆਂ ਨਾਲ ਹੀ ਕਰਨੀ ਚਾਹੀਦੀ ਹੈ। ਕਿਉਂ ਫੌਜੀ ਸਾਹਿਬ? ਹਾਂ ਮੈਂ ਕਰਕੇ ਦੇਖਾਂ ਗੱਲ। ਮੈਨੂੰ ਲੱਗਦਾ ਮਾਤਾ ਜੀ ਇਹ ਗੱਲ ਨਾ ਤੁਹਾਨੂੰ ਅਮਰੀਕ ਨਾਲ ਕਰਨੀ ਚਾਹੀਦੀ ਹੈ। ਤੁਸੀਂ ਕਿਸੇ ਨੂੰ ਭੇਜੋਗੇ ਅਸੀਂ ਅਮਰੀਕ ਕੋਲ ਜਾ ਆਉਂਦੇ? ਹਾਂ ਹਾਂ ਕਾਲੇ ਚਲੋ ਆਪਸ ਵਿੱਚ। ਉਹ ਕਾਲੇ ਹਾਂਜੀ ਬੀਬੀ ਜੀ ਆ ਜਾ ਭਾਈ ਇਹਨਾਂ ਨੂੰ ਨਾ ਅਮਰੀਕ ਦੇ ਹੋਟਲ ਛੱਡ ਕੇ ਆ। ਆ ਜਾਓ ਜੀ ਆ ਜਾਓ ਛੱਡ ਕੇ ਆ। ਅੱਛਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੇ ਸਤਿ ਸ਼੍ਰੀ ਅਕਾਲ ਆ ਜਾਓ। ਬਹੁਤ ਅਮੀਰ ਹੈ ਸੰਜੋਗ, ਮੈਨੂੰ ਤਾਂ ਅੱਜ ਪਤਾ ਲੱਗਿਆ। ਅਮੀਰ ਹੈ ਤਾਂ ਉਹਦੇ ਹਾਰ ਪਾਵਾਂ? ਉਹ ਨਹੀਂ ਹੋ ਮੈਂ ਤਾਂ ਵੈਸੇ ਹੀ। ਇਹ ਸਰਪੰਚ ਨੂੰ ਕਿਉਂ ਲੱਗਦਾ ਹੈ ਕਿ ਡੈਡ ਕੈਨੇਡਾ ਨੇ? ਸੰਜੋਗ ਨੇ ਕਿਹਾ ਹੋਣਾ ਉਹੀ ਧਾਗੇ ਲਾਈ ਫਿਰਦੀ ਆ ਅਮਰੀਕ ਨੂੰ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹੋ ਜਿਹੇ ਉਹਦੇ ਸੁਰਖਾਬ ਦੇ ਪਰ ਲੱਗੇ ਨੇ। ਨਹੀਂ ਤੁਸੀਂ ਮੈਨੂੰ ਇਹ ਦੱਸੋ ਮੇਰੇ ਭਰਾ ਨੂੰ ਕੁੜੀਆਂ ਦਾ ਘੱਟ ਹੈ? ਮੈਨੂੰ ਇੱਕ ਵਾਰੀ ਕਵੇ ਤਾਂ ਸਹੀ, ਮੈਂ ਸ਼ਾਮ ਨੂੰ ਲੈਣ ਲਾ ਦੇਵਾਂ। ਪਰ ਇਹ ਤਾਂ ਉਹਨੂੰ ਪਿਆਰ ਪਿਓਰ ਨਹੀਂ ਕਰਦਾ। ਕਾਹਦਾ ਪਿਆਰ? ਸਾਹਮਣੇ ਉਹ ਬੰਦਾ ਕਦਰ ਪਾਉਣ ਵਾਲਾ ਤਾਂ ਹੋਵੇ। ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਹੈ ਕਿਤੇ ਉਹੀ ਨਾ ਮੇਰਾ ਭਰਾ ਰੁਲਜੇ ਇਹਦੇ ਚੱਕਰ ਦੇ ਵਿੱਚ। ਚੰਗਾ ਭਲਾ ਕੈਨੇਡਾ ਨਾ ਡੈਡ ਦੀ ਫਰੈਂਡ ਦੀ ਕੁੜੀ ਨਾਲ ਇਹਦੀ ਅੰਗੇਜਮੈਂਟ ਹੋਈ ਸੀ, ਨਾ ਕੈਨੇਡਾ ਗਿਆ ਉੱਤੋਂ ਅੰਗੇਜਮੈਂਟ ਤੋੜਤੀ। ਪਤਾ ਨਹੀਂ ਇਹ ਸੰਜੋਗ ਕਿੱਥੋਂ ਇਹਦੀ ਲਾਈਫ ਦੇ ਵਿੱਚ ਆ ਗਈ। ਇਹਦੇ ਚੱਕਰ 'ਚ ਅਮਰੀਕ ਨੂੰ ਘਰੋਂ ਕੱਢਿਆ। ਤੁਹਾਨੂੰ ਪਤਾ ਮੰਮੀ ਕਿੰਨਾ ਰੋਂਦੀ ਹੈ। ਅਮਰੀਕ ਤੇ ਡੈਡ ਹਲੇ ਤੱਕ ਨਹੀਂ ਆਪਸ 'ਚ ਬੋਲਦੇ। ਇਹ ਤਾਂ ਹੈ। ਅੱਛਾ ਹਾਂਜੀ ਅਮਰੀਕ ਦੇ ਸਾਹਮਣੇ ਨਾ ਸੰਜੋਗ ਨੂੰ ਕੁਛ ਨਾ ਕਿਹੋ, ਖਾਣ ਨੂੰ ਪੈਂਦਾ ਉਹ। ਓਕੇ ਉਧਰ ਧਿਆਨ ਦਿਓ। ਹਾਂ ਕਾਹਦਾ ਪਿਆਰ? ਸਾਹਮਣੇ ਉਹ ਬੰਦਾ ਕਦਰ ਪਾਉਣ ਵਾਲਾ ਤਾਂ ਹੋਵੇ। ਇਹਦੇ ਚੱਕਰ 'ਚ ਅਮਰੀਕ ਨੂੰ ਘਰੋਂ ਕੱਢਿਆ। ਅਮਰੀਕ ਦੇ ਸਾਹਮਣੇ ਨਾ ਸੰਜੋਗ ਨੂੰ ਕੁਛ ਨਾ ਕਿਹੋ, ਖਾਣ ਨੂੰ ਪੈਂਦਾ ਉਹ। ਬਹੁਤ ਡਰਾਇਆ ਇਹਨੂੰ, ਕਹਿੰਦੀ ਚੱਲ ਜਾ ਵਾਪਸ ਨਹੀਂ ਤਾਂ ਗੋਲੀ ਮਾਰ ਦੂੰਗੀ, ਪਰ ਗਿਆ ਨਹੀਂ, ਕਹਿੰਦਾ ਸੰਜੋਗ ਦੇ ਨਾਲ ਆਇਆ ਇਹਦੇ ਕਹੇ 'ਤੇ ਹੀ ਜਾਊਂਗਾ। ਅਮਰੀਕ ਮੈਨੂੰ ਪੁੱਛ ਰਿਹਾ ਸੀ ਤੈਨੂੰ ਪ੍ਰਪੋਜ਼ ਕਰਨ ਬਾਰੇ, ਵਿਆਹ ਲਈ। ਇਹੋ ਜਿਹੇ ਜੀਵਨ ਸਾਥੀ ਨਾ ਇੰਨੀ ਆਸਾਨੀ ਦੇ ਨਾਲ ਨਹੀਂ ਮਿਲਣਾ। ਜੀਵਨ ਸਾਥੀ ਦੀ ਮੈਨੂੰ ਲੋੜ ਹੋਊਗੀ ਤਾਂ ਹੀ ਆ ਨਾ ਯਾਰ। ਪਰ ਜੇ ਇਹੋ ਜਿਹਾ ਉਹਨੂੰ ਵਿਚਾਰੀ ਨੂੰ ਕੀ ਪਤਾ ਮੈਂ ਉਹਦੀ ਹੀ ਪੋਤੀ ਨਾਲ ਰਲ ਕੇ ਉਹਨੂੰ ਹੀ। ਚੱਲ ਫਿਰ ਹੁਣ ਕੋਈ ਕਸਰ ਰਹਿ ਗਈ? ਨਹੀਂ ਤੁਸੀਂ ਜਾਓ, ਮੈਨੂੰ ਕੰਮ ਹੈ। ਅੱਜ ਮੈਨੂੰ ਬੇਬੇ ਨੇ ਮਿਲਣ ਲਈ ਸੱਦਿਆ, ਉਹਨਾਂ ਨੂੰ ਮਿਲ ਲਵਾਂ ਫਿਰ। ਫਿਰ ਕੀ? ਫਿਰ ਮੈਂ ਆਪਣੇ ਰਾਹ, ਸੰਜੋਗ ਆਪਣੇ ਰਾਹ। ਸ਼ੁਕਰ ਹੈ ਤੈਨੂੰ ਅਕਲ ਆਈ, ਅਸੀਂ ਚੱਲਦੇ ਹਾਂ।
ਆਹ ਜਿਹੜੀ ਸਾਰੀ ਜ਼ਮੀਨ ਦੇਖ ਰਹੇ ਹਾਂ ਨਾ 70 ਕਿੱਲੇ, ਇਹ ਸਾਡੀ ਹੈ। 35 ਕਿੱਲੇ ਜ਼ਮੀਨ ਸੰਜੋਗ ਦੀ ਹੈ। ਸੀਰਤ ਛੋਟੀ ਸੀ, ਉਹ ਬਚ ਗਈ, ਪਰ ਸੰਜੋਗ ਨੂੰ ਮੈਂ ਇਹ ਅਹਿਸਾਸ ਦਵਾਇਆ ਕਿ ਤੇਰੀ ਥਾਂ 'ਤੇ ਮੈਨੂੰ ਪੋਤਾ ਚਾਹੀਦਾ ਸੀ। ਜਿਉਂ ਜਿਉਂ ਮੰਡੀ ਹੁੰਦੀ ਗਈ ਮੇਰੇ ਨਾਲ ਲੜਨ ਲੱਗ ਗਈ, ਜਿਵੇਂ ਮੈਂ ਉਹਦੀ ਦੁਸ਼ਮਣ ਹੋਵਾਂ। ਅਤੇ ਡਰਦੇ ਮਾਰੇ ਚੰਚਲ ਅਤੇ ਵਿਰਿਆਮ ਵੀ ਨਹੀਂ ਬੋਲਦੇ ਸੀ, ਸ਼ਾਇਦ ਇਸੇ ਕਰਕੇ ਸੰਜੋਗ ਕਿਸੇ 'ਤੇ ਭਰੋਸਾ ਨਹੀਂ ਕਰਦੀ। ਗਲਤੀ ਤਾਂ ਮੇਰੀ ਸੀ ਪੁੱਤ, ਸਜ਼ਾ ਵਾ ਆਪਣੇ ਆਪ ਨੂੰ ਦੇ ਰਹੀ ਹੈ, ਸਾਰੇ ਰਿਸ਼ਤੇ ਤੋਂ ਬੇਮੁੱਖ ਹੋ ਕੇ। ਅਮਰੀਕ, ਸ਼ਾਇਦ ਮੈਨੂੰ ਮੇਰੇ ਕੀਤੇ ਦੀ ਮਾਫ਼ੀ ਮਿਲ ਰਹੀ ਹੈ। ਤੂੰ ਉਹਦੀ ਜ਼ਿੰਦਗੀ 'ਚ ਆਇਆ, ਮੈਨੂੰ ਪਤਾ ਪੁੱਤ ਤੂੰ ਸਭ ਸੰਭਾਲ ਲਏਗਾ। ਹੁਣ ਨਾ ਸੰਜੋਗ ਤੇਰੇ ਹਵਾਲੇ ਹੈ, ਤੂੰ ਉਹਦਾ ਪੱਲਾ ਨਾ ਛੱਡੀ। ਮੇਰੀ ਪੋਤੀ ਬਹੁਤ ਨਾਜ਼ੁਕ ਹੈ ਪੁੱਤ, ਬਹੁਤ ਨਾਜ਼ੁਕ ਹੈ ਪੁੱਤ। ਨਹੀਂ ਨਹੀਂ ਬੇਬੇ, ਇਹ ਕੀ ਕਰ ਰਹੇ ਹੋ ਬੇਬੇ, ਮੇਰੇ ਤੇ ਇੱਥੇ ਪਹਿਲਾਂ ਹੀ। ਨਹੀਂ ਨਹੀਂ ਬੇਬੇ, ਤੇਰੇ ਨਾਲ ਗੱਲਾਂ ਕਰਕੇ ਨਾ ਮੇਰਾ ਦਿਲ ਹੌਲਾ ਹੋ ਗਿਆ, ਹੁਣ ਮੈਂ ਇਸ ਦੁਨੀਆ ਤੋਂ ਸਕੂਨ ਨਾਲ ਜਾ ਸਕਦਾ। ਇਦਾਂ ਨਾ ਕਹੋ ਬੇਬੇ, ਕਿ ਮੇਰੀ ਸੰਜੋਗ ਦਾ ਵੀ ਬੇੜਾ ਪਾਰ ਹੋ ਜੂ। ਚੱਲ ਛੱਡ ਪਰਾਂ, ਆਪਾਂ ਕਿਹੜੀਆਂ ਗੱਲਾਂ 'ਚ ਪੈ ਗਏ। ਮੈਂ ਨਾ ਬਹੁਤ ਹੀ ਸਵਾਦ ਚੱਡੀ ਬਣਾਈ ਹੈ ਤੇਰੇ ਵਾਸਤੇ ਮਿਰਚਾਂ ਦੀ, ਚੱਲ ਅੱਜ ਆਪਾਂ ਖਾਈਏ। ਚੱਲ ਮੇਰਾ ਪੁੱਤ। ਸੱਚ ਤੂੰ ਕੁਛ ਕਹਿ ਰਹੀ ਸੀ? ਹਾਂ, ਕਿੱਥੇ ਸੀ ਮੈਂ? ਤੂੰ ਮਿਲੀ ਤੇ ਤੈਨੂੰ ਪਤਾ ਲੱਗਿਆ ਕਿ ਉਹ ਤੈਨੂੰ ਪ੍ਰਪੋਜ਼ ਕਰਨ ਵਾਲਾ ਹੈ, ਉਸ ਤੋਂ ਬਾਅਦ? ਹਾਂ, ਇੱਦਾਂ ਨਹੀਂ ਸੀ ਕਿ ਮੈਂ ਉਹਦੇ ਨਾਲ ਖੁਸ਼ ਨਹੀਂ ਸੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਪ੍ਰਪੋਜ਼ ਕਰਨ ਵਾਲਾ ਹੈ ਤਾਂ ਪਤਾ ਨਹੀਂ ਇੱਕ ਅਜੀਬ ਜਿਹਾ ਦੌਰਾ ਜਿਹਾ ਪੈ ਗਿਆ ਮੈਨੂੰ, ਜਿੱਦਾਂ ਫਾਂਸੀ ਲੈਣ ਚੱਲੀ ਹੋਵਾਂ। ਵੈਸੇ ਚੰਗਾ ਕੀਤਾ ਤੂੰ ਉਹਦੇ ਨਾਲ ਵਿਆਹ ਨਹੀਂ ਕੀਤਾ, ਸਾਈਕੋ ਜਿਹਾ ਪਤਾ ਨਹੀਂ ਕੀ ਕਰਦਾ। ਨਹੀਂ ਯਾਰ, ਉਹ ਤਾਂ ਮੇਰੇ ਲਈ ਉਹ ਐਕਟਿੰਗ ਕਰ ਰਿਹਾ ਸੀ ਯਾਰ। ਐਕਟਿੰਗ ਕਰ ਰਿਹਾ ਸੀ ਵੱਡਾ ਉਹ ਦਿਲੀਪ ਕੁਮਾਰ। ਸੱਚੀ ਯਾਰ ਇਹੋ ਜਿਹਾ ਤਾਂ ਕੁਝ ਵੀ ਨਹੀਂ ਹੈ ਮੇਰੇ 'ਚ, ਕੋਈ ਰੀਅਲ ਫਰੈਂਡ ਨਹੀਂ ਹੈ ਮੇਰਾ। ਪਿੱਠ ਪਿੱਛੇ ਸਾਰੇ ਮੈਨੂੰ ਮੈਂਟਲ ਕਹਿੰਦੇ ਨੇ, ਹੋ ਸਕਦਾ ਗਾਲਾਂ ਵੀ ਕੱਢਦੇ ਹੋਣ। ਕਿਸੇ ਦੀ ਫੀਲਿੰਗ ਦੀ ਕੋਈ ਕਦਰ ਨਹੀਂ ਹੈ ਮੈਨੂੰ। ਹਾਂ, ਬਸ ਮੇਰੀ ਫੀਲਿੰਗ ਕੋਈ ਟੱਚ ਨਾ ਕਰੇ ਯਾਰ। ਨਾ ਹੀ ਮੈਂ ਕੋਈ ਬਿਊਟੀ ਕੁਈਨ ਹਾਂ, ਉਹਨੂੰ ਦੇਖਦਾ ਕੀ ਹੈ ਮੇਰੇ 'ਚ? ਦੇਖ, ਬਿਊਟੀ ਕੁਈਨ ਤਾਂ ਤੂੰ ਹੈਗੀ ਹੈ, ਅੰਦਰੋਂ ਪਤਾ ਨਹੀਂ, ਘੱਟੋ ਘੱਟ ਬਾਹਰੋਂ ਤਾਂ ਹੈਗੀ ਹੈ। ਅੱਛਾ ਚੱਲ, ਮੇਰਾ ਉਹ ਮਤਲਬ ਨਹੀਂ ਸੀ। ਸੱਚੀ ਨਹੀਂ ਸੀ। ਓਕੇ। ਅੱਛਾ ਇੱਕ ਗੱਲ ਦੱਸ, ਤੂੰ ਪੱਕਾ ਪੈਗ ਨਹੀਂ ਲਾਇਆ ਨਾ? ਸੀਰਤ, ਮੈਂ ਸੀਰੀਅਸ ਗੱਲ ਕਰਨ ਲਈ ਤੈਨੂੰ ਇੱਥੇ ਉੱਪਰ ਲੈ ਕੇ ਆਈ ਹਾਂ। ਦੱਸ ਫਿਰ, ਇੰਨੀ ਦੇਰ ਦੀ ਜਬੜੀਆਂ ਮਾਰੀ ਜਾ ਰਹੀ ਹੈ, ਕੀ ਸੀਰੀਅਸ ਗੱਲ ਕਰਨੀ ਹੈ? ਸੀਰੀਅਸ ਗੱਲ ਇਹ ਹੈ ਕਿ ਮੈਨੂੰ ਦੱਸ ਹੁਣ ਮੈਂ ਅਮਰੀਕ ਨੂੰ ਕਿਵੇਂ ਕਹਾਂ ਕਿ ਜੇ ਹੁਣ ਉਹ ਮੈਨੂੰ ਪ੍ਰਪੋਜ਼ ਕਰੇ ਤਾਂ ਮੈਂ ਹਾਂ ਕਰ ਦੂੰਗੀ। ਕੁੜੀਓ ਥੱਲੇ ਆ ਜਾਓ, ਅਮਰੀਕ ਆ ਗਿਆ। ਪੁੱਤ, ਮਿਰਚਾਂ ਦੀ ਚਟਨੀ ਕਿਵੇਂ ਲੱਗੀ ਤੈਨੂੰ? ਬੜੀ ਵਧੀਆ ਸੀ ਬੇਬੇ। ਵਿਰਿਆਮ? ਹਾਂਜੀ।
ਅਮਰੀਕ ਹਾਂਜੀ ਆਪਾਂ ਉੱਥੇ ਬਹਿੰਦੇ ਜ਼ਰਾ ਬੈਠ ਹੁਣ ਫਿਰ ਕਦੋਂ ਆ ਰਹੇ ਨੇ ਸੁਰਜਨ ਸਿੰਘ ਜੀ ਕੈਨੇਡਾ ਤੋਂ ਵਾਪਸ ਅੰਕਲ ਜੀ ਮੇਰੀ ਬੋਲਚਾਲ ਹੈ ਨਹੀਂ ਅੱਜ ਕੱਲ੍ਹ ਮੇਰੇ ਫਾਦਰ ਸਾਹਿਬ ਨਾਲ ਇਹ ਪਿਓ ਪੁੱਤ ਦਾ ਰਿਸ਼ਤਾ ਅਜੀਬ ਹੈ ਅਮਰੀਕ ਦੋਵੇਂ ਜਾਣੇ ਸਾਰੀ ਜ਼ਿੰਦਗੀ ਇੱਕ ਦੂਜੇ ਨੂੰ ਸਮਝ ਹੀ ਨਹੀਂ ਪਾਉਂਦੇ ਤੇਰੀ ਉਮਰ ਵਿੱਚ ਮੈਂ ਵੀ ਬਹੁਤ ਲੜਦਾ ਰਿਹਾ ਕਪਤਾਨ ਸਾਹਿਬ ਨਾਲ ਪਰ ਕਿਤੇ ਨਾ ਕਿਤੇ ਅੱਜ ਉਹ ਸਾਰੀਆਂ ਗੱਲਾਂ ਮਿਸ ਕਰਦਾ ਯਾਰ ਮੇਰੇ ਅੰਦਰ ਬਹੁਤ ਕੁਛ ਇਹਨਾਂ ਨੂੰ ਕਹਿਣ ਵਾਸਤੇ ਪਰ ਇਹ ਸੁਣਦੇ ਹੀ ਨਹੀਂ ਜੇ ਸੁਣ ਲੈਂਦੇ ਨੇ ਤਾਂ ਭੁੱਲ ਜਾਂਦੇ ਨੇ ਸਾਰਾ ਦਿਨ ਇੱਕ ਡਰ ਜਿਹਾ ਲੱਗਾ ਰਹਿੰਦਾ ਕਿ ਇੱਕ ਦਿਨ ਮੈਨੂੰ ਹੀ ਨਾ ਭੁੱਲ ਜਾਣ ਕੈਪਟਨ ਸਾਹਿਬ ਚੁੱਪ ਨੇ ਅੱਜ ਹਾਂ ਕੁਝ ਦਿਨਾਂ ਤੋਂ ਇਹ ਵੀ ਹੋਣ ਲੱਗ ਗਿਆ ਬਾਪੂ ਜੀ ਅਮਰੀਕ ਤੁਹਾਡੀ ਗੱਲ ਕਰਦਾ ਅਮਰੀਕ ਜਿੰਨੀ ਛੇਤੀ ਹੋ ਸਕੇ ਗਿਲੇ ਸ਼ਿਕਵੇ ਆਪਣੇ ਫਾਦਰ ਨਾਲ ਕਲੀਅਰ ਕਰ ਲਾ ਕਿਉਂਕਿ ਬਹੁਤ ਛੇਤੀ ਸਾਨੂੰ ਉਹਨਾਂ ਨਾਲ ਇੱਕ ਕੰਮ ਪੈਣ ਵਾਲਾ ਹਾਂਜੀ ਚਾਹ ਮੈਂ ਚਾਹ ਨਹੀਂ ਪੀਣੀ ਪੀ ਲੈਂਦੇ ਮੈਂ ਬਣਾਈ ਸੀ ਨਹੀਂ ਮੈਂ ਚਾਹ ਨਹੀਂ ਪੀਣੀ ਅੰਕਲ ਜੀ ਮੈਨੂੰ ਇਜਾਜ਼ਤ ਦਿਓ ਮੈਂ ਜਾਣਾ ਪਰ ਚਾਹ ਤੇ ਪੀ ਲੈ ਨਹੀਂ ਮੈਂ ਚਾਹ ਨਹੀਂ ਪੀਣੀ ਠੀਕ ਆ ਤੂੰ ਰਾਜ਼ੀ ਸੀ ਹਮੇਸ਼ਾ ਚੱਲਣੇ ਨੂੰ ਨਾਲ ਨਾਲ ਮੈਂ ਹੀ ਕਦਮਾਂ ਨੂੰ ਆਪਣੇ ਸੀ ਰੋਕਦੀ ਤੂੰ ਕਰਦਾ ਸੀ ਜੋ ਵੀ ਗੱਲਾਂ ਪਿਆਰ ਵਾਲੀਆਂ ਮੈਂ ਉਹਨਾਂ ਹੀ ਗੱਲਾਂ ਨੂੰ ਰਹੀ ਟੋਕਦੀ ਬਿਨਾਂ ਮੰਜ਼ਿਲ ਤੋਂ ਭੱਜ ਸੀ ਰਹੀ ਤੇਰੇ ਉੱਤੇ ਆ ਕੇ ਜ਼ਿੰਦਗੀ ਖਲੋਈ ਹੈ ਸੱਚੀ ਮੁੱਚੀ ਮੈਨੂੰ ਲੱਗਦਾ ਕਿ ਜ਼ਿੰਦਗੀ ਸ਼ੁਰੂ ਹੁਣ ਹੋਈ ਹੈ ਥੈਂਕ ਯੂ ਅਮਰੀਕ ਕਾਹਦਾ ਤੇਰੇ ਅਮਰੀਕ ਹੋਣ ਦਾ ਬੇਬੇ ਮੈਂ ਤੈਨੂੰ ਨਹੀਂ ਦੱਸ ਬੇਬੇ ਨੇ ਅੱਜ ਨਹੀਂ ਤਾਂ ਕੱਲ੍ਹ ਤੇਰੇ ਨਾਲ ਮੇਰੇ ਰਿਸ਼ਤੇ ਦੀ ਗੱਲ ਕਰਨੀ ਹੈ ਫਿਰ ਮੈਂ ਹੁਣ ਹੋਰ ਦੱਸ ਕੀ ਕਰਾਂ ਸੰਜੋਗ ਹੈਂ ਮੈਂ ਲੱਗਦਾ ਬਸ ਕਰੀਏ ਯਾਰ ਬੇਬੇ ਮੇਰੇ ਮੈਥੋਂ ਤਾਂ ਹੁਣ ਇਹ ਸਭ ਕੁਛ ਨਹੀਂ ਹੁੰਦਾ ਉਹ ਕੁਛ ਹੋਰ ਸੋਚੀ ਜਾਂਦੀ ਪਈ ਹੈ ਸੰਜੋਗ ਤਿੰਨ ਦਿਨਾਂ ਬਾਅਦ ਸੀਰਤ ਦਾ ਵਿਆਹ ਬਿਹਤਰ ਇਹ ਹੋਇਆ ਕਿ ਮੈਂ ਉਹਨਾਂ ਦੇ ਮੂਹਰੇ ਹੁਣ ਨਾ ਆਵਾਂ ਆਪਾਂ ਉਹਨਾਂ ਨਾਲ ਹੋਰ ਝੂਠ ਨਾ ਬੋਲੀਏ ਨਾਲੇ ਮੈਂ ਇੱਕ ਹੋਰ ਗੱਲ ਕਰਨੀ ਸੀ ਤੇਰੇ ਨਾਲ ਕੀ ਕਹਿਣਾ ਚਾਹੁੰਦਾ ਕਹਿ ਦੇ ਜੋ ਕਹਿਣਾ ਸ਼ਰਨ ਨੇ ਮੇਰੇ ਲਈ ਕੁੜੀ ਦੇਖੀ ਹੈ ਮੈਂ ਮਿਲਿਆ ਉਹਨੂੰ ਉਹਦੇ ਬਾਰੇ ਸੋਚ ਰਿਹਾ ਕੰਗ੍ਰੈਚੁਲੇਸ਼ਨਸ ਇਹ ਤਾਂ ਬਹੁਤ ਵਧੀਆ ਗੱਲ ਹੈ ਕੀ ਨਾਮ ਹੈ ਉਹਦਾ ਮੋਨਿਕਾ ਚੱਲ ਚੰਗਾ ਮੈਂ ਚੱਲਦਾ ਅੱਜ ਰਾਤ ਨੂੰ ਨਿਕਲ ਜਾਣਾ ਮੈਂ ਮਨ 'ਚ ਕੋਈ ਵੀ ਗੱਲ ਹੋਈ ਬੇਝਿਜਕ ਫੋਨ ਕਰਦੀ
ਹੈਲੋ ਹੈਲੋ ਸੰਜੋਗ। ਹਾਂਜੀ ਦੀਦੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਹਾਂ ਪੁੱਛ। ਅਮਰੀਕ ਕਿਸੇ ਮੋਨਿਕਾ ਨਾਮ ਦੀ ਕੁੜੀ ਨੂੰ ਜਾਣਦਾ ਹੈ ਭਲਾ? ਹਾਂ ਜਾਣਦਾ ਹੈ। ਉਹੀ ਨਾ ਜਿਹਦੇ ਨਾਲ ਉਹਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਤੁਸੀਂ ਮੈਨੂੰ ਦੱਸ ਸਕਦੇ ਹੋ? ਆਈ ਜਸਟ ਵਾਂਟ ਟੂ ਨੋ। ਹਾਂ ਉਹੀ ਹੈ, ਪਰ ਕੀ ਹੋਇਆ? ਹਾਂ ਅਮਰੀਕ, ਲੱਗ ਗਿਆ ਪਤਾ ਕੁਲਜਿੰਦਰ ਸਿੰਘ। ਕੀ ਕਹਿੰਦੀ ਉਹ? ਮੈਨੂੰ ਕਹਿੰਦੀ ਕੰਗ੍ਰੈਚੁਲੇਸ਼ਨ, ਕਹਿੰਦੀ ਵਧਾਈਆਂ। ਉਹਦਾ ਮੂੰਹ ਦੇਖਣ ਵਾਲਾ ਸੀ ਯਾਰ। ਮੈਨੂੰ ਕਹਿੰਦੀ ਤੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਲੱਗਾ, ਤੈਨੂੰ ਵਧਾਈ। ਉਹਨੂੰ ਕੋਈ ਫਰਕ ਨਹੀਂ ਪਿਆ ਯਾਰ। ਉਹ ਯਾਰ ਮੇਰੇ ਯਾਰ, ਇਹਨੂੰ ਆਪਣੀ ਸਟੋਰੀ ਦਾ ਇੱਕ ਚੈਪਟਰ ਸਮਝ, ਇੱਕ ਐਕਸਪੀਰੀਅੰਸ। ਨਾਲੇ ਕੋਈ ਵੀ ਐਕਸਪੀਰੀਅੰਸ ਨਾ ਮਾੜਾ ਨਹੀਂ ਹੁੰਦਾ। ਹਾਂ ਐਕਸਪੀਰੀਅੰਸ ਲੈ ਕੇ ਆ ਰਿਹਾ ਕੁੱਲੀ, ਮੈਂ ਬਿਲਕੁਲ ਐਕਸਪੀਰੀਅੰਸ ਲੈ ਕੇ ਆ ਰਿਹਾ ਜ਼ਿੰਦਗੀ ਦਾ। ਅਮਰੀਕ ਤੂੰ ਠੀਕ ਹੈ ਨਾ ਯਾਰ? ਅਸੀਂ ਆਉਂਦੇ ਤੈਨੂੰ ਲੈਣ। ਓਏ ਮੈਂ ਠੀਕ ਹਾਂ, ਤੁਸੀਂ ਕਿਉਂ ਆਉਂਦੇ ਹੋ ਸਾਲੇ ਲੈਣ? ਮੇਰੀਆਂ ਲੱਤਾਂ ਟੁੱਟ ਗਈਆਂ, ਆ ਰਿਹਾ ਮੈਂ ਤੁਹਾਡੇ ਵੱਲ। ਉਹ ਨਹੀਂ ਸਾਲਿਆ, ਤੇਰੇ ਤਾਜੀ ਤਾਜੀ ਸੱਟ ਵੱਜੀ ਹੈ, ਤੂੰ ਦੱਸ ਕਿੱਥੇ ਹੈ? ਅਸੀਂ ਹੁਣੇ ਆਉਂਦੇ ਤੈਨੂੰ ਲੈਣ। ਓਏ ਮੈਨੂੰ ਕੋਈ ਸੱਟ ਨਹੀਂ ਵੱਜੀ, ਮੈਂ ਹਲਕਾ ਮਹਿਸੂਸ ਕਰ ਰਿਹਾ ਯਾਰ ਕੁੱਲੀ। ਮਨੋ ਮੇਰੇ ਇੱਕ ਬੋਝ ਰੱਥ ਗਿਆ ਯਾਰ। ਉਹ ਚੈਪਟਰ ਹੁੰਦਾ ਨਾ ਜ਼ਿੰਦਗੀ ਦਾ, ਉਹ ਖਤਮ ਕਰਕੇ ਆ ਰਿਹਾ। ਬੇਬੇ ਤੁਸੀਂ ਉਹਨੂੰ ਦੇਖਿਆ ਨਹੀਂ ਸੰਜੋਗ ਤੇ ਧੌਂਸ ਜਮਾਉਂਦੇ ਨੂੰ? ਸੱਚੀ ਇੱਕ ਵਾਰੀ ਤਾਂ ਮੈਂ ਵੀ ਡਰ ਗਈ ਸੀ। ਇਹ ਤਾਂ ਬਹੁਤ ਹੀ ਚੰਗੀ ਗੱਲ ਹੈ, ਕੋਈ ਤਾਂ ਹੈ ਇਹਨੂੰ ਕਾਬੂ ਕਰਨ ਵਾਲਾ। ਪਲੀਜ਼ ਬੇਬੇ, ਕਾਬੂ ਕਰਨ ਵਾਲਾ ਰੀਅਲੀ? ਨਾ ਤੈਨੂੰ ਨਹੀਂ ਲੱਗਦਾ ਵੀ ਸੰਜੋਗ ਨੂੰ ਕਾਬੂ ਕਰਨ ਦੀ ਲੋੜ ਹੈ? ਗੱਲ ਤਾਂ ਕੋਈ ਹੋਰ ਹੀ ਹੈ। ਹੋਰ ਕਿਹੜੀ ਗੱਲ ਹੈ ਕੁੜੇ? ਉਹ ਤਾਂ ਤੁਹਾਨੂੰ ਸੰਜੋਗ ਹੀ ਦੱਸੂਗੀ, ਆਪੇ ਪੁੱਛ ਲਓ। ਕੀ ਪੁੱਛ ਲਓ? ਤੇਰੇ ਤੇ ਅਮਰੀਕ ਦੇ ਵਿਆਹ ਦੀ ਗੱਲ ਚੱਲ ਰਹੀ ਹੈ ਬੇਬੇ? ਤੁਸੀਂ ਫੇਰ ਆ ਪਹਿਲਾਂ ਸੀਰਤ ਦਾ ਤਾਂ ਨਿਬੇੜ ਲਓ, ਮੇਰਾ ਬਾਅਦ ਚ ਦੇਖ ਲਾਂਗੇ। ਮੈਂ ਕੱਲ ਦੀ ਅਮਰੀਕ ਦੇ ਘਰ ਵਾਲਿਆਂ ਨਾਲ ਗੱਲ ਤੋੜਦੀ ਹਾਂ ਕਿਸੇ ਵੀ ਹਾਲ 'ਚ। ਖਬਰਦਾਰ ਬੇਬੇ, ਜੇ ਮੇਰੇ ਕਿਸੇ ਮਸਲੇ 'ਚ ਦਖਲ ਦਿੱਤੀ ਤਾਂ ਤੁਸੀਂ ਹੁਣ ਦੇ ਕੌਣ ਹੋ ਮੇਰੇ ਫੈਸਲੇ ਲੈਣ ਵਾਲੇ? ਮੈਂ ਜੀਵਾਂ ਜਾਂ ਮਰਾਂ ਇਸ 'ਚ ਤੁਹਾਨੂੰ ਕੀ? ਸੰਜੋਗ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ? ਸੰਜੋਗ ਕੀ ਆਵਾ ਤਵਾ ਬੋਲੀ ਜਾਂਦੀ ਹੈ? ਮੈਂ ਇਹਦੀ ਹੁੰਦੀ ਕੌਣ ਹੈ? ਇਹ ਮਰੇ ਭਾਵੇਂ ਜੀਵੇ, ਮੈਨੂੰ ਕੀ? ਸਰਪੰਚ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਹੁਣ? ਮੈਂ ਤਾਂ ਠੀਕ ਹਾਂ। ਹਸਪਤਾਲ 'ਚ ਲਿਆ ਕੇ ਕੋਈ ਨਵੀਂ ਬਿਮਾਰੀ ਦੀ ਕਾਢ ਕੱਢ ਲਓ ਤਾਂ ਵੱਖਰੀ ਗੱਲ। ਤੁਸੀਂ ਆਪਣਾ ਸੱਜਾ ਹੱਥ ਉੱਪਰ ਕਰੋ, ਹੁਣ ਖੱਬਾ ਕਰੋ। ਤੁਸੀਂ ਮੇਰੇ ਨਾਲ ਆ ਜਾਓ ਜੀ। ਦੇਖੋ ਜੀ, ਹਾਈਪਰਟੈਂਸ਼ਨ ਕਰਕੇ
ਫੈਂਟ ਹੋ ਗਈ ਸੀ। ਡਾਇਬਟੀਜ਼ ਇਹਨਾਂ ਨੂੰ ਪਹਿਲਾਂ ਹੀ ਆ, ਪਰਹੇਜ਼ ਕਰਦੇ ਨਹੀਂ। ਵੈਸੇ ਠੀਕ ਨੇ ਹੁਣ, ਪਰ ਅੰਦਰੋਂ ਨਾਜ਼ੁਕ ਨੇ ਬਹੁਤ, ਜ਼ਿਆਦਾ ਸਟ੍ਰੈਸ ਨਹੀਂ ਦੇ ਸਕਦੇ। ਫਿਲਹਾਲ ਤੁਸੀਂ ਇਹਨਾਂ ਨੂੰ ਘਰ ਲਿਜਾ ਸਕਦੇ ਹੋ। ਜੀ ਦੇਖ ਸੰਜੋਗ, ਜੋ ਕਰਨਾ ਸੋਚ ਸਮਝ ਕੇ ਕਰੀ, ਇਹ ਵੇਲਾ ਨਹੀਂ ਬੇਬੇ ਤੋਂ ਬਦਲੇ ਲੈਣ ਦਾ। ਮੈਂ ਤੇਰੇ ਹੱਥ ਜੋੜਦਾ ਪੁੱਤ। ਮੈਂ ਹੁਣ ਕੁਛ ਕਰ ਵੀ ਨਹੀਂ ਸਕਦੀ ਪਾਪਾ। ਕੀ ਹੋਇਆ? ਅਮਰੀਕ ਕਿਸੇ ਹੋਰ ਨਾਲ ਵਿਆਹ ਕਰਾ ਰਿਹਾ ਪਾਪਾ। ਮੈਂ ਨਹੀਂ ਮੰਨ ਸਕਦਾ। ਮੰਨਣਾ ਤਾਂ ਮੈਂ ਵੀ ਨਹੀਂ ਚਾਹੁੰਦੀ। ਬੇਬੇ ਸ਼ੱਕ ਜਿਹਾ ਤਾਂ ਮੈਨੂੰ ਵੀ ਹੋਇਆ ਸੀ। ਜ਼ਰੂਰ ਇਹਦੇ ਵਿੱਚ ਕੋਈ ਚਾਲ ਹੈ। ਨਹੀਂ ਬੇਬੇ, ਮੇਰੀ ਕੋਈ ਚਾਲ ਨਹੀਂ। ਮੈਨੂੰ ਤੇਰੇ ਤੇ ਭਰੋਸਾ ਨਹੀਂ। ਅਮਰੀਕ ਨੂੰ ਫੋਨ ਲਾ। ਹਾਂ ਦੱਸ। ਤੂੰ ਦੱਸ ਮੈਨੂੰ ਅਮਰੀਕ, ਮੋਨਿਕਾ ਕੌਣ ਹੈ? ਬੇਬੇ ਸਰਪੰਚ ਜੀ, ਸਰਪੰਚ ਜੀ ਕਹਿ ਮੈਨੂੰ। ਮੈਂ ਪੁੱਛਦੀ ਹਾਂ ਮੋਨਿਕਾ ਕੌਣ ਹੈ? ਸਰਪੰਚ ਜੀ ਤੁਹਾਨੂੰ ਮੋਨਿਕਾ ਬਾਰੇ ਕਿਹਨੇ ਦੱਸਿਆ? ਜਿਹਨੇ ਮਰਜ਼ੀ ਦੱਸਿਆ ਹੋਵੇ, ਮੈਂ ਜਿਹੜਾ ਸਵਾਲ ਪੁੱਛਿਆ ਉਹ ਦੱਸ। ਮੋਨਿਕਾ ਉਹ ਕੁੜੀ ਜਿਹਦੇ ਨਾਲ ਮੈਂ ਵਿਆਹ ਕਰਾਉਣ ਬਾਰੇ ਸੋਚ ਰਿਹਾ। ਤੇ ਸੰਜੋਗ, ਸੰਜੋਗ ਦਾ ਕੀ? ਸੰਜੋਗ ਦਾ ਸੰਜੋਗ ਨੂੰ ਪੁੱਛੋ, ਇਹਦੇ ਬਾਰੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ। ਮੈਨੂੰ ਤੈਨੂੰ ਸਮਝਣ 'ਚ ਬਹੁਤ ਵੱਡੀ ਭੁੱਲ ਹੋ ਗਈ। ਕੌਣ ਭੁੱਲਿਆ ਕੌਣ ਸਮਝਿਆ, ਰੱਬ ਹੀ ਜਾਣਦਾ ਬੇਬੇ। ਕਹਿਣਾ ਕੀ ਚਾਹੁੰਦਾ ਤੂੰ? ਇਹੋ ਕਹਿਣਾ ਚਾਹੁੰਦਾ ਮੈਂ ਨਹੀਂ ਹੋ ਸਕਦਾ ਜੋ ਤੁਸੀਂ ਮੈਨੂੰ ਸਮਝ ਰਹੇ ਹੋ। ਖੈਰ ਮਨਾ ਮੁੰਡਿਆ, ਤੂੰ ਮੇਰੇ ਸਾਹਮਣੇ ਨਹੀਂ। ਮੈਂ ਆਪਦਾ ਕਾਲਜਾ ਕੱਢ ਕੇ ਤੇਰੇ ਸਾਹਮਣੇ ਰੱਖਤਾ ਤੇ ਤੂੰ ਕੀ ਕੀਤਾ? ਮੈਂ ਝੂਠ ਫਰੇਗ ਰਹੀ ਆ ਦੁਨੀਆ ਤੇ, ਕੱਖ ਨਾ ਰਹੇ ਤੇਰਾ। ਬਾਦੂਆ ਦੇਣ 'ਚ ਲੇਟ ਹੋ ਗਈਆਂ ਬੇਬੇ, ਮੇਰਾ ਤਾਂ ਪਹਿਲਾਂ ਹੀ ਕੱਖ ਨਹੀਂ ਰਿਹਾ। ਮੈਂ ਜੱਸੀ ਨੂੰ ਕਹਿੰਦੀ ਹਾਂ ਕਿ ਸ਼ਵਿੰਦਰ ਹੋਣਾ ਨਾਲ ਗੱਲ ਤੋਰੇ। ਜੇ ਸਭ ਠੀਕ ਠਾਕ ਹੋ ਗਿਆ ਤਾਂ ਕੱਲ੍ਹ ਹੀ ਸ਼ਵਿੰਦਰ ਦੀ ਅਤੇ ਸੰਜੋਗ ਦੀ ਮੰਗਣੀ ਕਰ ਦਿਆਂਗੇ ਅਤੇ ਛੇਤੀ ਤੋਂ ਛੇਤੀ ਵਿਆਹ। ਸੁਣਿਆ ਮੈਂ ਕੀ ਕਿਹਾ? ਮੂੰਹ ਨਹੀਂ ਬੋਲ ਸਕਦੀ। ਮੈਂ ਸ਼ਵਿੰਦਰ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਸੰਜੋਗ, ਸੰਜੋਗ ਹਲੋ ਮੇਰੀ ਗੱਲ ਸੁਣ। ਹਲੋ ਸੰਜੋਗ, ਸੰਜੋਗ ਫੋਨ ਚੁੱਕ ਮੇਰਾ, ਚੁੱਕ ਫੋਨ ਮੇਰਾ। ਅਮਰੀਕ ਕੀ ਹੋਇਆ, ਕਿਹਦਾ ਸੀ ਫੋਨ? ਸੰਜੋਗ ਕਿਸੇ ਹੋਰ ਨਾਲ ਵਿਆਹ ਕਰਾਉਣ ਲੱਗੀ ਹੈ, ਕੀ ਕਰਾਂ?
ਮੈਨੂੰ ਬੇਬੇ ਦਾ ਫੋਨ ਆਇਆ। ਬੇਬੇ ਨੇ ਮੇਰੇ ਸਾਹਮਣੇ ਸੰਜੋਗ ਨੂੰ ਪੁੱਛਿਆ ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ, ਉਹਨੇ ਹਾਮੀ ਭਰੀ। ਦੱਸ ਮੈਂ ਕੀ ਕਰਾਂ, ਵਿਆਹ ਕਰਾਉਣ ਲੱਗੀ ਹੈ। ਮੈਨੂੰ ਕਹਿੰਦੀ ਰਹੀ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ, ਫਿਰ ਹੁਣ ਕਿਉਂ ਕਰਾ ਰਹੀ ਕਿਸੇ ਨਾਲ ਵਿਆਹ? ਯਾਰ ਮੈਂ ਚੰਗਾ ਭਲਾ ਬੈਠਾ ਸੀ, ਕਿਉਂ ਮੈਂ ਉਹਦੇ ਕਹਿਣ 'ਤੇ ਉਹਦੇ ਘਰੇ ਗਿਆ? ਮੈਨੂੰ ਕੀ ਲੋੜ ਪਈ ਸੀ ਯਾਰ, ਦੱਸ। ਹੈ ਤੂੰ ਆਰਾਮ ਨਾਲ ਬੈਠ, ਆਪਾਂ ਕਰਦੇ ਹਾਂ ਗੱਲ। ਕੁਲੀ ਤੈਨੂੰ ਤਾਂ ਪਤਾ ਨਾ ਮੈਂ ਉਹਦੇ ਘਰੇ ਰਿਹਾ, ਜਾਣ ਦਿਓ ਨਾ ਤੁਸੀਂ। ਤੈਨੂੰ ਪਤਾ ਨਾ ਮੈਂ ਉਹਦੇ ਘਰੇ ਕਿਉਂ ਰਿਹਾ? ਮੈਨੂੰ ਪਤਾ ਹੈ, ਪਰ ਆਪਾਂ ਕਰਦੇ ਨਾ ਗੱਲ। ਮੈਂ ਫੋਨ ਲਾਉਣਾ, ਹੋਰ ਨਾਲ ਵਿਆਹ ਕਰਾਉਣ ਲੱਗੀ ਹੈ, ਮੈਂ ਸਾਹਮਣੇ ਸੁਣਿਆ ਗੱਲ ਸੀ। ਮੈਂ ਫੋਨ ਲਾਉਣਾ, ਆਪਾਂ ਕਰਦੇ ਹਾਂ ਗੱਲ। ਮੈਂ ਲਾ ਪੁੱਛ ਉਹਨੂੰ, ਮਲਾ ਫੋਨ ਉਹਨੂੰ ਬੰਦ ਕਰੀ, ਫੋਨ ਲਾ ਰਿਹਾ ਫੋਨ, ਉਹਨੂੰ ਪੁੱਛ, ਪੁੱਛ ਕੇ ਦੱਸ ਉਹਨੂੰ। ਨਹੀਂ ਫੋਨ ਨਾ ਕਰੀ, ਫੋਨ ਨਾ ਕਰੀ, ਕੁਲੀ ਖੜ ਜਾ। ਪਰ ਕਰ ਰਿਹਾ ਨਾ ਹੁਣ, ਫੋਨ ਨਹੀਂ ਕਰਨਾ ਉਹਨੂੰ, ਮੈਂ ਮਿਲਣਾ ਯਾਰ ਉਹਨੂੰ, ਮੈਂ ਹੁਣੇ ਮਿਲਣਾ ਉਹਨੂੰ। ਉਹ ਤੂੰ ਤੱਤੇ ਦਿਮਾਗ ਨਾਲ ਨਾ ਸੋਚ, ਬੈਠ। ਮੈਂ ਹੁਣੇ ਜਾਣਾ ਯਾਰ। ਤੂੰ ਗੱਲ ਤਾਂ ਸੁਣ, ਤੂੰ ਬੈਠ, ਮੈਂ ਹੁਣੇ ਮਿਲਣਾ। ਉਹ ਬੈਠ ਤਾਂ ਸਹੀ, ਹੁਣ ਗੱਲ ਕਰਦੇ ਆ। ਅਮਰੀਕ ਆਪਾਂ ਸਵੇਰੇ ਗੱਲ ਕਰ ਲਾਂਗੇ, ਹੁਣ ਤੂੰ ਮੁੜ ਜਾ। ਭਾਜੀ ਮੈਂ ਮੁੜਨ ਲਈ ਨਹੀਂ ਆਇਆ, ਮੈਂ ਗੱਲ ਕਰਨ ਲਈ ਆਇਆ ਇੱਥੇ। ਠੀਕ ਹੈ ਫਿਰ। ਉਹ ਭਾਜੀ ਮੈਨੂੰ ਤਾਂ ਸੀ ਤੁਸੀਂ ਇਹਨੂੰ ਰੋਕ ਲਓਗੇ। ਬੜਾ ਰੋਕ ਕੇ ਦੇਖ ਲਿਆ ਮੈਂ ਕੁੱਲੀ, ਤੁਸੀਂ ਦੇਖ ਲਓ ਰੋਕ ਕੇ। ਅਮਰੀਕ ਬਈ ਪਲੈਨ ਕੀ ਹੈ ਤੇਰਾ? ਸੰਜੋਗ ਨਾਲ ਗੱਲ ਕਰਨੀ ਵੀਰੇ, ਉਹਨੇ ਮੇਰੇ ਨਾਲ ਨਹੀਂ ਰੱਖੀ, ਕੋਈ ਗੱਲ ਨਹੀਂ, ਮੈਂ ਜਰ ਗਿਆ। ਪਰ ਕਿਸੇ ਹੋਰ ਨਾਲ ਵਿਆਹ ਕਿੱਦਾਂ ਕਰਾ ਸਕਦੀ ਹੈ? ਇਸ ਗੱਲ ਦਾ ਜਵਾਬ ਲੈ ਕੇ ਜਾਊਂਗਾ ਮੈਂ ਅੱਜ ਇਹਦੇ ਕੋਲ। ਅਮਰੀਕ ਕੀ ਸਮਝਦੀ ਹੈ ਤੂੰ ਆਪਣੇ ਆਪ ਨੂੰ, ਦੱਸ ਕੀ ਸਮਝਦੀ ਹੈ? ਆ ਕੀ ਖੇਡਾਂ ਜਾਂ ਖੇਡੀ ਜਾ ਰਹੀ ਹੈ ਤੂੰ? ਹੈ ਮੈਂ ਕੀ ਨਹੀਂ ਕੀਤਾ ਤੇਰੇ ਲਈ, ਦੱਸ। ਤੂੰ ਮੈਨੂੰ ਕਿਹਾ ਤੈਨੂੰ ਤੇਰੇ ਅਤੇ ਮੇਰੇ ਬਾਰੇ ਸੋਚਣ ਲਈ ਟਾਈਮ ਚਾਹੀਦਾ, ਮੈਂ ਦਿੱਤਾ। ਤੂੰ ਮੈਨੂੰ ਕਿਹਾ ਪਤਾ ਨਹੀਂ ਤੇਰਾ ਕਿਹੜਾ ਕੰਪਲੈਕਸ ਹੈ ਤੂੰ ਦੂਰ ਕਰਨਾ, ਤੈਨੂੰ ਟਾਈਮ ਚਾਹੀਦਾ, ਮੈਂ ਮੰਨਿਆ। ਤੂੰ ਮੈਨੂੰ ਕਹਿੰਦੀ ਹੈ ਯਾਰ ਮੈਂ ਕਿਸੇ ਭਰਮ 'ਚ ਜੀ ਰਿਹਾ, ਪਰ ਮੈਂ, ਮੈਨੂੰ ਮੇਰੀ ਗੱਲ ਪੂਰੀ ਕਰਨ ਦੇ ਸੰਜੋਗ। ਮੈਂ ਕਦੇ ਵੀ ਕਿਸੇ ਭਰਮ 'ਚ ਨਹੀਂ ਸੀ, ਨਾ ਇਸ ਭਰਮ 'ਚ ਕਿ ਮੈਂ ਤੈਨੂੰ ਪਿਆਰ ਕਰਦਾ, ਨਾ ਇਸ ਭਰਮ 'ਚ ਕਿ ਤੂੰ ਸਿਰਫ ਆਪਣੇ ਆਪ ਨੂੰ ਪਿਆਰ ਕਰਦੀ। ਤੂੰ ਭਰਮ 'ਚ ਜੀਂਦੀ ਰਹੀ ਹੈ ਸੰਜੋਗ ਕਿ ਜੇ ਮੈਂ ਕਮਿਟਮੈਂਟ ਕਰ ਲਈ ਤਾਂ ਮੈਂ ਆਪਣੇ ਮਕਸਦ ਤੋਂ ਭਟਕ ਜਾਂਗੀ, ਇਸ ਗੱਲ ਦਾ ਭਰਮ ਸੀ ਤੈਨੂੰ। ਕੀ ਕਹਿੰਦੀ ਸੀ ਤੂੰ ਮੈਨੂੰ? ਮੈਂ ਕੰਪੈਟੀਬਲ ਨਹੀਂ ਤੇਰੇ ਨਾਲ, ਹੈਂ ਸੰਜੋਗ, ਤੂੰ ਕੰਪੈਟੀਬਲ ਨਹੀਂ ਮੇਰੇ ਨਾਲ, ਤੂੰ ਕੰਪੈਟੀਬਲ ਨਹੀਂ ਕਿਸੇ ਦੇ ਵੀ ਨਾਲ, ਤੂੰ ਆਪਣੇ ਆਪ ਨਾਲ ਕੰਪੈਟੀਬਲ ਨਹੀਂ। ਮੈਂ ਕੀ ਨਹੀਂ ਕੀਤਾ ਤੇਰੇ ਲਈ ਯਾਰ, ਤੇਰੇ ਹਿਸਾਬ ਨਾਲ ਚੱਲਿਆ, ਤੇਰੇ ਘਰੇ ਆ ਕੇ। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ? ਜੇ ਤੇਰੇ ਕੋਲ ਕੋਈ ਹੋਰ ਆਪਸ਼ਨ ਹੁੰਦੀ ਤੂੰ ਮੈਨੂੰ ਕਦੇ ਵੀ ਆਪਣੇ ਘਰੇ ਨਾ ਲੈ ਕੇ ਆਉਂਦੀ, ਆਪਣੇ ਪਰਿਵਾਰ ਨਾਲ ਨਾ ਮਿਲਵਾਉਂਦੀ। ਮੈਂ ਤੇਰੇ ਕਰਕੇ ਤੇਰੇ ਘਰੇ ਆਇਆ ਸੀ ਸੰਜੋਗ, ਮੈਂ ਸਭ ਕੁਝ ਤੇਰੇ ਕਰਕੇ ਕੀਤਾ। ਯਾਰ ਮੈਂ ਆਪ ਅਟੈਚ ਹੋ ਗਿਆ ਸੀ ਤੇਰੀ ਫੈਮਿਲੀ ਨਾਲ, ਤੇਰੇ ਚੱਕਰ 'ਚ ਮੈਂ ਉਹਨਾਂ ਨੂੰ ਦੁੱਖ ਪਹੁੰਚਾਇਆ, ਤੇਰੇ ਚੱਕਰ 'ਚ ਮੈਂ ਆਪਣੇ ਕਿਰਦਾਰ 'ਤੇ ਫੀਤੀਆਂ ਲਵਾਈਆਂ, ਤੇਰੇ ਚੱਕਰ 'ਚ ਮੇਰੀ ਮੇਰੇ ਪਿਓ ਨਾਲ ਨਹੀਂ ਬਣਦੀ। ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ ਜਿਸ ਦਿਨ ਤੂੰ ਮੈਨੂੰ ਮਿਲੀਆਂ ਸੰਜੋਗ। ਮੇਰੇ ਕੋਲ ਹੋਰ ਕੁਛ ਨਹੀਂ ਹੈ ਕਹਿਣ ਨੂੰ ਯਾਰ, ਹੱਬ ਨੇ ਤੇਰੇ ਮੇਰੇ ਹੱਥ
ਮੈਂ ਹਾਰ ਗਿਆ ਯਾਰ, ਤੂੰ ਜਿੱਥੇ ਵਿਆਹ ਕਰਾਉਣਾ ਕਰਾ, ਜਿਹਦੇ ਨਾਲ ਜ਼ਿੰਦਗੀ ਕੱਟਣੀ ਕੱਟ, ਜੋ ਮਰਜ਼ੀ ਕਰ ਯਾਰ। ਸੱਚ ਕਹਿ ਰਿਹਾ ਤੂੰ ਅਮਰੀਕ, ਤੇਰੀ ਇੱਕ ਇੱਕ ਕਹੀ ਹੋਈ ਗੱਲ ਸਭ ਸੱਚ, ਪਰ ਤੈਨੂੰ ਪਤਾ ਤੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਦਿਨ ਸੀ। ਮੇਰੀ ਖੁਸ਼ਕਿਸਮਤੀ ਹੈ ਕਿ ਤੂੰ ਮੇਰੀਆਂ ਰਾਹਾਂ ਵਿੱਚ ਆਇਆ, ਉਹ ਰਾਹਾਂ ਜੋ ਮੈਨੂੰ ਕਿਤੇ ਵੀ ਲੈ ਕੇ ਨਹੀਂ ਜਾ ਰਹੀਆਂ ਸੀ। ਤੂੰ ਮੈਨੂੰ ਮਹਿਸੂਸ ਕਰਨਾ ਸਿਖਾਇਆ ਅਮਰੀਕ, ਤੂੰ ਮੈਨੂੰ ਸਿਖਾਇਆ ਕਿ ਆਪਣੇ ਆਪ ਨੂੰ ਛੱਡ ਕੇ ਕਿਸੇ ਹੋਰ 'ਤੇ ਵੀ ਭਰੋਸਾ ਕੀਤਾ ਜਾ ਸਕਦਾ। ਇੰਨੇ ਸਾਲਾਂ ਤੋਂ ਆਪਣੇ ਆਸ ਪਾਸ ਮੈਂ ਜੋ ਦੀਵਾਰਾਂ ਬਣਾ ਕੇ ਜੀ ਰਹੀ ਸੀ, ਤੂੰ ਮੈਨੂੰ ਹੌਸਲਾ ਦਿੱਤਾ ਕਿ ਉਹਨਾਂ ਨੂੰ ਟੱਪ ਕੇ ਬਾਹਰ ਆਵਾਂ। ਪਹਿਲੀ ਵਾਰ ਜੋ ਕੁੜੀ ਤੈਨੂੰ ਮਿਲੀ ਸੀ, ਔਰ ਅੱਜ ਜੋ ਕੁੜੀ ਤੇਰੇ ਸਾਹਮਣੇ ਖੜੀ ਹੈ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅਮਰੀਕ। ਉਸ ਕੁੜੀ ਨਾਲ ਤੂੰ ਜਿੰਨਾ ਚੰਗਾ ਸੀ, ਉਹ ਓਨਾ ਹੀ ਤੇਰੇ ਤੋਂ ਭੱਜਦੀ ਰਹੀ, ਇਹ ਸੋਚ ਕੇ ਕਿ ਕਿਤੇ ਤੂੰ ਉਹਨੂੰ ਬਦਲ ਨਾ ਦੇਵੇਂ। ਤੂੰ ਮੈਨੂੰ ਪਹਿਲਾਂ ਦੱਸਦਾ ਅਮਰੀਕ ਕਿ ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਰਿਹਾ, ਘੱਟੋ ਘੱਟ ਮੈਂ ਉਸ ਸੰਜੋਗ ਨੂੰ ਮਾਰ ਦੀ ਤੇ ਨਾ, ਉਸ ਸੰਜੋਗ ਨੂੰ ਕੋਈ ਫਰਕ ਨਹੀਂ ਪੈਣਾ ਸੀ। ਇਸ ਸੰਜੋਗ ਨੂੰ ਬਹੁਤ ਫਰਕ ਪੈ ਰਿਹਾ ਅਮਰੀਕ, ਬਹੁਤ ਫਰਕ ਪੈ ਰਿਹਾ। ਮੈਂ ਕਿਸੇ ਕੁੜੀ ਨਾਲ ਵਿਆਹ ਨਹੀਂ ਕਰਵਾ ਰਿਹਾ ਸੰਜੋਗ, ਉਹ ਗੱਲ ਮੈਂ ਤਾਂ ਕਹੀ ਸੀ ਤਾਂ ਕਿ ਤੈਨੂੰ ਟੋ ਕੇ ਵੇਖ ਸਕਾਂ, ਕਿ ਇੰਨਾ ਸਭ ਕੁਛ ਕਰਨ ਦੇ ਬਾਅਦ ਵੀ ਮੈਂ ਤੇਰੀ ਜ਼ਿੰਦਗੀ 'ਚ ਕਿਤੇ ਕੋਈ ਥਾਂ ਰੱਖਦਾ, ਕਿਤੇ ਖੜਦਾ ਤੇਰੀ ਜ਼ਿੰਦਗੀ 'ਚ। ਮੈਨੂੰ ਪਤਾ ਲੱਗਾ ਮੈਂ ਕਿਤੇ ਨਹੀਂ ਖੜਦਾ ਸੰਜੋਗ। ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰਾ ਰਿਹਾ? ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਕਿੱਦਾਂ ਕਰਵਾ ਸਕਦਾ ਸੰਜੋਗ? ਸਾਰੀ ਜ਼ਿੰਦਗੀ ਤੂੰ ਮੇਰੇ ਦਿਲ ਦਿਮਾਗ 'ਚੋਂ ਨਹੀਂ ਨਿਕਲਣਾ, ਫਿਰ ਮੈਂ ਕਿੱਦਾਂ ਕਰਵਾ ਸਕਦਾ ਵਿਆਹ? ਦੱਸ, ਇੱਕ ਗੱਲ ਦੱਸ ਅਮਰੀਕ, ਜੇ ਤੈਨੂੰ ਅੱਜ ਬੇਬੇ ਪੁੱਛਣ ਕਿ ਸੰਜੋਗ ਨਾਲ ਵਿਆਹ ਕਰਵਾ ਲਾ ਤਾਂ ਤੂੰ ਕੀ ਕਹੇਂਗਾ? ਮੇਰੇ ਵੱਲੋਂ ਕੋਰਾ ਜਵਾਬ। ਤੇ ਜੇ ਮੈਂ ਤੈਨੂੰ ਕਹਾਂ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਅਮਰੀਕ, ਤਾਂ ਤੂੰ ਕੀ ਕਹੇਂਗਾ? ਥੋੜੇ ਪੜ੍ਹੇ ਲਿਖੇ ਬੇਵਕੂਫਾਂ ਦੇ ਕੋਈ ਕੰਮ ਸਿੱਧਾ ਨਾ ਕਰਿਓ, ਬਜ਼ੁਰਗਾਂ ਦੀ ਉਦੋਂ ਯਾਦ ਆਉਂਦੀ ਜਦੋਂ ਸਿਰ ਤੋਂ ਪਾਣੀ ਨਿਕਲ ਜਾਂਦਾ। ਤੂੰ ਦੱਸ ਨੀ, ਹੁਣ ਮੈਂ ਦਖਲ ਦੇ ਸਕਦੀ ਤੇਰੇ ਮਾਮਲੇ 'ਚ? ਕੀ ਚਾਹੁੰਦੀ ਹੈ ਤੂੰ? ਬੇਬੇ ਜੀ, ਮੈਨੂੰ ਸਿਰਫ ਅਮਰੀਕ ਚਾਹੀਦਾ, ਹੋਰ ਕੁਛ ਨਹੀਂ। ਤੂੰ ਦੱਸ ਮੁੰਡਿਆ,
ਮੈਂ ਮੈਨੂੰ ਵੀ ਮਤਲਬ ਕੀ ਗੁਣਗੁਣ ਕਰੀ ਜਾਣਾ ਬੋਲ ਕੇ ਦੱਸ। ਹਾਂਜੀ ਮੈਂ ਬੇਬੇ ਨਾਲ ਵਿਆਹ ਕਰਾਉਣਾ ਸੰਜੋਗ ਜੀ। ਕੀ ਕਿਹਾ? ਸੰਜੋਗ ਨਾਲ ਵਿਆਹ ਕਰਾਉਣਾ ਬੇਬੇ ਜੀ। ਸੋਰੀ ਬੇਬੇ ਜੀ। ਠੀਕ ਹੈ ਅਮਰੀਕ ਸੰਜੋਗ ਰਾਜੀ ਕਿਆ ਕਰੇਗਾ ਕਾਜੀ ਭਾਈ ਫਿਰ ਬੇਬੇ ਵੀ ਰਾਜੀ ਡਰ ਗਿਆ ਸੀ। ਹਾਂਜੀ ਤੂੰ ਵੀ ਡਰਦਾ ਲੱਗ ਹੀ ਗਿਆ ਸੀ ਜੀ ਡਰ ਬੇਬੇ। ਸ਼ਵਿੰਦਰ ਹੋਰਾਂ ਦਾ ਕੀ ਕਰਾਂਗੇ ਬੇਬੇ ਫਿਰ ਐਤਕੀ ਉਹਨਾਂ ਨੇ ਚੁੱਪ ਚਾਪ ਨਹੀਂ ਜਾਣਾ। ਮੈਨੂੰ ਪਤਾ ਜੋਸੀ ਮੈਨੂੰ ਕੋਈ ਵੀ ਰੱਫੜ ਮਨਜ਼ੂਰ ਹੈ ਨਜ਼ਾਰਾ ਦੇਖਣ ਵਾਸਤੇ। ਆਈ ਲਵ ਯੂ ਬੇਬੇ। ਆਈ ਲਵ ਯੂ ਟੂ ਪੁੱਤ। ਆ ਜਾ ਪੁੱਤ ਵੀ ਮੈਂ ਸੱਦ ਕੇ ਜਾਵਾ। ਕੈਪਟਨ ਸਾਹਿਬ ਖੁਸ਼ ਹੋ ਸੰਜੋਗ ਵਿਆਹ ਨੂੰ ਮੰਨ ਗਈ। ਕਮਾਲ ਆ ਇਹ ਕਿਵੇਂ ਹੋ ਗਿਆ? ਬਸ ਹੋ ਗਿਆ ਮੈਨੂੰ ਮਾਫੀ ਮਿਲ ਗਈ। ਤੁਸੀਂ ਤਾਂ ਹੁਣ ਖੁਸ਼ ਹੋ ਨਾ? ਖੁਸ਼ ਕੀ ਹੋਣਾ ਸੰਜੋਗ ਕਿਹੜਾ ਵਿਆਹ ਨੂੰ ਮੰਨ ਗਈ ਹੈ। ਦੇਖਿਆ ਆ ਗਿਆ ਨਾ ਆਨੇ ਵਾਲੀ ਥਾਂ ਤੇ। ਬਸ ਪੁੱਤ ਹੁਣ ਬਹੁਤ ਲਾਡ ਪਿਆਰ ਹੋ ਗਿਆ ਹੁਣ ਤੂੰ ਤਿੱਤਰ ਹੋ ਜਾ ਉਦੋਂ ਆਏਗੀ ਤਾਂ ਮਾਂ ਬਾਪ ਇੱਥੇ ਆ ਜਾਣਗੇ ਤੇਰੇ। ਲੈ ਮੈਂ ਤਾਂ ਫੇਰ ਡਰ ਗਿਆ ਸੀ।